अब शर्मा, अब शर्मा, शर्मा, उठ जा। सूरे सिर तो मुड़ चले आई। मुड़ चले सूरे तो मुड़ जाऊं तो मैं सूरे नू रस्सा पाउणा जाके यार। रस्सा तो मैं पाऊं तेरे गल च। वाह जी वाह, एक दो तोले दी चैनी कहीं सोने दी हो ते आज तक तुहाडे कोल पई नहीं, रस्सा जरूर पा दोगे तुसीं। मेरे को बाई कॉट जो चॉइस होंगी ना तो मैं कंजूस माँ प्यो के घर कभी भी ना जमदा। मेरी तो खरे तुम बधाई भी दी कि नहीं खुसरिया जमन की। मैं तो अजे भी जो कि खुसरे राय बराए मिल पे मेहने मारते हैं। काका तेरे पैसे नहीं आए, तेरे पैसे नहीं आए। ठीठा जे दो घंटे खुसरिया नाल जाके ढोलकी कुटे ना, दो 250 लैके मुड़े शाम नू। अदके जावां इहो जे माँ प्यो दे खुसरिया नाल भेजण दे ने जवान जहान पुत्र नू। मेरे विआह दे खुसरे ना जायो, मैनू भेजे। वो तेनू केड़ा कुड़ी दे दूगा ओए वेलर नू। अच्छा जी, ते तुहानू नहीं किसे ने दित्ती जिहड़ी तोसे पका पका खवाण दी तुहानू। बशर्मा मैं काम करदा सी, वेलर नहीं सी तेरे वांगू। ओ यार उठण तो पहला को रोटी पानी ते खवा दिया करो। ऐनी भी नहीं समझ आउंदी वी जवाक ने रात दी रोटी खाधी। बिना रोटी खाधे 16-17 घंटे सौणा छोटी गल है? आहो जी बहुत वड्डी गल आ। सुणदी आ अपने पुत नू मैडल दवा 26 जनवरी ते हाथी ते चढ़ा के। ਭੁੱਖਾ ਸੁੱਤਾ ਉੱਠਿਆ ਵਿਚਾਰਾ, ਜਮਲ ਕਿਸੇ ਥਾਂ ਦਾ। ਓਏ ਮੈਂ ਕੀ ਜਮ ਲਿਆ, ਮੈਨੂੰ ਤੇ ਆਪ ਨਹੀਂ ਪਤਾ ਲੱਗਦਾ ਪਿਆ। ਟੈਸਟ ਕਰਾ ਕੇ ਜਮਣਾ ਸੀ। ਓਏ ਤੇਰਾ ਪਿਓ, ਓਏ ਪਿਓ 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 ਵੇਖ 5 ਫੁੱਟ 5 ਇੰਚ ਦਾ ਪਿਓ ਏ ਮੇਰਾ, ਤੇ ਪਿਓ 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 ਕਹਿ ਕੇ ਕੋਠੇ ਜਿੱਦਾਂ ਕਰ ਦਿੰਦੇ ਹੋ ਮੰਮੀ ਜੀ ਤੁਸੀਂ। ਬੋਲੀ ਜਾਂਦੇ ਮਾਂ, ਮੇਰੇ ਜ਼ਮੀਰ ਨੂੰ ਸੁੱਤਾ ਰਹਿਣ ਦਿਓ, ਨਾ ਜਗਾਓ ਜ਼ਮੀਰ ਮੇਰਾ। ਜੇ ਮੇਰੇ ਅੰਦਰ ਦਾ ਜ਼ਮੀਰ ਜਾਗ ਗਿਆ ਨਾ ਮਾਂ, ਕਸਮ ਖਾ ਕੇ ਕਹਿੰਦਾ ਮਾਂ, ਮੇਰੀ ਸ਼ਕਲ ਵੇਖਣ ਨੂੰ ਤਰਸ ਜਾਓਗੇ ਤੁਸੀਂ। ਮੈਨੂੰ ਤਾਂ ਤੁਹਾਡੀ ਇੱਕ ਗੱਲ ਨਹੀਂ ਸਮਝ ਆਉਂਦੀ ਯਾਰ, ਤੁਹਾਡੀ ਇਕਲੌਤੀ ਸੰਤਾਨ ਹਾਂ ਮੈਂ, 24 ਘੰਟੇ ਕੰਮ 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 ਕੰਮ। ਉਹ ਕੀ ਕਰਨਾ ਤੁਸੀਂ ਮੇਰੇ ਕੋਲੋਂ ਕੰਮ ਕਰਾ ਕੇ? ਇੱਕੋ ਇੱਕ ਪੁੱਤਰ ਹਾਂ ਤੁਹਾਡਾ ਮੈਂ, ਉਹ ਤੁਸੀਂ ਤੇ ਮੇਰਾ ਲੰਘਦੇ ਵੜਦੇ ਦਾ ਬਸ ਮੂੰਹ ਚੁੰਮਿਆਂ ਚੱਟਿਆ ਕਰੋ, ਇੱਧਰੋਂ ਲੰਘਾ ਇੱਧਰੋਂ ਲੰਘਾ ਪੁੱਛ ਪੁੱਛ ਕਰਿਆ ਕਰੋ। ਤੁਸੀਂ ਮੇਰੇ ਕੋਲ ਕੰਮ ਕਰਾ ਕੇ ਕੀ ਲੈਣਾ ਮੈਂ? ਜਿੱਦਣ ਮੈਂ ਬਿਜ਼ੀ ਹੋ ਗਿਆ ਨਾ, ਜਿੱਦਣ ਮੈਂ ਕਿਸੇ ਕੰਮ ਧੰਦੇ ਲੱਗ ਗਿਆ, ਸ਼ਕਲ ਵੇਖਣ ਨੂੰ ਤਰਸ ਜਾਓਗੇ ਮੇਰੀ, ਜਹਾਜ਼ਾਂ 'ਚ ਲੰਘਿਆ ਕਰਾਂਗਾ ਉੱਪਰ ਦੀ ਮੈਂ, ਕੋਠੇ 'ਤੇ ਚੜ੍ਹ ਚੜ੍ਹ ਜਹਾਜ਼ ਵੇਖਿਆ ਕਰੋਗੇ। ਆਓ ਜਾਂਦਾ ਪੁੱਤਰ ਸਾਡੇ ਦਾ ਜਹਾਜ਼, ਡੈਡੀ ਸ਼ਬਦ ਸੁਣਨ ਨੂੰ ਤਰਸ ਜਾਓਗੇ ਡੈਡੀ। ਉਹ ਤੂੰ ਡੈਡੀ ਛੱਡ, ਤੂੰ ਮੈਨੂੰ ਡੱਡੂ ਕਹਿ ਲਈ, ਪਰ ਕੋਈ ਕੰਮ ਧੰਦਾ ਕਰ ਮਰ। ਕਿਹੜਾ ਕੰਮ ਕਰਾਂ ਦੱਸੋ? ਇਸ ਵੇਲੇ ਮੈਂ ਜਾ ਕੇ ਸੜਕ ਦੇ ਉੱਤੇ ਬਰਫ਼ ਦਾ ਫੱਟਾ ਲਾ ਲਵਾਂ ਮੈਂ, ਅਤੇ ਸਾਈਂ ਦਾ ਸਕੂਲ ਦੇ ਬਾਹਰ ਡੋਰਾਂ ਲਾਵਾਂ ਜਾ ਕੇ, ਮੈਂ ਤਰਾਂ ਲਾ ਲਵਾਂ ਪਟੇਲ ਚੌਂਕ ਦੇ ਵਿੱਚ, ਕਿ ਚੂਚੇ ਵੇਚਾਂ ਪਿੰਡਾਂ 'ਚ ਜਾ ਕੇ ਮੈਂ। ਕਰ ਲਾਂਗੇ ਕੰਮ ਵੀ, ਕੰਮ ਤੇ ਮੈਂ ਐਸਾ ਕਰਾਂਗਾ ਨਾ ਡੈਡੀ, ਸਾਰੀ ਦੁਨੀਆ ਵੇਖੇਗੀ। ਐਸਾ ਕਿਹੜਾ ਕੰਮ ਹੈ ਪੁੱਤਰ? ਇਹੀ ਤੇ ਤੱਕ ਮੈਨੂੰ ਸਮਝ ਨਹੀਂ ਆਉਂਦੀ ਡੈਡੀ, ਵੀ ਐਸਾ ਕਿਹੜਾ ਕੰਮ ਕਰਾਂ ਮੈਂ। ਸੋਚੀ ਜਾਏ ਹੱਥੀਂ ਨਾ ਕਰੀ ਕੁਝ, ਗੱਲਾਂ ਨਾਲ ਕੰਮ ਨਹੀਂ ਹੁੰਦੇ। ਲਿਆਓ ਪੈਸਾ, ਦੇਖਿਓ ਰਾਤੋਂ ਰਾਤ ਕਿੱਦਾਂ ਡਬਲ ਕਰਦਾ ਮੈਂ। ਪੈਸਿਆਂ ਨਾਲ ਹੀ ਕੰਮ ਖਿਲਾਵਾਂਗੇ, ਹੋਰ ਤੈਨੂੰ ਠੀਕਰੀਆਂ ਨਹੀਂ ਦੇਣ ਲੱਗੇ। ਲਿਆ ਅੰਦਰੋਂ 20,000 ਰੁਪਈਆ, ਮਾਰ ਮੱਥੇ ਇਹਦੇ। 20,000? ਇੰਨਾ ਪੈਸਾ? 20,000 ਰੁਪਏ ਦਾ ਸ਼ਟਰ ਲੱਗਦਾ ਕਿਸੇ ਦੁਕਾਨ ਨੂੰ, ਅਤੇ ਜੇ ਉਹ ਸ਼ਟਰ ਚੁੱਕਣਾ ਹੋਵੇ ਤਾਂ ਦੁਕਾਨ 'ਤੇ ਬੜੇ ਪੈਸੇ ਲੱਗਦੇ ਨੇ। ਉਹ ਯਾਰ ਤੁਸੀਂ ਮੇਰੇ ਕੋਲੋਂ ਕੋਈ ਕਾਰੋਬਾਰ ਕਰਾਉਣਾ, ਬਿਜ਼ਨਸ ਕਰਾਉਣਾ, 25-30 ਲੱਖ ਰੁਪਈਏ ਤਾਂ ਦਿਓ ਮੈਨੂੰ। ਉਹ 25-30 ਲੱਖ ਰੁਪਈਏ ਦਾ ਤੂੰ ਕੀ ਗੋਲਾ ਬਰੂਦ ਲਿਆ ਕੇ ਵੇਚਣਾ ਹੋਏ? ਦਿਓ ਮੁੰਡੇ ਨੂੰ 25-30 ਲੱਖ ਰੁਪਈਆ, ਕੋਈ ਬਹੁਤਾ ਹੈ ਕੰਮ ਕਰਨ ਵਾਸਤੇ? ਦਿਓ ਉਹਨੂੰ, ਤੁਸੀਂ ਅੱਗ ਲਾ ਕੇ ਫੂਕਣੇ ਪੈਸੇ ਨੂੰ, ਦਿਓ ਉਹਨੂੰ ਕੋਈ ਕੰਮ ਕੁੰਮ ਕਰੇ। ਉਹ ਕਿਉਂ ਰਿਸਕ ਲਈ ਜਾਂਦੀ ਆ, ਕਿਉਂ ਰਿਸਕ ਲਈ ਜਾਂਦੀ ਆ? ਮੈਨੂੰ ਪੱਕਾ ਪਤਾ ਇਹਨੇ ਕੋਈ ਕੰਮ ਨਹੀਂ ਕਰਨਾ। ਜੇ ਤੁਹਾਨੂੰ ਪੱਕਾ ਹੀ ਪਤਾ ਮੈਂ ਕੋਈ ਕੰਮ ਨਹੀਂ ਕਰਨਾ, ਤੇ ਕਿਉਂ ਮੇਰੀ ਨੀਂਦ ਖਰਾਬ ਕਰਦੇ ਹੁੰਦੇ? ਮੈਨੂੰ ਤਾਂ ਸੌਂ ਦਿਓ। ਜੇ ਗੱਲ ਆ ਨਾ ਤਾਂ ਮੈਂ ਅੱਜ ਹੀ ਤੇਰੇ ਅਕਾਊਂਟ 'ਚ 25 ਲੱਖ ਰੁਪਈਆ ਟ੍ਰਾਂਸਫਰ ਕਰਾ ਦੇਣਾ। ਪਰ ਮੇਰੀ ਇੱਕ ਗੱਲ ਸੁਣ ਲਾ, ਜੇ 25 'ਚੋਂ 1 54 ਵੀ ਘਟੀ ਨਾ ਤਾਂ ਘਰ ਨਾ ਵੜੀ ਫਿਰ। ਹਾਂ ਲੈ ਦੱਸ, ਮੇਰਾ ਦਿਮਾਗ ਖਰਾਬ ਹੈ? ਮੇਰੇ ਕੋਲ 25 ਲੱਖ ਰੁਪਈਆ ਹੋਵੇ ਤਾਂ ਮੈਂ ਘਰ ਵੜਾਂ? ਮੰਮੀ ਜੀ ਤੁਸੀਂ ਫਿਕਰ ਨਾ ਕਰਿਓ, ਮੈਂ ਹੁਣ ਉਦੋਂ ਤੱਕ ਘਰ ਨਹੀਂ ਵੜਾਂਗਾ ਜਦੋਂ ਤੱਕ 25 ਲੱਖ ਰੁਪਈਆ ਮੁੱਕ ਨਾ ਗਿਆ। Out, 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 out
ਕੋਈ ਆਊਟ ਨਹੀਂ ਦੇਖੋ ਜੀ ਟਰਾਈ ਬਾਲ ਸੀਗੀ ਟਰਾਈ ਬਾਲ ਭਾਜੀ ਤੁਸੀਂ 20 ਬਾਲਾਂ ਖੇਡ ਲਿਆ ਹੁਣ ਕਾਹਦੀ ਟਰਾਈ ਬਾਲ ਦੱਸ ਨਾ ਮੇਰੀ ਮੈਨੂੰ ਪਤਾ ਕਿ ਪਹਿਲੀ ਬਾਲ ਟਰਾਈ ਬਾਲ ਹੁੰਦੀ ਹੈ ਪਰ ਮੈਂ ਪਹਿਲੀ ਬਾਲ ਕੋਈ ਟਰਾਈ ਬਾਲ ਖੇਡਿਆ ਸੀ ਨਹੀਂ ਖੇਡਿਆ ਸੀ ਨਾ ਸੋ ਮੇਰੀ ਇਹ ਬਾਲ ਟਰਾਈ ਬਾਲ ਹੈ ਚਲੋ ਬਾਲਿੰਗ ਕਰੋ ਬਾਲਿੰਗ ਕੋਈ ਆਊਟ ਨਹੀਂ ਹੈਗਾ ਤੁਸੀਂ ਭਾਜੀ ਰੋਂਦੇ ਬਾਹਰ ਆਓ ਭਾਜੀ ਤੁਸੀਂ ਚੀਟਿੰਗ ਕਿਉਂ ਕਰਦੇ ਹੋ ਤੁਹਾਨੂੰ ਸ਼ਰਮ ਨਹੀਂ ਆਉਂਦੀ ਬੱਚਾ ਇਹ ਰੋਂਡੇ ਵੇਟਦੇ ਹੋ ਭਾਜੀ ਸਮਾਨ ਛੱਡਣਾ ਨਾ ਹੁੰਦਾ ਸੀ ਤੁਹਾਨੂੰ ਖਿਡਾਉਣ ਨਹੀਂ ਨਾ ਛੱਡੋ ਯਾਰ ਘਰ ਚੱਲੀਏ ਯਾਰ ਹੈਲੋ ਕਮਾਲ ਦੇ ਬੰਦੇ ਯਾਰ ਦੱਸ ਯਾਰ ਉਹ ਬਿੱਲੂ ਇੱਧਰ ਉਹ ਤੂੰ ਅੱਜ ਕੱਲ ਖੇਡਣ ਨਹੀਂ ਆਉਂਦਾ ਓਏ ਉਹ ਖੇਡਣ ਦੇ ਦਿਨ ਗਏ ਭਰਾ ਕੰਮ ਤੇ ਲੱਗ ਗਿਆ ਅੱਜ ਕੱਲ ਕਿਤਾਬਾਂ ਦੀ ਦੁਕਾਨ ਤੇ ਉਹ ਇੰਨੀਆਂ ਕਿਤਾਬਾਂ ਪੜ੍ਹ ਕੇ ਤੇ ਹੁਣ ਕਿਤਾਬਾਂ ਦੀ ਦੁਕਾਨ ਤੇ ਲੱਗ ਗਿਆ ਤੈਨੂੰ ਵੀ ਗਰੀਬੀ ਕਹਿੰਦੇ ਭਰਾਵਾ ਕਰਨਾ ਤੇ ਮੈਂ ਬਹੁਤ ਕੁਛ ਚਾਹੁੰਦਾ ਸੀ ਰੱਬ ਨੇ ਮੌਕਾ ਨਹੀਂ ਦਿੱਤਾ ਦਾਦਾ ਮੈਨੂੰ ਰੱਬ ਨੇ ਮੌਕਾ ਹੀ ਬੜਾ ਦਿੱਤਾ ਪਰ ਮੈਂ ਕਰਨਾ ਹੀ ਕੁਛ ਨਹੀਂ ਚਾਹੁੰਦਾ ਤੂੰ ਆਪਣੇ ਡੈਡੀ ਦੇ ਰਾਜ ਚ ਐਸ਼ ਕਰ ਭਰਾ ਹੈ ਤਾਂ ਭਰਾਵਾ ਡੈਡੀ ਦਾ ਹੀ ਰਾਜ ਹੈ ਪਰ ਡੈਡੀ ਅੱਜ ਕੱਲ੍ਹ ਨਾਰਾਜ਼ ਹੈ ਉਹ 25 ਲੱਖ ਰੁਪਈਆ ਮੇਰੇ ਅਕਾਊਂਟ 'ਚ ਪਵਾਤਾ ਤੇ ਕਹਿੰਦੇ ਕੋਈ ਕੰਮ ਕਰਕੇ ਵਿਖਾ ਤੈਨੂੰ ਪਤਾ ਕੰਮ ਤਾਂ ਮੈਨੂੰ ਇੱਕੋ ਹੀ ਆਉਂਦਾ ਉਹ ਕਿਹੜਾ ਕੰਮ ਹੈ ਸੌਣਾ ਉਹ ਸੌ ਜਾ ਕੇ ਕੰਮ ਕਰ ਸੌ ਜਾ ਕੇ ਉਹ ਕੰਮ ਕਰ ਸੌ ਜਾ ਕੇ ਤੂੰ ਕੰਮ ਕਰ ਸੌ ਜਾ ਕੇ ਕੰਮ ਕਰ ਉਹ ਸੌ ਜਾ ਕੇ ਬੇਟੇ ਬਾਲ ਕਰਾਏਗਾ ਬਾਲ ਮਾਲ ਹੋ ਗਈ ਯਾਰ ਵੇ ਕਿੱਦਾਂ ਸੁੱਤਾ ਪਿਆ ਜਿੱਦਾਂ ਨਾ ਕਮੇਟੀ ਵਾਲਿਆਂ ਨੇ ਕੁੱਤਾ ਮਾਰ ਕੇ ਸੁੱਟਿਆ ਹੁੰਦਾ ਵੇ ਬਸ਼ਰਮਾ ਤੂੰ ਅੱਜ ਫੇਰ ਸੁੱਤਾ ਪਿਆ ਕੀ ਮਤਲਬ ਅੱਜ ਫੇਰ ਸੁੱਤਾ ਪਿਆ ਤੁਸੀਂ ਮਹੀਨੇ 'ਚ ਇੱਕ ਦਿਨ ਸੌਂਦੇ ਹੋ ਤੂੰ ਤੇ ਕੱਲ ਕਿਹਾ ਸੀ ਕਿ ਮੈਂ ਰਾਤੋਂ ਰਾਤ ਤੁਹਾਡਾ ਪੈਸਾ ਡਬਲ ਕਰ ਦਿਆਂਗਾ ਅੱਜ ਰਾਤ ਪਿਆ ਤੇ ਲੈਣ ਦਿਓ 10:30 ਸਵੇਰ ਦੇ 11:15 ਹੋਏ ਨੇ ਤੁਸੀਂ ਮੈਨੂੰ ਹੁਣ ਠਾਲ ਦਾ ਆ ਗਏ ਰਾਤੀ ਕਰ ਮੈਂ ਰਾਤ ਉਹਦੀ ਗੱਲ ਕਰਨੀ ਪਈ ਆ ਜਿਹੜੀ ਬੀਤ ਗਈ ਉਹਦੀ ਓਏ ਉੱਠ ਜਾ ਬਸ਼ਰਮਾ ਉੱਠ ਜਾ ਉਹ ਹੁਣ ਤੇ 25 ਲੱਖ ਰੁਪਈਆ ਵੀ ਤੇਰੇ ਖਾਤੇ 'ਚ ਜਮ੍ਹਾਂ ਕਰਤਾ ਹੁਣ ਤੇ ਕਿਸੇ ਕੰਮ ਧੰਦੇ ਬਾਰੇ ਸੋਚ ਤੇ ਕੰਮ ਧੰਦੇ ਬਾਰੇ ਸੋਚਦਾ ਰਿਹਾ ਸਾਰੀ ਰਾਤ ਮੈਨੂੰ ਤਾਂ ਨੀਂਦ ਨਹੀਂ ਆਈ ਹੁਣ ਮਾਸਾ ਕਿਤੇ ਅੱਖ ਲੱਗੀ ਮੇਰੀ ਤੁਸੀਂ ਆ ਕੇ ਠਾਤਾ ਤੁਸੀਂ ਨਹੀਂ ਬਿਜ਼ਨਸ ਚੱਲਣ ਦੇਣਾ ਮੇਰਾ ਕੋਈ ਤੈਨੂੰ ਨੀਂਦ ਨਹੀਂ ਆਈ ਉਹ ਟੀਠਾ ਉਹ ਤੈਨੂੰ ਪਤਾ ਆ ਰਾਤ ਤੇਰੇ ਕਮਰੇ 'ਚ ਸੱਪ ਆ ਗਿਆ ਸੀ ਜੋਗੀ ਨੂੰ ਬੁਲਾ ਕੇ 1.5 ਘੰਟਾ ਬੀਨ ਵਜਵਾਈ ਆ ਤਾਂ ਜਾ ਕੇ ਸੱਪ ਫੜਿਆ ਗਿਆ ਤੇ ਇਹਨੂੰ ਨੀਂਦ ਨਹੀਂ ਆਈ ਵੱਡੇ ਨੂੰ ਉਹ ਤੁਸੀਂ ਆਪ ਦੱਸੋ ਜਿਹਦੇ ਸਿਰਾਣੇ 1.5 ਘੰਟਾ ਬੀਣ ਵੱਜਦੀ ਰਹੀ ਹੋਵੇ ਉਹਨੂੰ ਨੀਂਦ ਆ ਸਕਦੀ ਕਦੀ ਇੰਨੀ ਡਿਸਟਰਬੈਂਸ ਵਿੱਚ ਕਿਹੜਾ ਸੌਵੇਂ ਨਾਲੇ ਤੁਹਾਨੂੰ ਇੱਕ ਗੱਲ ਦਾ ਪਤਾ ਸੱਪ ਕਿੱਥੇ ਆਉਂਦੇ ਨੇ ਜਿੱਥੇ ਧਨ ਦੌਲਤ ਹੁੰਦੀ ਹੈ ਉਹ ਜਿਹੜੀ ਚੀਜ਼ ਸੱਪ ਨੂੰ ਸਮਝ ਆ ਗਈ ਵੀ ਮੈਂ ਕਰੋੜਪਤੀ ਬਣਨ ਵਾਲਾ ਮੇਰੇ ਕੋਲ ਪੈਸਾ ਆਉਣ ਵਾਲਾ ਤੁਹਾਨੂੰ ਨਹੀਂ ਉਹ ਗੱਲ ਪਤਾ ਲੱਗੀ ਜਿਹੜੀ ਸੱਪ ਨੂੰ ਪਤਾ ਲੱਗ ਗਈ ਹੈ ਨਾਲੇ ਗੱਲ ਸੁਣੋ ਹਰ ਵੇਲੇ ਨੀਂਦ ਦੇ ਰਹਿੰਦੇ ਹੋ ਨੌਲਦੇ ਰਹਿੰਦੇ ਹੋ ਨਾ ਮੈਨੂੰ ਇਹੋ ਜਿਹੀ ਔਲਾਦ ਇਹੋ ਜਿਹੀ ਸੰਤਾਨ ਹੱਥ 'ਚ ਸੂਰਜ ਰੱਖ ਕੇ ਵੀ ਲੱਭਣ ਜਾਓਗੇ ਨਾ ਕਦੀ ਨਹੀਂ ਲੱਭ ਸਕਦੀ ਤੁਹਾਨੂੰ ਮੈਂ ਦੱਸਾਂ ਨਾ ਮੈਨੂੰ ਕੋਈ ਐਬ ਨਾ ਕੋਈ ਜੂਏਬਾਜ਼ੀ ਨਾ ਕੋਈ ਸੱਟੇਬਾਜ਼ੀ ਨਾ ਕੋਈ ਨਸ਼ੇਬਾਜ਼ੀ ਹਾਏ ਮੈਂ ਮਰ ਗਈ ਵੀ ਆ ਕੀ ਹੈ ਸਰਾਣਾ 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 ਨਹੀਂ ਸਰਾਣੇ ਦੇ ਥੱਲੇ ਆ ਕੀ ਆ ਬੋਲ ਸ਼ਰਾਬ ਹੈ ਪਰ ਮੈਂ ਦੇਖੋ ਇਹ ਤਾਂ ਕੱਲ ਗਿਆ ਸੀ ਨਾ ਮੇਲੇ 'ਚ ਮੇਲੇ 'ਚ ਉਹ ਰਿੰਗ ਪਾਈ ਦੇ ਆ 5 ਰੁਪਏ ਦੇ 3 ਰਿੰਗ ਤੇ ਜਿਹੜੀ ਚੀਜ਼ 'ਚ ਰਿੰਗ ਪੈ ਜਾਂਦਾ ਉਹ ਚੀਜ਼ ਤੁਹਾਡੀ ਹੋ ਜਾਂਦੀ ਹੈ ਤੇ ਮਤਲਬ ਇਹ ਰਿੰਗ ਮੈਂ ਪਾਇਆ ਤੇ ਮੇਰਾ ਇਹਦੇ 'ਤੇ ਪੈ ਗਿਆ ਰਿੰਗ ਤੇ ਮੈਂ ਲੈ ਜਾਂਦਾ ਮੈਂ ਚਲੋ ਇਨਾਮ ਦਾ ਤੇ ਥੱਪੜ ਹੀ ਬਹੁਤ ਹੁੰਦਾ ਹੈ ਨਿਕਲਿਆ ਮੈਂ ਮਤਲਬ ਪੀਤੀ ਤਾਂ ਨਹੀਂ ਵੇਖ ਲਓ ਭਰੀ ਪਈ ਹੈ ਮੈਂ ਨਹੀਂ ਪੀਤੀ ਫੜ ਲਓ ਤੁਹਾਡੇ ਪੁੱਤਰ ਦੀ ਪਹਿਲੀ ਕਮਾਈ ਹੈ ਦੇਖ ਲਿਆ ਇਹੋ ਜਿਹੀ ਗੰਦੀ ਔਲਾਦ ਜੰਮਣ ਦਾ ਨਤੀਜਾ ਨਾ ਔਲਾਦ ਮੇਰੇ ਇਕੱਲੇ ਦੀ ਹੈ ਮੈਂ ਦਾਜ ਵਿੱਚ ਲੈ ਕੇ ਆਈ ਸਾਂ ਪੇਕਿਆਂ ਤੋਂ ਕਿਤੇ ਤੇਰੇ ਲਾਡ ਪਿਆਰ ਨੇ ਵਿਗਾੜਿਆ ਇਹਨੂੰ ਹਾਂ ਜੇ ਪੁੱਤ ਚੰਗਾ ਨਿਕਲਾਵੇ ਤੇ ਉਹ ਪਿਓ ਦਾ ਜੇ ਪੁੱਤ ਮਾੜਾ ਨਿਕਲਾਵੇ ਤੇ ਉਹ ਮਾਂ ਦਾ ਮੰਮੀ ਤੁਸੀਂ ਕਿਉਂ ਰੋਈ ਜਾਂਦੇ ਐਵੇਂ ਤੁਹਾਨੂੰ ਤਾਂ ਪਤਾ ਡੈਡੀ ਦੀ ਆਦਤ ਹੈ ਕਿਦਾਂ ਦੀਆਂ ਜੱਬੜੀਆਂ ਮਾਰਨ ਦੀ ਮੈਂ ਸਮਝਾਵਾਂਗਾ ਇਹਨਾਂ ਨੂੰ ਫਿਕਰ ਨਾ ਕਰੋ ਤੁਸੀਂ ਬਕਵਾਸ ਨਾ ਕਰ ਤੂੰ ਵੀ ਬੋਤੀ ਜੇ ਤੂੰ ਕਾਸੇ ਜੋਗਾ ਹੁੰਦਾ ਤੇ ਮੇਰੇ ਸਿਰ 'ਚ ਖੇ ਕਿਉਂ ਪੈਂਦੀ ਜਣਾ ਖਣਾ ਉੱਠ ਕੇ ਤੇ ਮੈਨੂੰ ਤੇਰੀਆਂ ਗੱਲਾਂ ਕਰਦਾ ਰਹਿੰਦਾ ਬਸ ਕਰੋ ਯਾਰ ਕੀ ਕਰੀ ਜਾਂਦੇ ਤੁਸੀਂ ਅੱਛਾ ਗੱਲ ਸੁਣੋ ਗੱਲ ਸੁਣੋ ਮੇਰੀ ਆ ਦੇਖੋ ਅੱਜ ਮੈਂ ਤੁਹਾਡੇ ਸਿਰ ਦੀ ਸੌਂ ਖਾ ਕੇ ਕਹਿੰਦਾ ਅੱਜ ਤੋਂ ਬਾਅਦ ਇਸ ਘਰ 'ਚ ਹੁਣ ਮੈਂ ਉਦੋਂ ਹੀ ਵੜਾਂਗਾ ਜਦੋਂ ਮੈਂ ਕੁਛ ਕਰਕੇ ਵਿਖਾਵਾਂਗਾ
करके विखाऊगा। यह वड्डा कोई कारनामा शेख च ली जा, सानू बुढ़े बारे अंदर कराऊगा ते पियाऊगा दाल जेल दी। ऐडा गया गुजरिया नहीं डैडी मैं जिन्ना तुसी मैनू समझदे हो, पर मैं जे मां दे सिर दी सौं खाधी है ना ते उहदा कोई मतलब है। डैडी जी अज तुहानू तुहाडे पुत्तर दा सीरियस चैलेंज है, हुण मैं इस घर दे विच उदों ही वड़ांगा जदों मैं कुछ करके विखा देंगा। ਕੁੱਗੀ ਜੇ ਤੂੰ ਅੱਜ ਹੀ ਆਪਣੇ ਮਾਂ ਪਿਓ ਨੂੰ ਲੈ ਕੇ ਮੇਰੇ ਘਰ ਰਿਸ਼ਤਾ ਲੈਣ ਨਹੀਂ ਆਇਆ ਨਾ, ਫਿਰ ਮੈਂ ਅਖਬਾਰ ਤੋਂ ਕੋਈ ਵੀ ਰਿਸ਼ਤਾ ਪੜ੍ਹ ਕੇ ਹਾਂ ਕਰ ਦੇਣੀ ਆ। ਟੋਲੀ ਟ੍ਰਾਈ ਟੂ ਅੰਡਰਸਟੈਂਡ ਯਾਰ, ਸਮਝਿਆ ਕਰ ਗੱਲ ਨੂੰ। ਹੁਣੇ ਤਾਂ ਜੇ ਘਰ ਛੱਡ ਕੇ ਆਇਆ ਮੈਂ, ਹੁਣੇ ਕਿੱਦਾਂ ਜਾ ਕੇ ਮੰਮੀ ਡੈਡੀ ਨੂੰ ਕਹਿੰਦਾ ਵੀ ਮੇਰੇ ਨਾਲ ਚਲੋ ਮੇਰਾ ਰਿਸ਼ਤਾ ਵੇਖੋ। ਕੁੱਤਾ ਵੀ ਘਰੋਂ ਰੁੱਸ ਕੇ ਜਾਵੇ ਤੇ ਸ਼ਾਮ ਤੱਕ ਗੇਟ ਤੇ ਨਹੀਂ ਮੁੜ ਕੇ ਆਉਂਦਾ। ਕੋਈ ਗੱਲ ਨਹੀਂ, ਫਿਰ ਵਧੀਆ ਜੇ ਕੱਪੜੇ ਸਵਾਲਾ ਮੇਰੇ ਵਿਆਹ ਵਾਸਤੇ, ਮੇਰੀ ਡੋਲੀ ਵਾਲੀ ਕਾਰ ਨੂੰ ਧੱਕਾ ਲਾਉਣ ਤਾਂ ਆਏਗਾ ਹੀ ਨਾ। ਸ਼ਰਮ ਤਾਂ ਨਹੀਂ ਆਉਂਦੀ ਹੋਣੀ ਤੈਨੂੰ? ਇਹੋ ਜੀ ਗੱਲ ਕਰਨਾ ਤੇ ਮੇਰੇ ਗੋਲੀ ਮਾਰ ਦੇਗਾ। ਮੈਨੂੰ ਨਹੀਂ ਪਤਾ, ਫਿਰ ਜਿੱਥੋਂ ਮਰਜ਼ੀ ਮਾਂ ਪਿਓ ਪੈਦਾ ਕਰ। ਉਹ ਯਾਰ ਮਾਂ ਪਿਓ ਬੱਚੇ ਪੈਦਾ ਕਰਦੇ ਨੇ, ਨਾ ਕਿ ਬੱਚੇ ਮਾਂ ਪਿਓ ਨੂੰ ਪੈਦਾ ਕਰਦੇ ਹੁੰਦੇ ਨੇ। ਜੇ ਆਉਣਾ ਤਾਂ ਅੱਜ ਹੀ ਮੇਰੇ ਘਰ ਆ, ਨਹੀਂ ਤਾਂ ਖਸਮੋਂ ਨੂੰ ਖਾਓ। ਓਕੇ, ਪਹਿਲਾਂ ਫਿਰ ਇੱਕ ਟਰਾਈ ਮੈਂ ਬਿਨਾਂ ਮਾਂ ਪਿਓ ਤੋਂ ਹੀ ਮਾਰਦਾ। ਮੈਂ ਖੁਦ ਹੀ ਆਉਣਾ ਤੇਰਾ ਰਿਸ਼ਤਾ ਮੰਗਣ ਵਾਸਤੇ। ਓ ਸੋ ਸਵੀਟ ਆਫ ਯੂ ਡਾਰਲਿੰਗ, ਆ ਜਾ ਫਿਰ, ਆਈ ਐਮ ਵੇਟਿੰਗ ਫਾਰ ਯੂ। ਚੜ ਜਾ ਬੱਚਾ ਸੁਣ, ਰਾਮ ਭਲੀ ਕਰੇ। ਆ ਤਾਲਾ ਲੱਗਾ ਵੀ ਉਧਰੋਂ ਖੁੱਲਾ, ਛੋਟੇ ਗੇਟ ਨੂੰ ਤਾਲਾ ਲਾਇਆ ਹੈ, ਇਹਦਾ ਮਤਲਬ ਕੋਈ ਛੋਟਾ ਮੋਟਾ ਗੈਸਟ ਅਲਾਊਡ ਨਹੀਂ ਹੋਣਾ। ਪੱਚੀ ਲੱਖ ਦਾ ਨਾਂ ਸੁਣ ਕੇ ਕੁੜੀ ਕਿਤੇ ਨਾਲ ਹੀ ਨਾ ਤੋਰ ਦੇਣ। ਵੈਰੀ ਗੁੱਡ, ਬਹੁਤ ਅੱਛੇ ਬਈ, ਬਹੁਤ ਅੱਛਾ ਗੁਲਦਸਤਾ ਲੈ ਕੇ ਆਇਆ ਸਵਾਗਤ ਕਰਨ ਵਾਸਤੇ। ਗੁਲਦਸਤਾ ਤਾਂ ਮੈਂ ਮੰਤਰੀ ਲਈ ਨਾ ਲੈ ਕੇ ਜਾਵਾਂ। ਫਿਕਰ ਨਾ ਕਰ ਕਾਕਾ, ਗੱਲ ਇੱਕ ਵਾਰੀ ਪੱਕੀ ਜੋ ਲੈਂਦੇ, ਤੇਰੇ ਕੋਲ ਮੈਂ ਸਰਦੀਆਂ 'ਚ ਰੂਹ ਅਫਜ਼ੇ ਨਾ ਬਣਵਾ ਬਣਵਾ ਕੇ ਪੀਤੇ ਤਾਂ ਕੀ ਯਾਦ ਕਰੇਗਾ। ਨੌਕਰ ਵੀ ਬੜੇ ਸਿਰ ਚੜੇ ਨੇ ਅੱਜ ਕੱਲ੍ਹ। ਚਲੋ ਡੋਲੀ ਬੇਟੇ। ਹਾਂਜੀ ਡੈਡੀ। ਫੋਨ ਕੀਤਾ ਉਸ ਪੇਂਟ ਵਾਲੇ ਨੂੰ? ਹਾਂਜੀ ਡੈਡੀ, ਕਰਤਾ ਸੀ। ਉਹ ਆਇਆ ਕਿਉਂ ਨਹੀਂ ਰੰਗ ਕਰਨ? ਕੀ ਕਹਿੰਦਾ? ਉਹ ਕਹਿੰਦਾ ਮੁੰਡਾ ਭੇਜਿਆ ਹੋਇਆ ਹੈ। ਹਾਂ ਉਹ ਤਾਂ ਠੀਕ ਹੈ, ਪਰ ਹਲ ਤੱਕ ਆਇਆ ਕਿਉਂ ਨਹੀਂ? ਸਤਿ ਸ਼੍ਰੀ ਅਕਾਲ ਜੀ। ਆਓ ਬੇਟੇ ਆਓ, ਅੱਜ ਤਾਂ ਤੈਨੂੰ ਸਵੇਰ ਦੇ ਉਡੀਕ ਰਹੇ ਸੀ। ਡੋਲੀ ਬੇਟੀ ਤਾਂ ਤੈਨੂੰ ਫੋਨ ਕਰ ਕਰਕੇ ਥੱਕ ਗਈ ਹੈ। ਇਹਦਾ ਮਤਲਬ ਇਹ ਤੇ ਪੱਕੀ ਤਿਆਰੀ ਕਰੀ ਬੈਠੇ ਆ, ਚੁਆਰਾ ਲਾ ਕੇ ਭੇਜਣਗੇ ਮੈਨੂੰ। ਬੈਠੋ। ਨਹੀਂ ਮੈਂ ਠੀਕ ਹਾਂ ਜੀ, ਬਸ ਬੈਠੋ ਬੇਟਾ ਬੈਠੋ। ਹਾਂਜੀ ਮੈਂ ਡੋਲੀ ਬੇਟੀ ਨੂੰ ਹੁਣੇ ਬੁਲਾਉਣਾ, ਉਹਨੂੰ ਕਹਿੰਦਾ ਤੈਨੂੰ ਸਾਰਾ ਘਰ ਚੰਗੀ ਤਰ੍ਹਾਂ ਦਿਖਾ ਦੇ ਤਾਂ ਕਿ ਤੈਨੂੰ ਤਸੱਲੀ ਹੋ ਜੇ। ਨਹੀਂ ਨਹੀਂ, ਘਰ ਵੇਖਣ ਦੀ ਕੀ ਲੋੜ ਹੈ ਜੀ? ਦੱਸ, ਜੀ ਵੇਖਣੇ ਹੁੰਦੇ ਵੇਖ ਲੈ, ਘਰ ਤੇ ਵੇਖਿਆ ਵਿਖਾਇਆ ਬਸ। ਨਾ 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 ਨਾ, ਕੱਲ ਨੂੰ ਐਵੇਂ ਨਿੱਕੀ ਜੀ ਗੱਲ ਪਿੱਛੇ ਬੰਦੇ ਦਾ ਵਿਆਹ ਖਰਾਬ ਹੋ ਜਾਂਦਾ। ਨਹੀਂ ਜੀ, ਵਿਆਰ ਦੀ ਕਿਹੜੀ ਗੱਲ ਹੈ, ਗੱਲ ਤੇ ਬਸ ਪਿਆਰ ਦੀ ਹੁੰਦੀ ਹੈ ਜੀ। ਪਿਆਰ ਦੇ ਰੰਗ ਗੂੜੇ ਹੋਣੇ ਚਾਹੀਦੇ ਆ। ਰੰਗ ਗੂੜਾ ਹੋਏ ਕਿ ਫਿੱਕਾ, ਇਹ ਤੇਰੇ ਤੇ ਡਿਪੈਂਡ ਕਰਦਾ। ਵੈਸੇ ਅੱਛੀ ਗੱਲ ਹੈ ਜੇ ਸਭ ਕੁਝ ਪਹਿਲਾਂ ਖੋਲਿਆ ਜਾਵੇ। ਤੂੰ ਲਏਗਾ ਕੀ? ਨਹੀਂ ਬਸ ਕੁਝ ਨਹੀਂ ਜੀ, ਪਾਣੀ ਦਾ ਗਲਾਸ ਇੱਕ ਮੰਗਵਾ ਦਿਓ ਸਾਦਾ ਜੀ। ਪਾਣੀ ਲਿਆਓ ਬਾਈ। ਤੁਸੀਂ ਦੱਸਿਆ ਨਹੀਂ ਕਿ ਤੁਸੀਂ ਲਓਗੇ ਕੀ, ਆਈ ਮੀਨ ਤੁਹਾਡੀ ਐਕਸਪੈਕਟੇਸ਼ਨ ਕੀ ਹੈ? ਮੈਨੂੰ ਲੱਗਦਾ ਦਾਜ ਬਾਰੇ ਪੁੱਛ ਰਹੇ ਨੇ। ਨਾ, ਪਰਮਾਤਮਾ ਦਾ ਦਿੱਤਾ ਸਭ ਕੁਝ ਹੈ ਜੀ, ਕਿਸੇ ਚੀਜ਼ ਦੀ ਕਮੀ ਨਹੀਂ। ਤੁਸੀਂ ਤੇ ਬਸ ਆਪਣੀ ਕੁੜੀ ਤੋਰ ਦਿਓ ਜੀ ਤਿੰਨਾਂ ਕੱਪੜਿਆਂ 'ਚ ਮੇਰੇ ਨਾਲ। ਬਾਲੇ ਬਾਲੇ। ਹਾਂਜੀ। ਬਾਹਰ ਦਾ ਗੇਟ ਬੇਟੇ ਬੰਦ ਆ ਕੇ ਖੁੱਲਾ? ਬੰਦ ਹੈ ਜੀ। ਇੱਧਰ ਆ। ਬੇਟਾ ਜੀ। ਹਾਂਜੀ। ਰੁਮਾਲ ਹੈ? ਨਹੀਂ ਰੁਮਾਲ ਤੇ ਨਹੀਂ ਹੈਗਾ ਜੀ ਮੇਰੇ ਕੋਲ। ਮੈਂ ਤੇ ਇਸ ਤਿਆਰੀ ਨਾਲ ਆਇਆ ਹੀ ਨਹੀਂ ਨਾ, ਪਤਾ ਨਹੀਂ ਸੀ ਕਿ ਸਾਰਾ ਕਾਰ ਵਿਆਰ ਹੋ ਜਾਣਾ ਮੇਰੇ ਕੋਲ ਹੈ। ਪਰ ਇਹ ਤੇ ਚਿੱਟਾ ਜੀ, ਉਹ ਰੁਮਾਲ ਲਾਲ ਹੁੰਦਾ ਨਾ, ਸਗਨਾਂ ਵਾਲਾ ਝੋਲੀ ਚ ਰੱਖ ਕੇ ਸਗਨ ਪਵਾਉਣੇ ਹੁੰਦੇ ਲਾਲ ਰੁਮਾਲ ਚ। ਡਰੋ ਨਹੀਂ, ਇਹ ਵੀ ਲਾਲ ਹੋ ਜਾਏਗਾ। ਇਹ ਕਿੱਦਾਂ ਹੋ ਜਾਏਗਾ? ਉੱਠੋ। ਬੜੇ ਮਜ਼ਾਕੀਆ ਨੇ ਸਾਰਾ ਸਾਹਿਬ। ਉੱਠੋ। ਹਾਂਜੀ ਬਾਲੇ। ਹਾਂਜੀ। ਇਹਨਾਂ ਦੀਆਂ ਬਾਹਾਂ ਫੜ ਲਓ ਜੀ। ਕਿੱਦਾਂ ਜੀ? ਮਤਲਬ ਇਹ ਕਿਹੜਾ ਸਗਨ ਵਿਆਰ ਹੋਇਆ ਜੀ, ਮੈਂ ਤੇ ਕਦੀ ਵੇਖਿਆ ਨਹੀਂ ਇਹ ਤਾਂ।
मैं नाले जबरदस्ती ब्याह क्यों कर रहे हो? मैं तो ब्याह कराना है, दिलों प्यार करना, मैं तो ब्याह कराना। मुंह खोलो। छुहारा किथे है जी? आ देखो। नहीं नहीं, ऐ तो रुमाल है, ब्याह दे विच मुंह नूं छुहारा लगदा हुंदा, मुंह नूं रुमाल लगदा ते कदे नहीं वेख्या। मुंह खोलो बेटा जी। आ आ आ बोली सी सकदा एवी कुट खाई जा रहा डैडी? ये बोले किदा? मुंह तो तुसी ओदा बंद कीता होया। ओ आई एम सॉरी। बैठो बेटे, बैठो बैठो बैठो। आई एम सॉरी, गलत बंदा कुटया गया। मेरा मतलब सही बंदा गलत कुटया गया। मेरा कसूर ही की है? एदी शकल ही किसी लुचे लफंगे ना मिलदी है। नहीं 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 डैडी, ए मुंडा बहुत चंगा है। चंगा होएगा। पर बेटा जी, ए हिंदुस्तान है। हिंदुस्तान विच सही बंदियां नूं छित्तर पैंदे ने। पर एक गल दी दात देनी पैगी, इन्ने छित्तर वजे पर मेरे सामने कुसकिया नहीं। सॉरी। पानी पानी। तू खड़ा मुंह के देख दे पे, चल जा पानी लेके आ। सॉरी बेटा, तुहानू तकलीफ तो बहुत होई होएगी। नहीं जी, तुहाडा ते रुमाल ही बड़ा स्वाद सी। सवेरे दूध छोटा डुल गया सी, मैं रुमाल नाल ही पूंछ दित्ता सी। बेटा तू काम की करना? वेखो जी, काम ते मैं बहुत सारे कर लेना, पर कली करनी नहीं आउंदी मैनू, कोठियां रंग नहीं हुंदियां मेरे को। मेरा मतलब कोई कारोबार, कोई बिजनेस? दसो जी, मैनू काम करन दी लोड़ की भला? खानदानी जायदादा ने मेरे कोल, 25 लाख रुपया मेरे कले दे नाते बैंक च पिया। इत्थे आ जाओ। हाँ हाँ, आ जाओ। ते दा मतलब ये है कि तुसी वेले हो। देखो बेटा, तुहाडे कोल जिन्नी मर्जी जायदाद हो सकती है, खानदानी जायदाद हो सकती है, पर मेरे भी कुछ असूल ने। मैं फौज दी नौकरी इस करके छड़ दित्ती सी क्योंकि फौज मेरे असूल नहीं सी मानदी। मैं तुहानू 6 महीने का टाइम देंगा, 6 महीने अंदर अगर तुसी अपना कारोबार सैट कर लेंदे हो, अपने पैरां ते खलो जांदे हो, तां फिर मैं आप अपनी बेटी का विआह तुहाडे नाल कर देंगा, नहीं तो यह रिश्ता कैंसल। पर अंकल, 6 महीने कुगी। यू डोंट वरी डॉली, फिकर ना कर, 6 महीने तो बहुत ज्यादा होंगे ने, मैं तो 6 दिन च कुछ करके विखा देंगा। पहला कुछ करके दिखाओ, फिर यह हाथ अपने आप तुहाडे हाथ विच आ जाएगा। ਕੁਗੀ ਯਾਰ, ਇਹ ਤਾਂ ਕਨਫਰਮ ਹੈ ਕਿ ਤੈਨੂੰ ਕੁਝ ਕਰਨਾ ਪੈਣਾ, ਮੇਰੀ ਮੰਨੇ ਨਾ, ਤੂੰ ਕਿਤੇ ਲੱਗ ਜਾ। ਯਾਰ ਮੈਂ ਕੋਈ ਪੋਸਟਰਾਂ ਵੀ ਕੰਧ ਨਾਲ ਲੱਗ ਜਾ, ਕੰਮ ਮੈਨੂੰ ਕੋਈ ਆਉਂਦਾ ਕੋਈ ਨਹੀਂ, ਕਿੱਥੇ ਲੱਗ ਜਾ ਕੇ ਮੈਂ। ਨਾਲੇ ਯਾਰ ਸਾਡੇ ਖਾਨਦਾਨ 'ਚ ਨਹੀਂ ਕਿਸੇ ਨੇ ਨੌਕਰੀ ਕੀਤੀ, ਕਰ ਤੇ ਬਿਜ਼ਨਸ ਹੀ ਸਕਦਾ ਮੈਂ, ਔਰ ਬਿਜ਼ਨਸ ਵੀ ਕੋਈ ਵੱਡਾ ਹੀ ਕਰਨਾ ਚਾਹੁੰਦਾ ਮੈਂ। ਮੈਂ ਸੋਚਦਾ ਯਾਰ ਕੋਈ ਮਸ਼ੀਨਰੀ ਪਾ ਲਾਂ। ਵੈਰੀ ਗੁੱਡ, ਸਿਲਾਈ ਮਸ਼ੀਨ ਪਾ ਲਾ। ਬੇਟੇ ਮੂੰਹ ਤੇਰਾ, ਸਿਲਾਈ ਮਸ਼ੀਨ ਪਾ ਲਾ, ਤੇਰਾ ਮੂੰਹ ਵੀ ਮਸ਼ੀਨ ਵਰਗਾ, ਤੈਨੂੰ ਨਾ ਪਾਲਾਂ ਮੈਂ। ਘੰਟੇ 'ਚ ਤੂੰ ਵੀ 10-12 ਕਮੀ ਚਾਖਾ ਚਾਖਾ ਚੜ ਚੜ ਕਰਕੇ ਸੀ ਦਿਆ ਕਰਨੀ ਹੈ। ਬਕਵਾਸ ਮਾਰਦਾ, ਕੋਈ ਵੱਡਾ ਕੰਮ ਕਰਨਾ। 25 ਲੱਖ ਰੁਪਈਆ ਮੇਰੇ ਪਿਓ ਨੇ ਪਾਇਆ ਮੇਰੇ ਅਕਾਊਂਟ ਦੇ ਵਿੱਚ, ਮੈਂ ਸੋਚਦਾ ਅਮਰੀਕਾ ਦੀ ਅੰਬੈਸੀ ਨਾ ਪਾ ਲਵਾਂ ਯਾਰ, ਵੱਡਾ ਕੰਮ ਹੈ, ਟੌਰ ਵੱਖਰੀ। 40 ਲੱਖ ਦਾ ਅਮਰੀਕਾ ਦਾ ਵੀਜ਼ਾ ਲੱਗਦਾ ਜੀ, ਅਤੇ 25 ਲੱਖ 'ਚ ਅਮਰੀਕਾ ਦੀ ਅੰਬੈਸੀ ਪਾਉਣ ਡਿਆ। ਕੋਈ ਗੱਲ ਨਹੀਂ, ਪਰ ਇੱਕ ਗੱਲ ਤਾਂ ਪੱਕੀ ਹੈ ਵੀ ਕੰਮ ਮੈਂ ਕੋਈ ਵੱਡਾ ਹੀ ਕਰਨਾ ਜੀ, ਤੈਨੂੰ ਮੈਂ ਦੱਸਾਂ। ਵੱਡਾ ਕੰਮ ਰੇਲ ਗੱਡੀ ਪਾ ਲਾ ਫਿਰ। ਰੇਲ ਗੱਡੀ, ਨਾਟ ਅ ਬੈਡ ਆਈਡੀਆ। ਜੇ ਆਪਾਂ ਰੇਲ ਨਾਲੋਂ ਲਾ ਦਈਏ ਤੇ ਕੱਲੀ ਗੱਡੀ ਬਾਰੇ ਕੀ ਵਿਚਾਰ ਹੈ ਤੁਹਾਡਾ? ਮੇਰਾ ਮਤਲਬ ਆਪਾਂ ਰੇਲ ਗੱਡੀ 'ਚ ਨਹੀਂ ਪਾ ਸਕਦੇ, ਬੱਸ 'ਤੇ ਪਾ ਹੀ ਸਕਦੇ ਨੇ। ਟਰਾਂਸਪੋਰਟ ਦਾ ਬਿਜ਼ਨਸ ਬਹੁਤ ਕਮਾਲ ਦਾ ਬਿਜ਼ਨਸ ਹੁੰਦਾ ਭਾਈ ਸਾਹਿਬ। ਇੱਦਾਂ ਕਰੋ, ਤੂੰ ਵੀ ਜਿਹੜੀ 1800 'ਤੇ ਨੌਕਰੀ ਕਰਦਾ ਕਿਤਾਬ ਵਾਲੀ ਦੁਕਾਨ 'ਤੇ, ਦਫਾ ਕਰੋ ਨੌਕਰੀ ਨੂੰ, ਤਾਂ ਮੇਰੇ ਨਾਲ ਰਲ ਜਾ। ਇੱਕ ਰੱਖਾਂਗੇ ਡਰਾਈਵਰ, ਮੈਂ ਬਣਾਂਗਾ ਕੰਡਕਟਰ, ਅਤੇ ਫਿਰ ਮੈਂ ਕੀ ਕਰੂੰਗਾ? ਤੂੰ ਉਹ ਜਿਹੜੇ ਬੱਸ ਦੀ ਬਾਰੀ ਦੇ ਵਿੱਚੋਂ ਬਾਂਹ ਕੱਢ ਕੇ ਬੱਸ ਨੂੰ ਥੱਪੜੇ ਜਿਹੇ ਮਾਰ ਮਾਰ ਕੇ ਨਹੀਂ ਕਹਿੰਦੇ ਹੁੰਦੇ, ਚਲੋ ਵੀ ਟਾਂਡਾ ਦਸੂਆ ਮਕੇਰੀਆਂ ਪਠਾਨਕੋਟ, ਟਾਂਡਾ ਦਸੂਆ ਮਕੇਰੀਆਂ ਪਠਾਨਕੋਟ, ਉਹ ਤੂੰ ਕਰੀ। ਵੈਰੀ ਗੁੱਡ, ਅਤੇ ਨਾਲੇ ਜਿਹੜੇ ਹੁੰਦੇ ਨਾ ਚੈਨੀਆਂ ਸੁਰਮੇ ਚੂਰਨ ਵੇਚਣ ਵਾਲੇ, ਆਹ ਵੀ ਆਪਾਂ ਬੱਸ ਨੂੰ ਚੜ੍ਹਨ ਦੇਣੀ, ਆਹ ਵੀ ਸਮਾਨਾ ਅਸੀਂ ਆਪ ਹੀ ਵੇਚਿਆ ਕਰਨਾ। ਵੈਰੀ ਗੁੱਡ, ਲੱਗ ਜਾਣਗੀਆਂ ਮੌਜਾਂ, ਲੋਕ ਟਾਂਡਿਓ ਚੜ੍ਹੇ ਬੱਸ ਦੇ ਵਿੱਚੋਂ ਨਾਲੇ ਪਾਉਣੀ, ਪੇਚਕਸ ਲਏ, ਮਕੇਰੀਆਂ ਉਤਰ ਗਏ।
ਨਾਲੇ ਬੱਸ ਨੂੰ ਬਣਾ ਦੇਣਾ ਸ਼ਾਪਿੰਗ ਮਾਲ। ਐਗਜ਼ੈਕਟਲੀ ਚੱਲਦਾ ਫਿਰਦਾ ਸ਼ਾਪਿੰਗ ਮਾਲ। ਬਸ ਹੁਣ ਤੂੰ ਫਟਾਫਟ ਨੈੱਟ ਤੇ ਚੈੱਕ ਕਰ ਸੈਕਿੰਡ ਹੈਂਡ ਬੱਸਾਂ ਕਿੱਥੋਂ ਮਿਲਦੀਆਂ। ਸਵੇਰ ਨੂੰ ਆਪਾਂ ਪਹਿਲੀ ਸਿਟੀ ਮਾਰ ਦੇਣੀ ਆ। ਘੁੱਗੀ ਜੀ ਸਵਾਰੀ ਤਾਂ ਕੋਈ ਆਈ ਨੀ। ਤੇ ਡਰਾਈਵਰ ਵੀ ਕਿਹੜਾ ਆ ਗਿਆ ਆਪਣਾ? ਹਲੇ ਡਰਾਈਵਰ ਤੋਂ ਬਿਨਾਂ ਵੀ ਨੀ ਬੱਸ ਚੱਲਦੀ। ਬਸ ਧੱਕੇ ਲਾ ਕੇ ਥੋੜਾ ਲੈ ਕੇ ਜਾਣੀ ਆਪਾਂ। ਸਰਦਾਰ ਜੀ ਮਾਰਦਾ ਜੇ ਕੱਪੜਾ ਡਰਾਈਵਰ ਸੀਟ ਤੇ। ਉਹ ਗੱਲ ਸੁਣ, ਅਸੀਂ ਤੈਨੂੰ ਰੱਖਿਆ ਕਿ ਤੂੰ ਸਾਨੂੰ ਰੱਖਿਆ? ਉਹ ਰੱਖਿਆ ਭਾਵੇਂ ਤੁਸੀਂ ਆ, ਪਰ ਉਹ ਕਹਿੰਦੇ ਆ ਨਾ ਕਿ ਜੇ ਡਰਾਈਵਰ ਆਪਣੀ ਸੀਟ ਤੇ ਆਪ ਕੱਪੜਾ ਮਾਰੇ ਨਾ ਤੇ ਉਹ ਬੱਸ ਵੀ ਕਿਤੇ ਜ਼ਰੂਰ ਮਾਰਦਾ ਜੀ। ਬੱਸ ਨਾ ਕਰੋ, ਸਵੇਰ ਸਵੇਰੇ ਨਸ਼ਾ ਲਾਉਣ ਡਿਆ। ਅਕਲ ਨੂੰ ਹੱਥ ਮਾਰ, ਤੂੰ ਚੱਲ ਸੀਟ ਤੇ ਕੱਪੜਾ ਮਾਰ। ਉਹ ਸੀਟ ਤੇ ਕੱਪੜਾ ਵੱਜਾ, ਤੂੰ ਬਹਿਣ ਦੀ ਕਰ ਤੇ ਬੱਸ ਲੈ ਚੱਲ ਚੰਡੀਗੜ੍ਹ, ਅੱਗੋਂ ਦਿੱਲੀ ਨੂੰ ਪਾਲਾਂਗੇ। ਫਿਰ ਤਾਂ ਮੇਰਾ ਪਹਿਲੇ ਦਿਨ ਹਿਸਾਬ ਕਰ ਦਿਓ, ਮੈਂ ਜਾਵਾਂ, ਤੁਸੀਂ ਕੋਈ ਹੋਰ ਡਰਾਈਵਰ ਰੱਖ ਲਓ। ਉਹ ਕਿਉਂ? 2 ਕਿਲੋਮੀਟਰ ਦਾ ਪਰਮਿਟ ਹੈ ਤੁਹਾਡੇ ਕੋਲ ਰੰਧਾਵਾ ਮਸੰਦਾ ਤੋਂ ਮਕਸੂਦਾਂ, ਤੇ ਗੱਲਾਂ ਤੁਸੀਂ ਕਰਦੇ ਹੋ ਚੰਡੀਗੜ੍ਹ ਦੀਆਂ। ਆ ਜਾਓ ਸਰਦਾਰ ਜੀ ਜਾਓ, ਸਾਡੇ ਕੋਲ ਨੀ ਸ਼ੱਕ ਹੁੰਦੇ, ਹਵਾਲਾਤ ਦੇ ਪ੍ਰਸ਼ਾਦੇ। ਕੀ ਮਤਲਬ ਤੇਰਾ? ਬਸ ਰੂਟ ਪਰਮਿਟ ਮੁਤਾਬਕ ਚੱਲਦੀ ਆ, ਮਰਜ਼ੀ ਮੁਤਾਬਕ ਨਹੀਂ। ਤੂੰ ਕੋਈ ਗੱਲ ਨੀ, ਪੈਸੇ ਲੈ ਜਾ ਤੇ ਦੂਰ ਦਾ ਰੂਟ ਪਰਮਿਟ ਲੈ ਕੇ ਆ ਕੇ ਤੂੰ ਲੰਮਾ ਜਾ। ਆ ਵੇਖੋ ਸਰਦਾਰ ਸਾਹਿਬ, ਇਹ ਪਰਮਿਟ ਆ, ਕੋਈ ਸੰਘਾੜੇ ਨੀ ਕਿ ਜਾ ਕੇ ਮੈਂ ਰੇਹੜੀ ਤੋਂ ਫੜ ਲਿਆਵਾਂ। ਨਾਲੇ ਪਰਮਿਟ ਲੈਣ ਲਈ ਤੇ ਸਾਲਾਂ ਦੇ ਸਾਲਾਂ ਕੀਸੀਆਂ ਕਰਨੀਆਂ ਪੈਂਦੀਆਂ, ਪਰਮਿਟ ਫਿਰ ਨੀ ਜੇ ਮਿਲਦਾ, ਬੰਦਾ ਰੱਬ ਨੂੰ ਜਾ ਮਿਲਦਾ ਜੇ। ਚਲੋ ਮਰਦੀ ਨੇ ਅੱਕ ਚੱਬਿਆ ਨੀ, ਮੈਂ ਹਾਰ ਕੇ ਛੜੇ ਨਾਲ ਲਾਈਆਂ। ਚਲਾਓ ਫਿਰ ਬਸ 2 ਕਿਲੋਮੀਟਰ ਦੇ ਰੂਟ ਤੇ। ਮਕਸੂਦਾ 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 ਆ ਜਾ ਬਈ। ਨੀਤ ਨਾਲ ਆਵਾਜ਼ ਦੇ ਹਾਂ, ਮਾਸਾ ਇਦਾਂ ਦੀ ਆਵਾਜ਼ ਸੁਣ ਕੇ ਆਉਂਦੇ ਵੀ ਮੁੜ ਜਾਂਦੇ ਆ। ਕੀ ਕਰਾਂ, ਵਾਜਾਂ ਮਾਰ ਮਾਰ ਕੇ ਗਲਾ ਬਹਿ ਗਿਆ ਤੇ ਸੀਟੀਆਂ ਮਾਰ ਮਾਰ ਕੇ ਫੂਕ ਮੁੱਕ ਗਿਆ, ਸਵਾਰੀ ਕੋਈ ਆਈ ਨੀ। ਸਵੇਰ ਦੇ 5 ਰੁਪਏ ਨੀ ਵੱਟੇ ਅਜੇ ਤੱਕ ਅਸੀਂ ਬੱਸ 'ਚ, ਤੇ ਉਹ ਡਰਾਈਵਰ ਕਮੀਨਾ ਸਵੇਰ ਦਾ 50 ਰੁਪਏ ਦੀ ਚਾਹ ਪੀ ਗਿਆ। ਤੁਹਾਡੇ ਨਾਲ ਤੇ ਰਕਸ਼ਾ ਵਾਲੇ ਚੰਗੇ ਆ, ਇੱਕ ਸਵਾਰੀ ਚੜਾਉਂਦੇ ਤੇ ਇੱਕ ਲਾਉਂਦੇ ਆ। ਮੈਨੂੰ ਤਾਂ ਲੱਗਦਾ ਸੋਨਾ ਵੀ ਇਸ ਬੱਸ ਤੇ ਲਿਖ ਕੇ ਲਵਾਉਣਾ ਪੈਣਾ, ਏਦਾਂ ਹੱਥ ਜੁੜਿਆਂ ਦੀ ਫੋਟੋ ਤੇ ਨਾਲ ਲਿਖਿਆ ਹੋਏਗਾ, ਇਸ ਬੱਸ ਨੂੰ ਰਿਕਸ਼ਾ ਹੀ ਸਮਝਿਆ ਜਾਵੇ ਜੀ। ਇੱਕ ਗੱਲ ਆਈ ਤਾਂ ਹੈ ਦਿਮਾਗ 'ਚ, ਭਾਜੀ ਤੁਹਾਡੇ ਕੋਲ ਪੈਸੇ ਆ? ਹੈ ਤੇ ਸਹੀ ਪੈਸੇ, ਪਰ ਜਿਸ ਤਰ੍ਹਾਂ 9 ਲੱਖ ਰੁਪਏ ਦੀ ਬੱਸ ਲਈ ਨਾ ਸਮੇਤ ਪਰਮਿਟ ਤੇ ਸਵਾਰੀ ਕੋਈ ਚੜ੍ਹਦੀ ਨੀ ਇਹਦੇ 'ਚ, ਮੈਨੂੰ ਲੱਗਦਾ ਬਹੁਤੀ ਦੇਰ ਪੈਸੇ ਰਹਿਣੇ ਨੀ ਆਪਣੇ ਕੋਲ। ਉਹ ਲੰਮੀਆਂ ਛੱਡੋ ਭਾਜੀ, ਇਹ ਦੱਸੋ ਤੁਹਾਡੇ ਕੋਲ ਪੈਸੇ ਆ? ਹੈ ਨੇ ਪੈਸੇ ਯਾਰ, ਕਰਨੇ ਕੀ ਤੂੰ? ਉਹ ਵੀ ਦੱਸ ਨਾ, ਆਓ ਮੇਰੇ ਨਾਲ। ਹੈਲੋ ਰਕਸ਼ਾ, ਰਕਸ਼ਾ ਇੱਧਰ ਆ ਇੱਧਰ। ਕੀ ਬਾਤ ਹੈ ਬਾਬੂ ਜੀ, ਬਸ ਖਰਾਬ ਹੋ ਗਈ, ਧੱਕਾ ਲਗਾਣਾ? ਉਹ ਮੈਨੂੰ ਸਾਹਿਬ ਬੱਸ ਨੂੰ ਨੀ ਧੱਕਾ ਲਾਉਣਾ, ਤੁਹਾਨੂੰ ਧੱਕਾ ਲਾਉਣਾ। ਆਜੋ 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 ਸਾਰੇ। ਓ ਇੰਨੀ ਗਰਮੀ 'ਚ ਰਕਸ਼ਾ ਚਲਾਉਣ ਡਏ ਹੋ, ਤਰਸ ਖਾਓ ਆਪਣੀ ਜਵਾਨੀ ਤੇ। ਰਿਕਸ਼ੇ ਚਲਾਉਣੇ ਸਰਦਾਰ ਜੀ, ਸਾਡੀਆਂ ਕਿਹੜੀਆਂ ਬੱਸਾਂ ਚੱਲਣ ਡੀਆਂ ਨੇ? ਜਿਨ੍ਹਾਂ ਦੀਆਂ ਚੱਲਦੀਆਂ ਉਹਨਾਂ ਦੀਆਂ ਵੀ ਕਿੱਥੇ ਚੱਲਦੀਆਂ? ਉਹ ਨਾਲੇ ਕੀ ਸਾਰਾ ਦਿਨ ਮਾਰ ਮਾਰ ਕੇ 70-80 ਰੁਪਏ ਕਮਾਉਂਦੇ ਹੋਊਗੇ ਦਿਹਾੜੀ। ਉਹ ਸਰਦਾਰ ਸਾਹਿਬ ਨੂੰ ਤਰਸਾਂਗਾ ਤੁਹਾਡੇ ਤੇ, ਝਾੜੀ ਲਓ ਤੇ ਘਰ ਨੂੰ ਜਾਓ। ਦਿਓ ਸਰਦਾਰ ਸਾਹਿਬ ਪੈਸੇ। ਲਓ ਜੀ ਲਓ ਲਓ, ਐ ਫੜੋ ਵੀ ਕਾਕਾ, ਸਿੱਧੇ 100-100 ਰੁਪਈਆ ਫੜੋ। ਚਲੋ ਮਿਲ ਗਈ ਦਿਹਾੜੀ, ਖਸਕੰਦਰ ਹੋ ਜਾਓ, ਖਸਕੰਦਰ ਨਜ਼ਰ ਨਹੀਂ ਆਣੇ ਚਾਹੀਦੇ। ਤੇ ਇੱਧਰ ਆ ਵੀ ਤੂੰ ਵੀ ਲੈ ਜਾ, ਨਜ਼ਰ ਨਾ ਆਇਓ ਦੁਬਾਰਾ ਇੱਥੇ ਹੁਣ ਮੈਨੂੰ। ਚੱਕੋ ਵੀ ਚੱਕੋ। ਉਹ ਗਾਸੂ ਗਾਸੂ, ਤੂੰ ਤਾਂ ਕੁਲਫੀਆਂ ਵਾਲਾ, ਤੈਨੂੰ ਕਾਹਦੇ ਪੈਸੇ? ਚੱਲ ਜਾ ਯਾਰ, ਸਾਡੇ ਤੋਂ ਵੀ ਜ਼ਿਆਦਾ ਦੁਖੀ ਲੱਗਦਾ ਹੈ ਤੇ ਮੈਨੂੰ। ਆ ਜਾ ਯਾਰ, ਮਾਰ ਸੀਟੀ। ਸਵਾਰੀ ਚੜੀ ਕੋਈ ਨੀ, ਫਿਰ ਚੜੀ ਜਾਂਦੀ ਹੈ। ਹੁਣ ਕੀ ਸਿਆਪਾ, ਹੁਣ ਤੋਂ ਰਕਸ਼ੇ ਵਾਲੇ ਵੀ ਭਜਾਤੇ, ਹੁਣ ਕਿਉਂ ਨਹੀਂ ਆਉਂਦਾ ਕੋਈ? ਭਾਜੀ 2 ਕਿਲੋਮੀਟਰ ਦਾ ਰੂਟ ਪਰਮਿਟ ਆਪਣੇ ਕੋਲ ਤੇ 2 ਵਿੱਚ ਫੜਕ ਪੈਂਦੇ ਆ ਮਕਸੂਦਾਂ ਤੱਕ, ਰਕਸ਼ੇ ਵਾਲੇ ਤਾਂ ਥੱਲੋਂ ਕੱਢ ਕੇ ਲੈ ਜਾਂਦੇ ਨੇ, ਬੱਸ 'ਚ ਕਿਹੜਾ ਫਸਿਆ ਰਵੇ। ਹੁਣ ਕੀ ਕਰੀਏ, ਮਤਲਬ ਬੱਸ ਵੀ ਫੜਕ ਦੇ ਥੱਲਿਓਂ ਕੱਢਣੀ ਸ਼ੁਰੂ ਕਰ ਦਈਏ ਅਸੀਂ? ਇਹਦਾ ਮਤਲਬ ਬੱਸ 'ਚ ਕਮਾਈ ਨਹੀਂ ਸੀ, ਤਾਂ ਹੀ ਅਗਲਾ ਸਾਨੂੰ ਵੇਚ ਗਿਆ। ਬੱਸ 'ਚ ਕਮਾਈ ਤਾਂ ਬੜੀ ਹੋਈ ਹੈ, ਪਰ ਵੇਚਣ ਵਾਲੇ ਨੂੰ, ਜਿਹੜਾ ਸਾਡੇ ਗੱਲ ਮੜ ਗਿਆ, ਫਸੇ ਤੇ ਅਸੀਂ ਹਾਂ। ਇੱਕ ਆਈਡੀਆ ਹੋਰ ਆ ਗਿਆ ਭਾਜੀ, ਫਿਰ ਬੁੱਢੇ ਹੁੰਦੇ ਆ ਪੈਸੇ ਦੇ ਮਾਮਲੇ 'ਚ ਕੰਜੂਸ। ਮਤਲਬ? ਮਤਲਬ ਇਹ ਟਿਕਟ ਵਾਲਾ ਵੀ ਚੜਿਆ ਕਿ ਫ੍ਰੀ ਵਾਲੇ ਆ ਸਾਰੇ? ਨਹੀਂ, ਅਜੇ ਤਾਂ ਬਾਬੇ ਭੰਗੜਾ ਪਾਉਂਦੇ ਆ ਬੱਸ 'ਚ।
ਉਹ ਤੁਰਿਆ ਆਉਂਦਾ ਹੀ ਸਾਹਮਣੇ ਗੱਭਰੂ ਇਹ ਕਰਾਊ ਪੋਣੀ ਆਪਣੀ ਤੁਸੀਂ ਐਵੇਂ ਖੇਚਲ ਕਰ ਰਹੇ ਬਾਪੂ ਜੀ, ਆ ਮੁੰਡਿਆਂ ਖੁੰਡਿਆਂ ਨੂੰ ਜਾਣਦਾ ਹੀ ਹੁੰਦਾ, ਤੁਸੀਂ ਆਰਾਮ ਕਰੋ ਘਰ। ਇਹ ਸਾਰਾ ਸਿਆਪਾ ਤਾਂ ਪਤੰਦਰਾ ਸਾਡਾ ਕਿਰਾਇਆ ਮਾਫ ਕਰਕੇ ਗਿਆ। ਜਵਾਨ ਤਾਂ ਕੋਈ ਘਰੋਂ ਨਿਕਲਦਾ ਨਹੀਂ, ਹਰ ਕੰਮ ਲਈ ਬਜ਼ੁਰਗਾਂ ਨੂੰ ਤੁਰੇ ਰੱਖਦੇ ਪਿੰਡ ਵਾਲੇ। ਆਹ ਤਿੰਨ ਚਾਰ ਬੁੱਢੇ ਵੇਖ ਲਾ, ਇਹਦੇ ਗੁਆਂਢੇ ਕੰਮ ਚੱਲੇ ਕਰਾਂ ਜੋ ਕਿ ਬੁੱਢਿਆਂ ਗੱਲ ਸਿਆਪਾ ਪਾਤਾ। ਬਿੱਲੂ ਜੀ, ਵੈਸੇ ਕਿਰਾਇਆ ਮਾਫ ਵਾਲੀ ਸਕੀਮ ਤੁਹਾਡੀ ਸੀ ਨਾ, ਇਸੇ ਬੱਸ ਥੱਲੇ ਦੇ ਕੇ ਮਾਰਨਾ ਤੈਨੂੰ ਮੈਂ ਕਿਰ ਲਿਆ। ਉਹ ਭਾਜੀ ਐਵੇਂ ਗੁੱਸਾ ਨਹੀਂ ਕਰੀਦਾ ਹੁੰਦਾ, ਉਹ ਇਹਨਾਂ ਬਜ਼ੁਰਗਾਂ ਕਰਕੇ ਤੇ ਆਪਣੀ ਬੱਸ ਰਸ ਮਸ਼ਹੂਰ ਹੋਣੀ ਹੈ। ਨਾਲੇ ਇੱਕ ਗੱਲ ਹੋਰ ਦੱਸਾਂ, ਪੈਸੇ ਨੂੰ ਮਾਰੋ ਗੋਲੀ, ਉਹ ਜੇ ਬਜ਼ੁਰਗਾਂ ਦਾ ਆਸ਼ੀਰਵਾਦ ਮਿਲ ਗਿਆ ਨਾ ਤੇ ਤੁਹਾਡਾ ਡੋਲੀ ਨਾਲ ਵਿਆਹ ਵੀ ਹੋ ਜਾਣਾ। ਡੋਲੀ ਨਾਲ ਵਿਆਹ, ਇਹ ਗੱਲ ਤੂੰ 16 ਨੇ ਸੱਚੀ ਕਹੀ ਹੈ। ਵੈਸੇ ਬਜ਼ੁਰਗਾਂ ਦੇ ਆਸ਼ੀਰਵਾਦ ਵਿੱਚ ਦਮ ਬਹੁਤ ਹੁੰਦਾ, ਲੋਕੀ ਕਹਿੰਦੇ ਬਜ਼ੁਰਗਾਂ ਦੀਆਂ ਸੀਸਾਂ ਲੈਣੀਆਂ ਚਾਹੀਦੀਆਂ। ਯਾਰ ਜੇਕਰ ਡੋਲੀ ਨਾਲ ਮੇਰਾ ਵਿਆਹ ਹੋ ਗਿਆ ਨਾ, ਤੇਰੇ ਸਮੂਹ ਦੇ ਵਿੱਚ ਸ਼ੱਕਰ। ਭਾਜੀ ਕਿਉਂ ਸ਼ੱਕਰ? ਕਿ ਉਹ ਤੈਨੂੰ ਕਿੱਥੇ ਪਚਣਾ ਕਮੀਨਿਆ, ਲੂਜ਼ ਮੋਸ਼ਨ ਲੱਗ ਕੇ ਮਰੇਗਾ। ਬਾਕੀ ਬਸ ਇਹ ਹੁਣ ਖਿਆਲ ਕਰੀ, ਪੂਰੇ ਸਫ਼ਰ ਦੇ ਵਿੱਚ ਬਜ਼ੁਰਗਾਂ ਦੇ ਆਸ਼ੀਰਵਾਦ ਲੈਣੇ ਆ, ਸੀਸਾਂ ਲੈਣੀਆਂ, ਕਿਸੇ ਬਜ਼ੁਰਗ ਦੀ ਬਾਦੂਆ ਨਹੀਂ ਲੈਣੀ। ਓਕੇ, ਬਸ ਤੋਰ ਫਿਰ। ਬੇਟਾ ਬਸ ਕਿੱਥੇ ਜਾਣੀ ਹੈ? ਤੁਸੀਂ ਕਿੱਥੇ ਜਾਣਾ ਬਜ਼ੁਰਗੋ? ਲੁਧਿਆਣੇ ਪੁੱਤ ਜਾਣਾ। ਲੁਧਿਆਣੇ? ਬੈਠੋ 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 ਬੈਠੋ। ਬਾਪੂ ਜੀ ਤੁਸੀਂ ਕਿੱਥੇ ਜਾਣਾ? ਅੱਡੇ ਵਾਲੀ ਪਾਸੇ ਡਿੱਗਦਾ ਹਾਂ ਪੁੱਤਰਾ, ਮੈਂ ਉੱਥੇ ਬੈਠ ਕੇ ਬਠਿੰਡੇ ਜਾਣਾ। ਆ ਜਾਓ ਆ ਜਾਓ ਆ ਜਾਓ, ਬਠਿੰਡੇ ਜਾਣੀ ਬਸ, ਬੈਠੋ ਭੱਜ ਕੇ ਬਹਿ ਜਾਓ ਬਠਿੰਡੇ, ਵਧੀਆ ਜੀ ਸੀਟ ਲੱਭ ਲਓ ਕੋਈ। ਇੱਕ ਦੱਸ ਹੁਣ, ਉਹ ਬਾਪੂ ਤੁਰਿਆ ਜਾਂਦਾ ਨਾ ਮਰਿੰਡੇ ਵਾਲਾ, ਇਹਨੂੰ ਮੋੜਿਆ ਤੂੰ ਮਰਿੰਡੇ ਨਹੀਂ ਜਾਣੀ ਬਸ, ਇਹਨੂੰ ਵੀ ਬੁਲਾ ਤੂੰਗਾ ਜਾਣੀ ਮਰਿੰਡੇ ਵੀ। ਲਓ ਜੀ ਮੇਰੇ ਕਿਸੇ ਵੀਰ ਭੈਣ ਮਾਤਾ ਪਿਤਾ ਭਰਾ ਬਜ਼ੁਰਗ ਦੇ ਹੱਥਾਂ ਤੇ ਲਕੀਰਾਂ ਨੂੰ ਗੁੱਟਾਂ ਤੇ ਹਜ਼ੀਰਾਂ ਨੂੰ ਕੰਨਾਂ ਰੜਕ ਹੋਵੇ, ਅੱਖਾਂ ਚਸਕ ਹੋਵੇ, ਮੂੰਹ ਬੋਲਣਾ ਹੋਵੇ, ਕੁੰਡਾ ਖੋਲਣਾ ਹੋਵੇ, ਅੱਖਾਂ ਚੋਂ ਪਾਣੀ ਜਾਂਦਾ ਹੋਵੇ, ਮੇਰੇ ਕੋਲ ਸੁਰਮਾ ਲੈ ਸਕਦਾ, ਸੁਰਮੇ ਦਾ ਨੁਸਖਾ ਐੜਾ ਗੈੜਾ, ਬਿਲ ਬਤੋਲਾ ਕਾਲੇ ਪੂਨੇ ਡੇਲੇ, ਚਿਤਰੀ ਵਾਲੇ ਕੇਲੇ, ਕੁੱਤੇ ਦੀ ਪੁੱਛੇ ਤੌਲੇ ਪਰ ਹੌਲੇ ਹੌਲੇ, ਬੱਕਰੀ ਦੀ ਪੂਛ ਦੇ ਵਾਲ ਕੁਝ ਹਰੇ ਕੁਝ ਲਾਲ, ਜੀਂਦੀ ਜਨਾਨੀ ਦੀ ਸੰਘੀ, ਮਰੀ ਜਨਾਨੀ ਦੀ ਕੰਘੀ, ਮੱਖੀ ਮੱਛਰਾਂ ਤੇਲ ਵਿੱਚ ਪਾ ਕੇ ਅਤਰ ਫਲੇਲ, ਸੌਣ ਤੋਂ ਬਾਅਦ ਇੱਕ ਸਲਾਈ, ਉੱਠਣ ਤੋਂ ਪਹਿਲਾਂ ਇੱਕ ਸਲਾਈ। ਲਓ ਜੀ ਕਿਸੇ ਨੂੰ ਪੈਨ ਚਾਹੀਦਾ ਹੋਵੇ, ਕਿਸੇ ਨੂੰ ਨੇਲ ਕਟਰ ਚਾਹੀਦਾ, ਚੈਨੀ ਚਾਹੀਦੀ ਹੈ, ਮਨੋਰੰਜਨ ਵਾਸਤੇ ਦਿਲਕਸ਼ ਕਿਤਾਬਾਂ ਚਾਹੀਦੀਆਂ, ਗਰਮੀ ਪੂੰਝਣ ਵਾਲੇ ਰੁਮਾਲ ਚਾਹੀਦੇ ਨੇ, ਮੇਰੇ ਕੋਲੋਂ ਲੈ ਸਕਦਾ, ਕੀਮਤ 10 ਰੁਪਏ 10 ਰੁਪਏ 10 ਰੁਪਏ। ਕਾਕਾ ਇੱਕ ਨੇਲ ਕਟਰ ਦੇ ਮੈਨੂੰ। ਨੇਲ ਕਟਰ ਚਾਹੀਦੇ ਜੀ? ਆ ਲਓ ਜੀ, ਛੱਡ ਦਿਓ ਜੀ, ਚੈਨੀ ਨਾਲ ਫ੍ਰੀ ਜਾ ਰਹੀ ਹੈ, 10 ਰੁਪਏ ਜੀ। ਕਾਕਾ 10 ਰੁਪਏ ਕਾਹਦੇ, 9 ਕੱਟ ਕੇ ਮੋੜ ਦੇਣਾ ਤੈਨੂੰ। ਠੀਕ ਹੈ ਜੀ। ਕਾਕਾ ਕਿਤਾਬ ਨਹੀਂ? ਕਿਤਾਬ ਚਾਹੀਦੀ ਹੈ ਜੀ, 10 ਰੁਪਏ ਜੀ। 10 ਰੁਪਏ ਕਾਹਦੇ, ਕਿਤਾਬ ਪੜ੍ਹ ਕੇ ਮੋੜ ਦੇਣੀ ਹੈ ਤੈਨੂੰ। ਇਹ ਤਾਂ ਸੌਦਾ ਕਾਟੇ ਵਾਲਾ ਹੀ ਹੈ ਜੀ, ਰਹਿਣ ਹੀ ਦਿਓ ਜੀ। ਬਿੱਲੂ ਮਾਰ ਸੀੜੀ ਵੀ ਤੋਰ ਲਾ ਬਸ, ਕੱਲ੍ਹ ਦੁਕਾਨ ਖੋਲਾਂਗੇ ਜੀ। ਕਾਕਾ ਬਸ ਅੰਮ੍ਰਿਤਸਰ ਜਾਏਗੀ? ਲੈ ਬਸ ਦੀ ਕੀ ਜ਼ਰੂਰਤ ਹੈ, ਨਾ ਜਾਵੇ, ਜਾਵਾਂਗੇ ਅੰਮ੍ਰਿਤਸਰ। ਆ ਜਾਓ ਆ ਜਾਓ ਆ ਜਾਓ, ਧਿਆਨ ਨਾਲ ਬਾਪੂ ਜੀ, ਧਿਆਨ ਨਾਲ ਚੜ੍ਹਿਓ, ਧਿਆਨ। ਓਏ ਆਹ ਕਿਹੜੇ ਹਿਸਾਬ ਨਾਲ ਸਵਾਰੀਆਂ ਪਾਈ ਜਾਂਦੇ ਹੋ? ਲੈ ਦੱਸ, ਇੱਥੋਂ ਲੁਧਿਆਣੇ, ਲੁਧਿਆਣਿਓਂ ਮਰਿੰਡੇ, ਮਰਿੰਡਿਓਂ ਵਾਇਆ ਚੰਡੀਗੜ੍ਹ ਰਾਜਪੁਰਾ, ਪਟਿਆਲਾ ਆਪਾਂ ਚਲੇ ਜਾਣਾ ਬਠਿੰਡੇ, ਬਠਿੰਡਿਓਂ ਆਪਾਂ ਫਰੀਦਕੋਟ ਹੁੰਦੇ ਹੋਏ ਮਖੂ ਜੀਰੇ ਥਾਣੀ ਅੰਮ੍ਰਿਤਸਰ, ਅੰਮ੍ਰਿਤਸਰੋਂ ਵਾਪਸੀ। ਉਹ ਆਸ਼ੀਰਵਾਦ ਲਈਦੇ ਹੁੰਦੇ ਬਜ਼ੁਰਗਾਂ ਦੇ ਆਸ਼ੀਰਵਾਦ, ਚਲੋ ਤੋਰੋ ਬਸ। ਉਹ ਫਿਰ ਆਪਣੀ ਕੰਪਨੀ ਦਾ ਨਾਂ ਵੀ ਆਸ਼ੀਰਵਾਦ ਬੱਸ ਸਰਵਿਸ ਰੱਖ ਲਓ। ਰੁਕੋ ਜੀ, ਰੁਕੋ ਰੁਕੋ ਰੁਕੋ, ਆਓ ਜੀ ਆਓ ਬਾਪੂ ਜੀ, ਆ ਜਾਓ। ਚਲੋ ਕੋਈ ਤਕਲੀਫ ਤੇ ਨਹੀਂ ਹੋਈ ਸਾਡੀ? ਕੋਈ ਤਕਲੀਫ ਨਹੀਂ ਜੀ, ਕੋਈ ਤਕਲੀਫ ਨਹੀਂ। ਵੈਰੀ ਗੁੱਡ ਵੈਰੀ ਗੁੱਡ। ਜਾਣਾ ਕਿੱਧਰ ਆ ਤੁਸੀਂ? ਇੱਥੇ 1.5 ਕਿਲੋਮੀਟਰ ਤੇ ਜਾਣਾ ਹੈ। ਇੱਧਰ? ਹਾਂਜੀ। ਕਿੱਦਾਂ ਜਾਓਗੇ? ਪੈਦਲ ਚੱਲ ਜਾਵਾਂਗੇ। ਐਡ ਨਾ ਨਾ ਲੈ ਦੱਸ, ਇਸ ਹਿਸਾਬ ਨਾਲ ਤਾਂ ਫਿਰ ਸਾਡੇ ਆਸ਼ੀਰਵਾਦ ਅਧੂਰੇ ਰਹਿ ਗਏ ਬਜ਼ੁਰਗਾਂ ਦੇ। ਅਸੀਂ ਪੂਰੇ ਆਸ਼ੀਰਵਾਦ, ਪੂਰੀਆਂ ਸੀਸਾਂ ਲੈਣੀਆਂ ਬਜ਼ੁਰਗਾਂ ਦੀਆਂ। ਇੱਦਾਂ ਨਹੀਂ ਤੁਸੀਂ ਜਾ ਸਕਦੇ ਤੁਰ ਕੇ, ਮੈਂ ਇੰਤਜ਼ਾਮ ਕਰਾਂਗਾ ਤੁਹਾਨੂੰ ਭੇਜਣ ਦਾ, ਰਿਕਸ਼ੇ 'ਤੇ ਜਾਓਗੇ। ਰਿਕਸ਼ਾ?
ਰਿਕਸ਼ਾ ਇੱਕ ਮਿੰਟ ਮੈਂ ਗੱਲ ਕਰਕੇ ਆਉਂਦਾ ਜੀ। ਆ ਬਈਆ ਜਾਣਾ? ਮੈਂ ਨਹੀਂ ਜਾਣਾ। ਕਿਉਂ? ਨਹੀਂ ਮੈਂ ਨਹੀਂ ਜਾਣਾ, ਥਕਾ ਹੂੰ ਬਹੁਤ। ਕਿਆ ਯਾਰ, ਉਹ ਸਵਾਰੀਆਂ ਛੱਡ ਕੇ ਆਣੀਆਂ ਬਹੁਤ ਜ਼ਰੂਰੀ, ਬਜ਼ੁਰਗ ਬੰਦੇ ਐ। ਨਹੀਂ ਮੈਂ ਨਹੀਂ ਜਾਣਾ ਯਾਰ। ਅੱਛਾ ਗੱਲ ਸੁਣ, ਤੂੰ ਥੱਕਿਆ ਨਾ, ਤੇਰਾ ਰਿਕਸ਼ਾ ਤਾਂ ਨਹੀਂ ਨਾ ਥੱਕਿਆ, ਤੂੰ ਰੈਸਟ ਕਰ ਲੈ, ਰਿਕਸ਼ਾ ਤੇਰਾ ਮੈਂ ਲੈ ਜਾਂਦਾ। ਫਿਕਰ ਨਾ ਕਰ, ਪੈਸੇ ਤੈਨੂੰ ਦਿਆਂਗਾ ਲੈ ਫੜ, 100 ਤੋਂ ਵੱਧ ਨਹੀਂ ਕਮਾ ਲੈਣਾ ਖੜੇ ਖੜੇ ਨੇ, ਤੂੰ ਉੱਤਰ ਜਿਹੜਾ ਰਿਕਸ਼ਾ ਮੈਨੂੰ ਦੇ। ਆਜੋ ਆਜੋ ਬਜ਼ੁਰਗੋ ਆਜੋ। ਬਿੱਲੋ ਮੈਂ ਛੱਡ ਕੇ ਹਾਜ਼ਰ ਹਾਂ, ਇਹਨਾਂ ਨੂੰ ਖਿਆਲ ਰੱਖਿਓ, 2 ਮਿੰਟ 'ਚ ਆਇਆ ਵਾਪਸ। ਬੈਠੋ ਜੀ, ਬੈਠੋ ਬੈਠੋ ਬੈਠੋ। ਇੱਦਾਂ ਹੀ ਮਿਲਦੇ ਹੁੰਦੇ ਬਜ਼ੁਰਗਾਂ ਦੇ ਆਸ਼ੀਰਵਾਦ, ਪ੍ਰਵਾਹ ਨਹੀਂ ਕਰਨੇ ਇਕੱਲੇ ਇਕੱਲੇ ਬਜ਼ੁਰਗ ਦੇ, ਆਪਾਂ ਹੋਮ ਡਿਲੀਵਰੀ ਦੇ ਕੇ ਆਉਣੀ ਹੈ। ਕੋਈ ਨਹੀਂ, ਆਸ਼ੀਰਵਾਦ ਪੂਰੇ ਲੈਣੇ ਬਜ਼ੁਰਗਾਂ ਦੇ ਆਪਾਂ। ਚਲਾਓ ਜੀ, ਚਲਾ ਲਓ। ਇਹ ਜੀ ਰੰਧਾਵਾ ਮਸੰਦਾ ਤੋਂ ਮਕਸੂਦਾਂ ਤੱਕ ਦੀ ਜੀ। ਤੇ ਇੱਧਰ ਕੀ ਕਰਦੀ ਫਿਰਦੀ ਆ? ਡੀਟੀਓ ਸਾਹਿਬ ਤੁਹਾਡੇ ਵਾਲੀ ਆਏ ਸੀ ਜੀ। ਕਿਉਂ? ਬਸ ਤੁਹਾਨੂੰ ਇਹੀ ਪੁੱਛਣਾ ਸੀ ਜੀ, ਬਿਨਾਂ ਰੂਟ ਪਰਮਿਟ ਤੋਂ ਮਤਲਬ ਆਪਾਂ ਕਿੱਥੇ ਕਿੱਥੇ ਜਾ ਸਕਦੇ ਹਾਂ? ਬਿਨਾਂ ਪਰਮਿਟ ਤੋਂ ਤਾਂ ਜੇਲ੍ਹ ਹੀ ਜਾ ਸਕਦੀ ਆ। ਲੈ ਜਾਓ ਜੀ। ਕਰ ਰਿਹਾ ਹੋਏ ਕਾਢੀਆ ਘੁੱਗੀ ਵਿਆਹਾਂ ਦਾ ਸੀਜ਼ਨ ਆ, ਕਿਉਂ ਨਾ ਅਸੀਂ ਵਿਆਹਾਂ ਦੇ ਕਾਰਡ ਛਾਪਣੇ ਸ਼ੁਰੂ ਕਰ ਦਈਏ। ਨਾ ਕਿਤੇ ਆਉਣਾ, ਨਾ ਕਿਤੇ ਜਾਣਾ, ਬੈਠੇ ਬਿਠਾਏ ਕਮਾਈ। ਯੈਸ, ਇਹਦਾ ਮਤਲਬ ਬੈਠੇ ਬਿਠਾਏ ਕਾਰਡ ਛਾਪੋ। ਕਾਰਡ ਛਾਪੋ ਕਾਹਦੇ, ਮਤਲਬ ਨੋਟ ਛਾਪੋ। ਯੈਸ, ਦਿਸ ਇਜ਼ ਫਾਈਨਲ। ਪ੍ਰਿੰਟਿੰਗ ਪ੍ਰੈਸ ਚੱਲੇਗੀ ਯਾਰਾਂ ਦੀ, ਕਾਰਡ ਤੇ ਕਾਰਡ ਛਪਣਗੇ, ਵਿੱਚ ਅਸੀਂ ਆਪਣੇ ਵਿਆਹ ਦਾ ਵੀ ਕਾਰਡ ਛਾਪ ਲਾਂਗੇ। ਪਰਸੋਂ 2 ਮਹੀਨੇ ਹੋ ਜਾਣੇ ਆਪਾਂ ਨੂੰ ਪ੍ਰੈਸ ਖੋਲ੍ਹੀ ਨੂੰ। 2 ਮਹੀਨਿਆਂ 'ਚ ਕੋਈ ਵਿਆਹ ਦਾ ਕਾਰਡ ਤੇ ਕੀ ਭੋਗ ਦਾ ਕਾਰਡ ਛਪਾਉਣ ਨਹੀਂ ਆਇਆ ਜੀ। ਮੈਨੂੰ ਤੇ ਲੱਗਦਾ ਸਾਡੀ ਪ੍ਰੈਸ ਕੋਲੋਂ ਕੋਈ ਇੰਪ੍ਰੈਸ ਹੀ ਨਹੀਂ ਹੋਇਆ। ਵੈਸੇ ਇਹ ਪ੍ਰੈਸ ਖੋਲਣ ਨਾਲੋਂ ਨਾ ਆਪਾਂ ਕੱਪੜੇ ਪ੍ਰੈਸ ਕਰਨ ਵਾਲੀ ਪ੍ਰੈਸ ਲਾ ਲੈਂਦੇ ਨਾ, ਕਿਤੇ 100-200 ਕੱਪੜਾ ਰੋਜ਼ ਦਾ ਭੜਕਾ ਦਿਆ ਕਰਨਾ ਸੀ ਆਪਾਂ। 9 ਲੱਖ ਤੇ ਸਿੱਧਾ ਬੱਸ 'ਚ ਖਰਚ ਹੋ ਗਿਆ, ਮੈਨੂੰ ਤੇ 4 ਲੱਖ ਆ ਵੀ ਪ੍ਰੈਸ ਵਾਲਾ ਜਾਂਦਾ ਹੀ ਲੱਗਦਾ। ਇੰਨੇ ਮਾੜੇ ਦਿਨ ਤਾਂ ਮੈਂ ਲਾਈਫ ਕਦੀ ਵੀ ਨਹੀਂ ਦੇਖੀ। ਪਰਮਾਤਮਾ ਦੀ ਉਮਰ ਲੰਮੀ ਕਰੇ, ਉਹ ਤੇ ਇਸ ਮਹੀਨੇ ਦੀ ਤਨਖਾਹ ਵੀ ਮਾਫ ਕਰ ਗਿਆ। ਜਾਂਦਾ ਹੋਇਆ ਫਿਰ ਕਹਿ ਗਿਆ, ਭਾਜੀ ਮੇਰੇ ਲਾਗ ਕੋਈ ਸੇਵਾ ਹੋਏ ਤੇ ਸ਼ਰਮਾਇਓ ਨਾ।
ਪਤਾ ਨਹੀਂ ਯਾਰ, ਹੈਲੋ, ਕੋਈ ਆਇਆ ਲੱਗਦਾ ਵੀ ਗਾਹਕ ਹੀ ਆ, ਔਰ ਗਾਹਕ ਵੀ ਕੋਈ ਤਗੜਾ ਹੀ ਆ। ਸਵਾਰ ਹੋ ਜਾ ਸਿੱਧਾ ਹੋ ਜਾ। ਸਤਿ ਸ਼੍ਰੀ ਅਕਾਲ ਜੀ। ਆ ਜਾਓ ਨਹੀਂ ਸੱਚਾ ਜੀ ਨਹੀਂ ਅੰਦਰ ਆਉਣਾ ਜੇ ਬਾਹਰ, ਪਰ ਅੰਦਰ ਤੇ ਤੁਸੀਂ ਆ ਗਏ ਹੋ। ਮੈਂ ਕਹਿੰਦਾ ਸੀ ਮੂਹਰਤ ਇੱਥੇ ਕਰਵਾ ਲੈਂਦੇ ਆਪਾਂ। ਇੱਕ ਮਿੰਟ ਪੂਰੇ ਮਾਨ ਸਨਮਾਨ ਨਾਲ ਤੁਹਾਡੀ ਐਂਟਰੀ ਕਰਾਉਂਦੇ ਹਾਂ ਨਾ ਜੀ। ਇਹ ਆ ਜਾਓ ਇਹ ਫੜੋ ਜੀ, ਸ਼ੁਭ ਮੂਹਰਤ ਕਰੋ ਲਓ ਜੀ। ਬੈਠੋ ਜੀ ਪਲੀਜ਼। ਅਤੇ ਹੁਣ ਕਰੀਏ ਕੋਈ ਕੰਮ। ਨਹੀਂ ਸੱਚ ਕੰਮ ਦੀ ਗੱਲ ਹੈ ਜੀ, ਪਹਿਲਾਂ ਉਹ ਮਿੱਠਾ ਕਰੋ ਡੱਬਾ ਇੱਥੇ ਪਿਆ ਸੀ ਕਿਤੇ। ਹਾਂ ਲਿਆਓ ਰੋਜ਼ ਹੀ ਡੱਬਾ ਲੈ ਕੇ ਆ ਜਾਈਦਾ ਸੀ, ਰੋਜ਼ ਹੀ ਮੋੜ ਕੇ ਲੈ ਜਾਈਦਾ ਸੀ, ਕਦੀ ਮੂੰਹ ਮਿੱਠਾ ਕਰਾਉਣ ਦੀ ਨੌਬਤ ਹੀ ਨਹੀਂ ਆਈ। ਅੱਜ ਡੱਬੇ ਦੇ ਵੀ ਭਾਗ ਖੁੱਲੇ ਨੇ। ਲਓ ਜੀ ਕਰੋ ਮੂੰਹ ਮਿੱਠਾ, ਪਹਿਲਾਂ ਫਿਰ ਕੰਮ ਦੀਆਂ ਗੱਲਾਂ ਕਰਦੇ ਹਾਂ। ਤੁਹਾਨੂੰ ਜੀ ਨਵੀਂ ਪ੍ਰਿੰਟਿੰਗ ਪ੍ਰੈਸ ਦੀਆਂ ਬਹੁਤ ਬਹੁਤ ਵਧਾਈਆਂ ਜੀ। ਹਾਂ ਮਿਹਰਬਾਨੀ ਜੀ, ਸਾਡੀਆਂ ਇਕੱਲਿਆਂ ਦੀਆਂ ਥੋੜੀ ਵਧਾਈਆਂ, ਤੁਹਾਡੇ ਨਾਲ ਹੀ ਹੈ ਨਾ, ਤੁਹਾਡੇ ਨਾਲ ਭਾਗ ਨੇ ਸਾਰੇ ਸਾਨੂੰ। ਲਓ ਨਾ ਇੱਕ ਹੋਰ ਲਓ। ਹਾਂਜੀ ਹੋਰ ਲਓ ਜੀ, ਹੋਰ ਲਓ। ਇੱਥੇ ਰਾਜ ਦੀ ਦੁਕਾਨ ਸੀ ਦਵਾਈਆਂ ਦੀ, ਤੇ ਹੁਣ ਉਹਨੇ ਦੁਕਾਨ ਨਵੀਂ ਕਿੱਥੇ ਖੋਲੀ ਹੈ, ਤੁਹਾਨੂੰ ਉਹਦੇ ਐਡਰੈਸ ਦਾ ਪਤਾ? ਨਹੀਂ ਮੈਨੂੰ ਤੇ ਨਹੀਂ ਪਤਾ ਜੀ, ਦਰਅਸਲ ਖੁੱਲੀਆਂ ਦੁਕਾਨਾਂ ਬਾਰੇ ਮੈਨੂੰ ਘੱਟ ਹੀ ਨੌਲੇਜ ਆ। ਮੇਰਾ ਦੁਕਾਨਾਂ ਮਤਲਬ ਬੰਦ ਕਰਨ ਕਰਾਉਣ 'ਚ ਜ਼ਿਆਦਾ ਤਜਰਬਾ। ਚੰਗਾ ਜੀ, ਫਿਰ ਮੈਂ ਕਿਸੇ ਹੋਰ ਤੋਂ ਪੁੱਛਦਾ ਫਿਰ। ਹਾਂ ਪੁੱਛ ਲਓ ਜੀ। ਹਾਂ ਤੁਹਾਨੂੰ ਮਿਲ ਕੇ ਮੈਨੂੰ ਬਹੁਤ ਖੁਸ਼ੀ ਹੋਈ। ਅੱਛਾ ਜੀ, ਹਾਂਜੀ ਹੋਣੀ ਸੀ, ਮੈਨੂੰ ਪਤਾ ਸੀ ਉਹੀ ਹੋਣੀ ਹੈ ਜੀ। ਤੁਸੀਂ ਵੀ ਕਿਸੇ ਦਾ ਐਡਰੈਸ ਪੁੱਛਣਾ ਜੀ? ਉਹ ਭਾਜੀ ਮੈਂ ਤਾਂ ਤੁਹਾਡਾ ਐਡਰੈਸ ਲੋਕਾਂ ਤੋਂ ਪੁੱਛ-ਪੁੱਛ ਕੇ ਇੱਥੇ ਆਇਆ। ਸਾਡਾ ਐਡਰੈਸ ਪੁੱਛ-ਪੁੱਛ ਕੇ ਆਇਆ? ਸਾਡਾ ਤਾਂ ਝੱਟ ਮੰਗਣੀ ਪੱਟ ਵਿਆਹ ਵਾਲਾ ਕੰਮ ਹੋ ਗਿਆ। ਸਾਨੂੰ ਕਾਰਡ ਜਲਦੀ ਚਾਹੀਦੇ ਆ, 100 ਪੈਸਾ ਕੋਲ ਧੱਕੇ ਖਾਧੇ, ਸਾਰਿਆਂ ਕੋਲ ਕੰਮ ਹੀ ਬਹੁਤ ਆ, ਤੇ ਸਭ ਦਾ ਇੱਕੋ ਹੀ ਜਵਾਬ, ਕਿਸੇ ਵਿਹਲੀ ਪ੍ਰੈਸ ਕੋਲ ਜਾਓ। ਲਓ ਜੀ ਸਾਨੂੰ ਤੇ ਬਸ ਤੁਸੀਂ ਮੈਟਰ ਫੜਾਓ ਤੇ ਬਸ ਇਹ ਦੱਸੋ ਵੀ ਕਾਰਡ ਚਾਹੀਦੇ ਕਦੋਂ ਨੇ। ਪਰਸੋਂ ਕਾਰਡ ਮਿਲ ਜਾਣ, ਚੌਥੇ ਬਣ ਦੇਵਾਂਗੇ, ਪੰਜੌਥੇ ਵਿਆਹ ਹੈ ਤੇ ਚੌਥੇ ਤੁਹਾਡੀ ਪੇਮੈਂਟ ਮਿਲ ਜਾਊਗੀ, ਤੇ ਚੌਥੇ ਸਾਨੂੰ ਹੋਰ ਵੀ ਕੰਮ ਦਵਾ ਦਿਓ। ਨਾ ਨਾ ਚਲਾ ਗੱਲਾਂ ਤੇ ਆਪਾਂ ਠੋਕੇ ਪੈ ਕੇ ਵੀ ਤੈਅ ਕਰ ਲਾਂਗੇ, ਚਲਾ ਤੇ ਬਸ ਕਾਰਡਾਂ ਦਾ ਕੰਮ ਸ਼ੁਰੂ ਕਰੀਏ, ਬਸ ਦਿਨ ਬੜੇ ਥੋੜੇ ਆ ਜੀ। ਆ ਲਓ ਜੀ ਮੈਟਰ, ਕਾਰਡ ਨਾ ਸਾਨੂੰ ਪਰਸੋਂ ਸ਼ਾਮ ਤੱਕ ਚਾਹੀਦੇ ਨੇ, ਪਰ ਇੱਕ ਗੱਲ ਦਾ ਧਿਆਨ ਰੱਖਿਓ, ਗੇੜਾ ਨਹੀਂ ਹੋਣਾ ਚਾਹੀਦਾ। ਲੈ ਦੱਸ ਕਮਾਲ ਕਰੀ ਜਾਂਦੇ ਹੋ ਜੀ, ਨਾ ਤੇ ਅਸੀਂ ਕਦੀ ਕਿਸੇ ਨੂੰ ਗੇੜਾ ਦਿੱਤਾ ਤੇ ਨਾ ਹੀ ਕਿਸੇ ਦਾ ਗੇੜਾ ਪੈਣ ਦਈਦਾ। ਵਾਗਾ ਪੱਕਾ? ਪੱਕਾ ਜੀ ਪੱਕਾ, ਪ੍ਰੋਮਿਸ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ ਸੋ ਮਚ। ਆ ਲਓ ਵੀ ਮੈਟਰ ਤੇ ਉਹ ਮੁੰਡੇ ਨੂੰ ਦਿਓ, ਕੰਪਿਊਟਰ ਤੇ ਡਿਜ਼ਾਈਨ ਵਗੈਰਾ ਰੈਡੀ ਕਰੇ, ਠੀਕ ਹੈ ਜੀ? ਓਕੇ। ਓਏ ਨੇਰ ਸਾਈਂ ਦਾ, ਉਹ ਚੁੱਪ ਚੁੱਪੀ ਤੇ ਪ੍ਰੈਸ ਖੋਲ ਲਈ ਤੇ ਸਾਨੂੰ ਦੱਸਿਆ ਵੀ ਨਹੀਂ। ਯਾਰ ਤੂੰ ਲੱਕੀ ਹੈ। ਲੱਕੀ ਨਹੀਂ ਯਾਰ, ਮੈਂ ਬੰਟੀ ਆ ਬੰਟੀ, ਇੰਨੀ ਛੇਤੀ ਭੁੱਲ ਗਿਆ ਕਾਲਜ ਦੇ ਯਾਰਾਂ ਨੂੰ। ਲੈ ਉਹ ਤੈਨੂੰ ਕਿੱਦਾਂ ਭੁੱਲ ਸਕਦਾ ਮੇਰੀ ਜਾਨ, ਮੈਂ ਤਾਂ ਸਿਰਫ ਇਹ ਕਹਿ ਰਿਹਾ ਸੀ ਵੀ ਤੂੰ ਸਾਡੇ ਵਾਸਤੇ ਬਹੁਤ ਲੱਕੀ ਹੈ। ਸਾਨੂੰ 2 ਮਹੀਨੇ ਹੋ ਗਏ ਪ੍ਰੈਸ ਲਾਈ ਨੂੰ, ਅਜੇ ਤੱਕ ਇੱਕ ਗਾਹਕ ਨਹੀਂ ਸੀ ਸਾਡੇ ਕੋਲ ਵੜਿਆ, ਬੋਣੀ ਵੀ ਨਹੀਂ ਸੀ ਕੀਤੀ, ਅਜੇ ਤੂੰ ਆਇਆ ਤੇ ਪਹਿਲਾ ਗਾਹਕ ਵੀ ਆਇਆ। ਪਹਿਲਾਂ ਨਹੀਂ ਦੂਜਾ। ਮਤਲਬ ਵਿਜ਼ਿਟਿੰਗ ਕਾਰਡ ਪਾਉਣਾ ਹੈ ਯਾਰ ਆਪਣੇ, ਬਿਜ਼ਨਸ ਕਾਰਡ। ਬਿਜ਼ਨਸ? ਵਾਹ, ਕਾਹਦਾ ਬਿਜ਼ਨਸ ਕਰ ਰਹੇ ਵੀ ਅੱਜ ਕੱਲ? ਇਨਵੈਸਟਮੈਂਟਸ ਕੰਸਲਟੈਂਟ। ਤੇ ਪੰਜਾਬੀ ਚ ਇਹਨੂੰ ਕੀ ਕਹਿੰਦੇ ਨੇ? ਬਸ ਲੋਕਾਂ ਦੇ ਪੈਸੇ ਸਹੀ ਜਗ੍ਹਾ ਇਨਵੈਸਟ ਕਰਵਾਈਦੇ ਨੇ ਤੇ ਥੋੜੇ ਤੋਂ ਬਹੁਤੇ ਬਣਾਈਦੇ ਨੇ। ਥੋੜੇ ਤੋਂ ਬਹੁਤੇ ਕਿੱਦਾਂ ਬਣ ਜਾਂਦੇ ਜੀ? ਬਸ ਦਿਮਾਗ ਦੀ ਖੇਡ ਆ ਯਾਰ, ਪਲੈਨਿੰਗ ਨਾਲ ਚੱਲੀਦਾ। ਗੱਲ ਸੁਣ ਬੋਲੋ ਯਾਰ, ਮੈਨੂੰ ਆ ਪ੍ਰੈਸ ਵਾਲਾ ਕੰਮ ਤੇ ਆਪਣਾ ਡਾਵਾਂ ਡੋਲ ਹੀ ਲੱਗਦਾ, ਇੱਧਰ ਲਾ ਕੇ ਵੇਖ ਲਈਏ ਪੈਸੇ।
ਮੈਨੂੰ ਤੇ ਲੱਗਦਾ ਰਿਸਕ ਜੇ ਭਾਈ ਸਾਹਿਬ ਪੈਸੇ ਲੈ ਕੇ ਗਏ ਕਿਸਕ। ਦੇਖੋ ਜੀ ਇਹ ਆ ਵਿਸ਼ਵਾਸ ਦਾ ਕੰਮ, ਜੇ ਤੁਹਾਨੂੰ ਵਿਸ਼ਵਾਸ ਨਹੀਂ ਤਾਂ ਪੈਸੇ ਬਿਲਕੁਲ ਲੈ ਲੈਣਾ। ਨਹੀਂ ਨਹੀਂ ਯਾਰ ਲੈ, ਮੇਰਾ ਕਾਲਜ ਟਾਈਮ ਦਾ ਜਿਗਰੀ ਯਾਰ, ਆਪਾਂ ਨੂੰ ਪੂਰਾ ਵਿਸ਼ਵਾਸ ਹੈ ਇਹਦੇ ਤੇ। ਲੈ ਵੀ ਦੋਸਤਾ ਪੂਰੇ 5 ਲੱਖ ਦਾ ਸੈਲਫ ਦਾ ਚੈੱਕ, ਜਿੱਥੇ ਮਰਜ਼ੀ ਲਾਵੇ, ਬਸ ਮੈਨੂੰ ਥੋੜੀ ਜਿਹੀ ਕਮਾਈ ਕਰਾ ਦੇ। ਬੰਟੀ ਯਾਰ ਮੈਂ ਕਾਲਜ ਟਾਈਮ 'ਚ ਤੇਰਾ 200-300 ਰੁਪਈਆ ਮਾਰਿਆ ਸੀ, ਉਹਦਾ ਬਦਲਾ ਨਾ ਲੈ ਲਈ ਯਾਰ ਕਿਤੇ ਮੇਰੇ ਕੋਲ। ਯਾਰ ਤੂੰ ਰੱਖ ਲੈ ਰੱਖ ਲੈ, ਚੱਲ ਮੈਂ ਚੈੱਕ ਰੱਖਦਾ ਤੇ ਤੂੰ ਰੱਬ ਤੇ ਭਰੋਸਾ ਰੱਖ, ਤੇ ਆਹ ਮੇਰਾ ਵਿਜ਼ਿਟਿੰਗ ਕਾਰਡ ਛਾਪ ਦਿਓ ਤੇ ਲੰਘਦੇ ਵੜਦੇ ਮੈਂ ਲੈ ਜਾਵਾਂਗਾ। ਠੀਕ ਹੈ, ਓਕੇ ਫਿਰ। ਓਕੇ ਜੀ ਓਕੇ, ਮੇਰਾ ਵੀ ਕਾਰਡ ਲੈ ਜਾਓ, ਤੁਹਾਨੂੰ ਵੀ ਫੋਨ ਫਾਨ ਕਰਨ। ਓਕੇ ਬਾਏ, ਥੈਂਕ ਯੂ ਸੋ ਮਚ, ਥੈਂਕ ਯੂ ਬੌਸ, ਥੈਂਕ ਯੂ। ਬਸ ਹੁਣ ਤੇ ਪਰਮਾਤਮਾ ਤੇ ਭਰੋਸਾ ਰੱਖਣਾ ਪੈਣਾ। ਮੁੰਡਾ ਵੈਸੇ ਸ਼ਰੀਫ ਖਾਨਦਾਨ ਦਾ ਮੁੰਡਾ, ਬਹੁਤ ਅੱਛਾ ਵੈਸੇ। ਹਲੋ ਜੀ, ਤੁਹਾਡੇ ਕਾਰਡ ਬਿਲਕੁਲ ਰੈਡੀ। ਰੈਡੀ ਨੇ ਜੀ, ਹਾਂ ਇਹਦੇ ਬਾਹਰੋਂ ਲੱਗਾ ਹੋਣਾ ਸੈਂਪਲ ਕਾਰਡ। ਹਾਂਜੀ ਇੱਕ ਵਾਰੀ ਚੈੱਕ ਵੀ ਕਰ ਲਓ ਜੀ। ਵਾਹ ਜੀ ਵਾਹ, ਡਿਜ਼ਾਈਨ ਤਾਂ ਬਹੁਤ ਹੀ ਪਿਆਰਾ ਬਣਾਇਆ। ਮੈਂ ਦਰਅਸਲ ਗੁਪਤਾ ਜੀ ਮੁੰਡੇ ਨੂੰ ਸਪੈਸ਼ਲੀ ਕਿਹਾ ਸੀ ਵੀ ਗੁਪਤਾ ਜੀ ਦੀ ਕੁੜੀ ਦੇ ਵਿਆਹ ਦੇ ਕਾਰਡ ਇਹੋ ਜਿਹੇ ਛਾਪਣੇ ਇਹੋ ਜਿਹੇ ਛਾਪਣੇ ਆ ਵੀ ਲੋਕੀ ਗੁਪਤਾ ਜੀ ਨੂੰ ਪੁੱਛਦੇ ਫਿਰਨ ਵੀ ਗੁਪਤਾ ਜੀ ਤੁਹਾਡੀਆਂ ਹੋਰ ਵੀ ਕੁੜੀਆਂ ਹੈ ਨੇ, ਜੇ ਹੈ ਤਾਂ ਸਾਡੇ ਵਾਲੀ ਵੀ ਆਇਓ। ਕੀ ਸੋਚ ਰਹੇ ਗੁਪਤਾ ਜੀ? ਮੈਂ ਸੋਚ ਰਿਹਾ ਇਹ ਗੱਲ ਗੁੱਸੇ ਵਾਲੀ ਆ ਤਾਂ ਹਾਸੇ ਵਾਲੀ। ਬਸ ਕਹਿ ਹੋ ਗਿਆ ਜੀ, ਮੇਰੇ ਕੋਲੋਂ ਸਮਝ ਮੈਨੂੰ ਨਹੀਂ ਆ ਰਹੀ ਆ ਕੀ ਕਿਹਾ ਮੈਂ, ਬਸ ਕੁਝ ਮਚੋਲਾ ਜਿਹਾ ਹੀ ਪੈ ਗਿਆ ਜੀ। ਆ ਜਿਹੜਾ ਪੰਗਾ ਪੈ ਗਿਆ ਨਾ, ਇਸ ਪੰਗੇ ਤੋਂ ਜਿਹੜੀਆਂ ਤੁਹਾਨੂੰ ਪੈਣਗੀਆਂ ਨਾ ਡਾਂਗਾਂ, ਉਹਨਾਂ ਡਾਂਗਾਂ ਤੋਂ ਤੁਹਾਨੂੰ ਬਚਾਊ ਕੌਣ? ਕੀ ਕਹਿ ਰਹੇ ਹੋ ਜੀ? ਕਹਿ ਰਿਹਾ ਤੇਰੀ ਮਾਂ ਦਾ ਸਿਰ, ਵਿਆਹ ਹੈ ਪਰਸੋਂ 27 ਜੂਨ ਤੇ ਤੁਸੀਂ 27 ਜੁਲਾਈ ਛਾਪੀ ਆ। ਉਹ ਗੱਲ ਸੁਣੋ, ਕੁੜੀ ਮੇਰੀ ਦਾ ਵਿਆਹ ਹੈਗਾ ਪਰਸੋਂ ਤੇ ਗੈਸ ਆਣ ਕੇ ਮਹੀਨੇ ਬਾਅਦ, ਉਹ ਮੇਰੀ ਕੁੜੀ ਤਾਂ ਪਹਿਲਾਂ ਹੀ ਬਹੁਤ ਕਪੱਤੀ ਆ, ਹੋ ਸਕਦਾ ਮਹੀਨੇ ਤੱਕ ਮੁੰਡੇ ਵਾਲੇ ਉਹਨੂੰ ਛੱਡ ਹੀ ਨਾ ਦੇਣ। ਇਹ ਤਾਂ ਬਹੁਤ ਵੱਡੀ ਮਿਸਟੇਕ ਹੋ ਗਈ, ਗਲਤੀ ਹੋ ਗਈ ਸਾਡੇ ਕੋਲੋਂ ਜੀ। ਆਪਾਂ ਇੱਦਾਂ ਕਰਦੇ ਹਾਂ, ਫਟਾਫਟ ਜੂਨ ਮਹੀਨੇ ਦੀਆਂ ਸਲਿੱਪਾਂ ਛਾਪ ਕੇ ਅਤੇ ਜੁਲਾਈ ਮਹੀਨੇ ਦੇ ਉੱਤੇ ਚਿਪਕਾ ਦਿੰਦੇ ਹਾਂ। ਉਹ ਵੀ ਸ਼ਰਮੋ, ਮੇਰੀ ਸ਼ਹਿਰ 'ਚ ਇੰਨੀ ਬਣੀ ਬਣਾਈ ਆ, ਮੈਂ ਚੰਗਾ ਲੱਗਦਾ ਆਪਣੀ ਕੁੜੀ ਦੇ ਵਿਆਹ 'ਤੇ ਪੈਨਸ਼ਨ ਲੱਗਾ ਕਾਰਡ ਬੰਡਾ? ਕਾਰਡ ਦੁਬਾਰਾ ਛਾਪੋ ਦੁਬਾਰਾ। ਇੰਨੀ ਛੇਤੀ ਕਾਰਡ ਕਿੱਦਾਂ ਛਾਪ ਸਕਦੇ ਆ ਜੀ? ਮੈਂ ਅੱਜ ਕਾਰਡ ਬੰਡਣਾ ਹੀ ਬੰਡਣੇ ਆ। ਫਿਰ ਇੱਦਾਂ ਕਰ ਲਓ ਜੀ, ਸਾਡੇ ਕੋਲ ਕਿਸੇ ਹੋਰ ਦੇ ਵੀ ਕਾਰਡ ਛਪੇ ਪਏ ਨੇ, ਤੁਸੀਂ ਅੱਜ ਉਹ ਵੰਡ ਦਿਓ ਫਿਰ। ਮੈਂ ਪਾਗਲ ਹੋ ਜਾਵਾਂਗਾ, ਉਹ ਕਿੱਥੇ ਫਸ ਗਿਆ ਮੈਂ? ਤੁਸੀਂ ਫਿਕਰ ਨਾ ਕਰੋ ਜੀ, ਅਸੀਂ ਕੱਲ੍ਹ ਸ਼ਾਮ ਤੱਕ ਤੁਹਾਡੇ ਕਾਰਡ ਦੁਬਾਰਾ ਛਾਪ ਦਿੰਦੇ ਹਾਂ। ਉਹ ਪਰਸੋਂ ਮੇਰੀ ਕੁੜੀ ਦਾ ਵਿਆਹ ਹੈ, ਕੱਲ੍ਹ ਮੈਂ ਹੋਰ ਕੰਮ ਕਰਾਂਗਾ ਕਿ ਤੁਹਾਡੇ ਪਿਓ ਵਾਲੇ ਕਾਰਡ ਵੰਡਾਂਗਾ। ਤੁਸੀਂ ਫਿਕਰ ਨਾ ਕਰੋ ਜੀ, ਇੱਥੇ ਅਸੀਂ ਤੁਹਾਡੀ ਹੈਲਪ ਕਰ ਸਕਦੇ ਹਾਂ। ਤੁਸੀਂ ਸਾਨੂੰ ਲਿਸਟ ਫੜਾ ਦਿਓ ਜਿੱਥੇ ਜਿੱਥੇ ਕਾਰਡ ਵੰਡਣੇ ਆ, ਅਸੀਂ ਕੱਲ੍ਹ ਦੁਪਹਿਰ ਤੱਕ ਕਾਰਡ ਦੁਬਾਰਾ ਛਾਪ ਕੇ ਆਪਣੇ ਹੱਥੀ ਆਪ ਤੁਹਾਡੇ ਕਾਰਡ ਇਕੱਲੇ ਇਕੱਲੇ ਐਡਰੈਸ ਤੇ ਵੰਡ ਕੇ ਆਵਾਂਗੇ। ਜੇ ਕੋਈ ਕਾਰਡ ਰਹਿ ਗਿਆ ਤੇ ਫੇਰ? ਉਹਦੇ ਜ਼ਿੰਮੇਵਾਰ ਅਸੀਂ ਹਾਂ ਜੀ, ਤੁਸੀਂ ਬਿਲਕੁਲ ਫਿਕਰ ਨਹੀਂ ਕਰਨਾ। ਬਿੱਲੂ ਪੈਨ ਫੜ ਤੇ ਕਾਕਾ ਲਿਸਟ ਬਣਾ, ਐਡਰੈਸ ਲੈ ਸਾਰੇ ਲਿਖਾਓ ਜੀ। ਲੋਕਾਂ ਨੇ ਖੁਸ਼ ਹੋ ਜਾਣਾ, ਐਡੇ ਨਵੇਕਲੇ ਸਟਾਈਲ ਦੇ ਵਿੱਚ ਕਦੀ ਅੱਜ ਤੱਕ ਕਿਸੇ ਨੇ ਕਾਰਡ ਨਹੀਂ ਵੰਡੇ ਹੋਣੇ। ਢੋਲੀ ਨਾਲ ਆ, ਭੰਗੜੇ ਵਾਲੇ ਮੁੰਡੇ ਨਾਲ ਆ, ਮੈਂ ਤਾਂ ਕਹਿੰਦਾ ਕਮਾਲ ਆ। ਚੱਲ ਵੀ ਮੁੱਕਿਆ, ਥੈਂਕ ਯੂ।
ਉਹਨਾਂ ਤੇ ਜਾਣਾ ਪਕਾ। ਬਸ ਦਰਅਸਲ ਗੁਪਤਾ ਜੀ ਹੈਗੇ ਨਾ ਜੀ ਆਪਣੇ ਗੁਪਤਾ ਜੀ, ਹਾਂ ਉਹਨਾਂ ਦੇ ਉਹ ਸ਼ਾਦੀ ਹੈਗੀ ਹੈ ਬੇਟੀ ਦੀ, ਤੇ ਉਹਨਾਂ ਨੇ ਕਾਰਡ ਭੇਜਿਆ ਪਵਨ ਗੁਪਤਾ ਜੀ ਆਪਣੇ ਗੁਰਦੇਵ ਨਗਰ ਵਾਲੇ। ਆਹ ਲਓ ਜੀ ਤੁਹਾਡਾ ਕਾਰਡ, ਤੇ ਬਸ ਪਹੁੰਚ ਜਾਇਓ। ਹਾਂਜੀ ਗੁਪਤਾ ਜੀ ਨੇ ਕਾਰਡ ਭੇਜ ਦਿੱਤਾ, ਉਹ ਆਪ ਨਹੀਂ ਆ ਸਕੇ ਕਾਰਡ ਲੈ ਕੇ, ਉਹਨਾਂ ਦੀ ਲੱਤਾਂ 'ਚ ਪਾਂ ਪਈ ਹੋਈ ਆ। ਨਹੀਂ ਦਰਅਸਲ ਬਸ ਉਹ ਕਾਲੀ ਕਾਲੀ 'ਚ ਵਿਆਹ ਰੱਖ ਲਿਆ ਜੀ, ਤੇ ਉਸ ਕਰਕੇ ਸਾਡੀ ਡਿਊਟੀ ਲੱਗ ਗਈ। ਕਾਲੀ ਕਾਲੀ ਦਾ ਕੀ ਮਤਲਬ ਹੋਇਆ, ਕੁੜੀ ਰਾਤੋਂ ਰਾਤ ਜਵਾਨ ਹੋਈ ਆ? ਨਹੀਂ ਰਾਤੋਂ ਰਾਤ ਜਵਾਨ ਤੇ ਨਹੀਂ ਹੋਈ ਜੀ, ਐਕਚੁਅਲੀ ਬਸ ਰਿਸ਼ਤਾ ਹੀ ਰਾਤੋਂ ਰਾਤ ਆ ਗਿਆ, ਹਾਂ ਕਰਤੀ ਰਾਤੋਂ ਰਾਤ ਕਾਰਡ ਛਾਪ ਕੇ ਸਵੇਰੇ ਵੰਡਣੇ ਸ਼ੁਰੂ ਕਰਤੇ। ਤੇ ਕਾਰਡ ਦੇ ਨਾਲ ਡੱਬਾ? ਬਸ ਉਹ ਡੱਬੇ ਡੁੱਬੇ ਲਿਆਉਣ ਦਾ ਟਾਈਮ ਹੀ ਨਹੀਂ ਲੱਗਾ ਜੀ, ਕਾਲੀ ਕਾਲੀ ਸੀ ਨਾ ਸਾਰਾ ਕੁਛ, ਤੇ ਉਹ ਫਿਰ ਕਹਿੰਦੇ ਜੀ ਬਿਨਾਂ ਡੱਬਿਆਂ ਤੋਂ ਹੀ ਦੇ ਦਿੰਦੇ ਆ, ਕੋਈ ਨਹੀਂ ਆਪਣੇ ਘਰ ਨੇ ਸਾਰੇ। ਅਸੀਂ ਡੱਬੇ ਦੇ ਹੀ ਕਾਰਡਾਂ ਦੇ ਨਾਲ, ਤੇ ਉਹਨਾਂ ਨੇ ਸਾਡੇ ਮੱਥਿਆ ਸੁੱਕਾ ਕਾਰਡ ਮਾਰਿਆ, ਸ਼ਗਨ ਇਕੱਠੇ ਕਰਨ ਦੇ ਲਾਲ ਜੀ। ਚਲੋ ਚਲੋ ਅਸੀਂ ਨਹੀਂ ਆਉਂਦੇ ਵਿਆਹ। ਡੱਬਾ ਇੱਥੇ ਖੜੇ ਹੋਵੋ, ਡੱਬਾ ਲਿਆ ਦਿੰਦੇ ਜੀ ਹਲਵਾਈ ਕੋਲੋਂ ਜਾ ਕੇ, ਕੋਈ ਪਸੰਦ ਦੀ ਮਠਿਆਈ ਦੱਸ ਦਿਓ ਲੈ ਦਿੰਦੇ ਆ। ਚਲੋ ਚਲੋ ਨਿਕਲੋ ਨਿਕਲੋ, ਸੁਣੋ ਜੀ ਵਿਆਹ ਤੇ ਸ਼ਗਨਾਂ ਦਾ ਕੰਮ ਹੈਗਾ। ਆ ਲੈ ਜਾ ਗੁੱਤਾ ਜੀ ਕਾਰਡ, ਮੱਥੇ ਮਾਰੇ ਜਾ ਕੇ ਨਾ ਤੇ ਨਾ ਕਰੋ। ਜਾਵਾਂ ਨਹੀਂ ਢੋਲ। ਉਹ ਠਹਿਰ ਜਾ, ਤੈਨੂੰ ਢੋਲਦੀ ਪਈ, ਅੱਗੇ ਜਾ ਕੇ ਵਜਾਣੇ, ਇੱਥੇ ਨਾ ਵਜਾਈ। ਜੀ ਸਤਿ ਸ਼੍ਰੀ ਅਕਾਲ। ਦੇਖੋ ਜੀ ਇਹਨਾਂ ਦਾ ਨਹੀਂ ਹੈਗਾ, ਹਾਂ ਗੁਪਤਾ ਜੀ ਦੀ ਬੇਟੀ ਦੀ ਸ਼ਾਦੀ ਹੈ ਜੀ, ਤੇ ਉਹਨਾਂ ਨੇ ਉਹ ਕਾਰਡ ਭੇਜਿਆ ਤੁਹਾਡੇ ਵਾਸਤੇ, ਤੇ ਨਾਲ ਸਪੈਸ਼ਲੀ ਸੁਨੇਹਾ ਦਿੱਤਾ ਜੀ ਕਿ ਸ਼ਾਦੀ ਦੇ ਵਿੱਚ ਆਉਣਾ ਜ਼ਰੂਰ ਹੈਗਾ ਤੁਸੀਂ। ਹੈ ਜੀ ਬੇਟੇ 27 ਜੂਨ ਤਾਂ ਅਸੀਂ ਬਿਜ਼ੀ ਹੈਗੇ ਹਾਂ, ਤਰੀਕ ਅੱਗੇ ਪਿੱਛੇ ਨਹੀਂ ਹੋ ਸਕਦੀ। ਤਰੀਕ ਤੇ ਜੀ ਸਗੋਂ ਪਹਿਲਾਂ ਹੀ ਥੋੜ੍ਹੀ ਜਿਹੀ ਅੱਗੇ ਹੋ ਗਈ ਸੀ, ਰਾਤੋਂ ਰਾਤ ਕਾਰਡ ਛਾਪ ਕੇ ਤਰੀਕ ਪਿੱਛੇ ਕੀਤੀ। ਬੇਟੇ ਮੇਰਾ ਫੁੱਫੜ ਮਰ ਗਿਆ ਨਾ 27 ਜੂਨ, ਉਹਦਾ ਭੋਗ ਹੈ। ਕੋਈ ਗੱਲ ਨਹੀਂ ਜੀ, ਜੇ ਫੁੱਫੜ ਜੀ ਪੂਰੇ ਵੀ ਹੋ ਗਏ ਨੇ ਤੇ ਉਹ ਨਾ ਆਉਣਗੇ ਵਿਆਹ ਤੇ ਤੁਸੀਂ ਆ ਜਾਇਓ। ਬੇਟੇ ਤੁਹਾਡੇ ਕਾਰਡ ਮੈਨੂੰ ਸਟਾਈਲ ਮੈਨੂੰ ਬਹੁਤ ਅੱਛਾ ਲੱਗਾ ਹੈ। ਥੈਂਕ ਯੂ ਜੀ, ਬਹੁਤ ਮਿਹਰਬਾਨੀ ਜੀ, ਆਉਣਾ ਜ਼ਰੂਰ ਜੀ। ਹਾਂ ਜੀ ਚਲੋ ਵੀ ਚਲੋ ਵਜਾਓ। ਸਤਿ ਸ਼੍ਰੀ ਅਕਾਲ ਜੀ, ਉਹ ਦਰਅਸਲ ਗੁਪਤਾ ਜੀ ਦੀ ਬੇਟੀ ਦੀ ਸ਼ਾਦੀ ਹੈ ਜੀ, ਅਸੀਂ ਸਾਰੇ ਬਸ ਕਾਰਡ ਦੇਣ ਆਇਆ ਜੀ ਉਹਨਾਂ ਦੀ ਸ਼ਾਦੀ ਦਾ, ਤੇ ਉਹ ਕਹਿੰਦੇ ਤੁਸੀਂ ਪਹੁੰਚਣਾ ਜ਼ਰੂਰ ਹੈ। ਜ਼ਰੂਰ ਆਵਾਂਗੇ ਜੀ, ਪਰ ਤੁਹਾਡਾ ਬੇਟਾ ਕਾਰਡ ਉਹਨਾਂ ਦਾ ਤਰੀਕਾ ਬਹੁਤ ਪਸੰਦ ਹੈ। ਕਮਾਲ, ਥੈਂਕ ਯੂ ਜੀ, ਥੈਂਕ ਯੂ। ਉਹ ਤੁਸੀਂ ਵੀ ਕਿਤੇ ਕਾਰਡ ਕੂਡ ਵੰਡਣੇ ਹੋਣ ਤੇ ਸਾਡੀ ਡਿਊਟੀ ਲਾ ਦਿਓ, ਪੂਰੀ ਟੀਮ ਹੈ ਸਾਡੀ ਕਾਰਡ ਵੰਡਣ ਵਾਲੀ। ਠੀਕ ਹੈ ਜੀ, ਆਇਓ ਜ਼ਰੂਰ, ਆ ਜਾਓ ਵੀ। ਵੈਸੇ ਯਾਰ ਆਪਣਾ ਅੰਦਾਜ਼ ਲੋਕਾਂ ਨੂੰ ਪਸੰਦ ਆ ਰਿਹਾ, ਲੈ ਫਿਰ ਆਈਡੀਆ ਕਿਹਦਾ ਸੀ? ਮੇਰਾ ਤੇ ਜੀ ਕਰਨ ਡਿਆ ਕਿ ਮੈਂ ਬੋਲੀਆਂ ਪਾ ਪਾ ਕੇ ਕਾਰਡ ਵੰਡਾਂ। ਓਏ ਬਾਰੀ ਬਰਸੀ ਖੱਟਣ ਗਿਆ ਸੀ, ਖੱਟ ਕੇ ਲਿਆਂਦੀ ਰਾੜ, ਗੁਪਤੇ ਦੀ ਕੁੜੀ ਦਾ ਵਿਆਹ, ਲੈ ਲੋ ਲੱਖੋ ਕਾਰਡ, ਗੁਪਤੇ ਦੀ ਕੁੜੀ ਦਾ ਵਿਆਹ, ਲੈ ਲੋ ਲੱਖੋ ਕਾਰਡ, ਗੁਪਤੇ ਦੀ ਕੁੜੀ ਦਾ ਵਿਆਹ। ਜੈਨ ਸਾਹਿਬ ਹੈਗੇ ਨੇ? ਜੈਨ ਸਾਹਿਬ ਨਾਲ ਦੀ ਕੋਠੀ ਛੱਡ ਕੇ ਅਗਲੀ ਕੋਠੀ ਗਏ ਆ ਭਾਜੀ। ਨਾਲ ਦੀ ਛੱਡ ਕੇ ਤੇ ਅਗਲੀ ਕੋਠੀ? ਹਾਂਜੀ। ਤੁਸੀਂ ਉਹਨਾਂ ਦੇ? ਮੈਂ ਭਾਜੀ ਉਹਨਾਂ ਦਾ ਡਰਾਈਵਰ ਹਾਂ ਜੀ। ਡਰਾਈਵਰ? ਕਾਰਡ ਇਹਨੂੰ ਫੜਾ ਦਿੰਦੇ ਆ, ਆਪੇ ਦੇ ਦੇਗਾ ਜੈਨ ਸਾਹਿਬ। ਨਾ 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 ਨਾ, ਇਹੀ ਤੇ ਖੂਬੀ ਹੈ ਸਾਡੇ ਕੰਮ ਦੀ, ਕਾਰਡ ਅਸੀਂ ਕੰਸਰਨਡ ਬੰਦੇ ਦੇ ਹੱਥ ਫੜਾ ਕੇ ਆਈ ਦੇ ਨਾ, ਉਹ ਇਹ ਤੇ ਹੁਣ ਜੈਨ ਸਾਹਿਬ ਨੂੰ ਫੜਾਵਾਂਗੇ ਇਹ ਕੋਠੀ ਛੱਡ ਕੇ ਤੇ ਅਗਲੀ ਕੋਠੀ। ਕੋਈ ਨਹੀਂ, ਅਸੀਂ ਉੱਧਰ ਫੜਾ ਦਿੰਦੇ ਹਾਂ। ਚਲੋ ਵੇ ਮੁੰਡੇ, ਜੈਨ ਸਾਹਿਬ ਇੱਧਰ ਹੀ ਆਏ ਜੀ। ਉਹ ਜੈਨ ਸਾਹਿਬ ਤਾਂ ਇੱਧਰ ਆਏ, ਤੁਸੀਂ ਕਿਹੜਾ ਬਾਪੂਆਂ ਢੋਲ ਵਜਾਈ ਜਾਨੇ? ਦਰਅਸਲ ਜੀ ਉਹ ਜੈਨ ਸਾਹਿਬ ਨੂੰ ਇੱਕ ਵਿਆਹ ਦਾ ਕਾਰਡ ਦੇਣਾ ਸੀ, ਪਤਾ ਲੱਗਾ ਇੱਧਰ ਆਏ ਨੇ ਤੇ ਅਸੀਂ ਕਾਰਡ ਦੇਣਾ ਇੱਧਰ ਆ। ਕਾਰਡ ਦੇ ਲੱਗਦੇ ਸਾਡੇ ਪਾਪਾ ਜੀ ਕੋਠੇ ਡਿੱਗੇ, ਉਹਨਾਂ ਦਾ ਚੂਲਾ ਟੁੱਟ ਗਿਆ, ਤੁਸੀਂ ਭੰਗੜੇ ਪਾਉਂਦੇ ਹੈ, ਅੱਧਾ ਸ਼ਹਿਰ ਨੂੰ ਖਬਰ ਲੈਣਾ, ਤੁਸੀਂ ਬਾਪੂਆਂ ਦਾ ਢੋਲ ਵਜਾਈ ਜਾਨੇ? ਅਸੀਂ ਤਾਂ ਜੀ ਉਹ ਬਸ ਢੋਲ ਮਤਲਬ ਭੰਗੜਾ। ਆਈ ਆ ਸਿੱਧੀ, ਆਈ ਆ ਮਿੰਦੀ ਯਾਰ ਬਾਹਰ। ਕੀ ਹੋਇਆ ਜੀ? ਆਈ ਆ ਭਾਜੀ, ਪਤਾ ਲੱਗਿਆ ਭਾਜੀ, ਭਾਜੀ ਸਭ ਤੋਂ ਭਾਜੀ ਕੱਟ ਲਓ ਸਰ, ਭਾਜੀ ਮੇਰੇ ਕੱਟ ਲਓ ਭਾਜੀ।
ਹੁਣ ਪਾ ਬੋਲੀ ਪਾਉਂਦਾ ਕਿਉਂ ਨੀ ਬੋਲੀ? ਅਗਲਿਆਂ ਨੇ ਬੋਲਣ ਜੋਗਾ ਨੀ ਛੱਡਿਆ, ਬੋਲੀ ਕਿੱਥੋਂ ਪਾਵਾਂ? ਤੇਰਾ ਹੀ ਆਈਡੀਆ ਸੀ ਨਾ, ਉਹਦਾ ਢੋਲ ਵਜਾਉਂਦੇ ਜਾਵਾਂਗੇ, ਕਾਰਡ ਵੰਡਾਂਗੇ, ਲੋਕਾਂ ਨੂੰ ਚਾਅ ਬੜਾ ਚੜੇਗਾ, ਲੋਕੀ ਸਤਿਕਾਰ ਕਰਨਗੇ। ਆ ਕੀਤਾ ਸਤਿਕਾਰ ਲੋਕਾਂ ਨੇ, ਬਸ ਵਜਾਉਂਦੇ ਤੁਰੇ ਗਏ, ਲਿਹਾਜ ਨੀ ਕੀਤਾ ਕਿ ਤੂੰ ਕਹਿੰਦਾ ਰਿਸਕ ਨੀ ਲੈਣਾ, ਹੱਥੋਂ ਹੱਥੀ ਕਾਰਡ ਵੰਡਾ ਹੈ ਲਿਆਣਾ, ਹੁਣ ਅਗਲੇ ਨੇ ਲੰਮੇ ਹੱਥੀ। ਆਪਣੀਆਂ ਦੋਵਾਂ ਦੀਆਂ ਸ਼ਕਲਾਂ ਵੇਖੇ ਨਾ, ਕਿਤੇ ਕੰਧ ਨਾਲ ਲਾ ਕੇ ਖਲੋ ਜਾਈਏ ਤੇ ਲੋਕਾਂ ਕਹਿਣਾ ਤਬਾਹੀ ਫਿਲਮ ਦਾ ਪੋਸਟਰ ਲੱਗਾ। ਇੱਥੇ ਅੱਛਾ ਜਨਾਬ, ਕੁੜੀਆਂ ਜਾਂਦੀਆਂ ਵੇਖ ਰਹੇ ਨੇ? ਹਾਂ ਹਾਂ, ਮੈਂ ਕੁੜੀਆਂ ਦੇਖ ਰਿਹਾ ਸੀ, ਕੁੜੀਆਂ ਜਾਂਦੀਆਂ ਦੇਖ ਰਿਹਾ। ਯੂ ਮੀਨ ਆਈ ਹੇਟ ਯੂ? ਮੈਂ ਜ਼ਿੰਦਗੀ ਚ ਕਦੀ ਵੀ ਤੇਰਾ ਮੂੰਹ ਨਹੀਂ ਦੇਖਣਾ ਚਾਹੁੰਦੀ। ਥੈਂਕ ਯੂ ਵੈਰੀ ਮੱਚ। ਇਹ ਕੀ ਕੀਤਾ ਜੀ? ਉਹ ਭਰਾਵਾ, ਇਹੋ ਕਹਿ ਗਈ ਨਾ, ਮੈਂ ਤੇਰਾ ਮੂੰਹ ਨਹੀਂ ਵੇਖਣਾ ਚਾਹੁੰਦੀ ਤੇ ਅਸੀਂ ਇਸ ਵੇਲੇ ਵਿਖਾਉਣਾ ਵੀ ਨਹੀਂ ਚਾਹੁੰਦੇ, ਮੂੰਹ ਸਾਡਾ ਵੇਖਣ ਵਾਲਾ ਹੈ ਵੀ ਨਹੀਂ। ਫਿਕਰ ਨਾ ਕਰ, ਇੱਕ ਅੱਧੇ ਦਿਨ ਚ ਉਹਦਾ ਗੁੱਸਾ ਉਤਰ ਜਾਣਾ, ਇੱਕ ਅੱਧੇ ਦਿਨ ਚ ਸਾਡੀਆਂ ਸੋਚਾਂ ਉਤਰ ਜਾਣੀਆਂ। ਇਹਦਾ ਮਤਲਬ ਫੋਨ ਬਚ ਗਿਆ ਨੀ ਟੁੱਟਾ, ਮੈਂ ਤਾਂ ਕਿਹਾ ਵੀ ਕਿਤੇ ਨਿਭ ਗਿਆ ਹੋਣਾ ਵਿਚਾਰਾ। ਹੈਲੋ, ਹਾਂਜੀ, ਕੁੱਕੀ ਪ੍ਰਿੰਟਿੰਗ ਪ੍ਰੈਸ ਤੋਂ ਬੋਲ ਰਹੇ ਜੀ? ਨਹੀਂ, ਪ੍ਰੈਸ ਬੰਦ ਹੋ ਗਈ ਹੈ, ਪ੍ਰੈਸ ਨੂੰ ਸੱਟਾਂ ਲੱਗੀਆਂ, ਮੇਰਾ ਮਤਲਬ ਪ੍ਰੈਸ ਨੂੰ ਅੱਗ ਲੱਗ ਗਈ, ਅੱਗ ਲੱਗ ਗਈ। ਹੈਲੋ, ਉਹ ਨਹੀਂ ਨਹੀਂ ਭਾਅ ਜੀ, ਅੱਗ ਉੱਗ ਨਹੀਂ ਲੱਗੀ, ਵੈਸੇ ਇੱਕ ਦੋ ਘੰਟੇ ਲਈ ਬੰਦ ਕੀਤੀ ਆ, ਨਵੀਆਂ ਮਸ਼ੀਨਾਂ ਲੱਗ ਰਹੀਆਂ ਜੀ, ਇਹ ਦੱਸੋ ਛਪਾਉਣਾ ਕੀ ਹੈ? ਇਸ਼ਤਿਹਾਰ ਛਾਪ ਦਿੰਦੇ ਹਾਂ ਜੀ, ਮੈਟਰ ਦੱਸੋ। ਅੱਛਾ, ਲੱਗਾ ਲਗਾਇਆ ਵਧੀਆ ਹਾਲਤ 'ਚ ਬਿਊਟੀ ਪਾਰਲਰ ਵਿਕਾਊ ਹੈ, ਛਾਪ ਦਿੰਦੇ ਹਾਂ ਜੀ। ਕੰਟੈਕਟ ਨੰਬਰ ਦੱਸਿਓ ਜਰਾ, 9887077705। ਠੀਕ ਹੈ ਜੀ, ਨਹੀਂ ਉਹ ਚਿੰਤਾ ਹੀ ਨਾ ਕਰੋ ਜੀ, ਛਾਪ ਦਿਆਂਗੇ, ਛਾਪ ਦਿਆਂਗੇ ਮੈਂ। ਓਕੇ ਜੀ, ਛਾਪ ਦਿਆਂਗੇ। ਓਕੇ ਜੀ, ਓਕੇ ਜੀ। ਖਬਰਦਾਰ ਹੋ ਜੇ ਇਸ਼ਤਿਹਾਰ ਛਾਪਿਆ ਤੇ, ਬਿਊਟੀ ਪਾਰਲਰ ਫੋਰ ਸੇਲ ਹੈ ਨਾ, ਮੈਨੂੰ ਤੇ ਅਕਲ ਹੀ ਹੋਣਾ ਹੀ ਹੈ, ਕਿਹੜੇ ਕੁੱਤੇ ਕੰਮ 'ਚ ਪਏ ਸੀ ਪ੍ਰੈਸ ਵਾਲੇ, ਕੋਈ ਕੰਮ ਸਾਡੇ ਵਾਸਤੇ ਤਾਂ ਗੱਲ ਹੀ ਨਹੀਂ ਹੈਗੀ ਹੈ। ਬਿਊਟੀ ਪਾਰਲਰ ਵਾਲਾ ਤਾਂ ਕੰਮ ਹੀ ਬੜਾ ਕਮਾਲ ਦਾ ਹੀ ਆ, 20 ਰੁਪਏ ਦੀਆਂ ਕਰੀਮਾਂ ਲਾਓ, 2000 ਰੁਪਇਆ ਮਾਠ ਲਓ। ਇੱਕ ਮਿੰਟ ਜ਼ਰਾ, ਕੀ ਨੰਬਰ ਬੋਲਿਆ ਸੀ? 9887077705। ਹੈਲੋ, ਆ ਤੁਹਾਡਾ ਇਸ਼ਤਿਹਾਰ ਪੜਿਆ ਜੀ, ਬਿਊਟੀ ਪਾਰਲਰ ਫੋਰ ਸੇਲ। ਹਾਂਜੀ, ਤੁਸੀਂ ਕੁੱਕੀ ਪ੍ਰਿੰਟਿੰਗ ਪ੍ਰੈਸ ਨੂੰ ਆਰਡਰ ਦਿੱਤਾ ਹੋਣਾ, ਉਹ ਫਾਸਟ ਹੀ ਬੜੇ ਨੇ, ਉਹਦੇ ਆਰਡਰ ਮਿਲਦੇ ਆ ਨਾਲ ਹੀ ਛਾਪ ਕੇ ਕੰਧਾਂ ਤੇ ਖੰਭਿਆਂ ਤੇ ਲਵਾ ਵੀ ਦਿੰਦੇ ਨੇ। ਅਸੀਂ ਉਹ ਬਿਊਟੀ ਪਾਰਲਰ ਖਰੀਦਣ ਦੇ ਵਿੱਚ ਇੰਟਰਸਟਿਡ ਹੈਗੇ ਆ। ਨਹੀਂ ਨਹੀਂ, ਹੁਣੇ ਤਾਂ ਨਹੀਂ ਆ ਸਕਦੇ ਅਸੀਂ, ਦਰਅਸਲ ਇੱਕ ਅੱਧੇ ਦਿਨ ਲਈ ਅਸੀਂ ਡਲਹੌਜ਼ੀ ਜਾ ਰਹੇ ਹਾਂ, ਕੱਲ ਮਿਲ ਲਈਏ ਸ਼ਾਮ ਨੂੰ ਤੁਹਾਨੂੰ, ਕੱਲ ਤੱਕ ਠੀਕ ਹੋ, ਕੱਲ ਤੱਕ ਡਲਹੌਜ਼ੀਓ ਆ ਜਾਵਾਂਗੇ। ਹਾਂ, ਕੱਲ ਸ਼ਾਮ ਹੀ ਮਿਲਦੇ ਹਾਂ ਜੀ। ਓਕੇ, ਬਾਏ। ਯਾਰ, ਇੱਕੋ ਮੂੰਹ ਤੇ ਇੰਨੀਆਂ ਸ਼ੀਸ਼ਿਆਂ ਚੋਂ ਕੱਢ ਕੱਢ ਕੇ ਕੀ ਲਾਉਂਦੇ ਹੋਣਗੇ? ਉਹ ਕੀ ਪਤਾ ਭਰਾਵਾ ਕੀ ਲਾਉਂਦੇ, ਮੈਂ ਲਾਉਂਦਾ ਰਿਹਾ, ਮੈਂ ਤਾਂ ਜੂੰ ਜੰਮਿਆ, ਆਪਣੇ ਮੂੰਹ ਤੇ ਨੀ ਕਦੀ ਕਰੀਮ ਲਾਈ। ਨਿੱਕੇ ਹੁੰਦਿਆਂ ਮਾਂ ਅੱਧਾ ਕਿਲੋ ਸਰੋਂ ਦੇ ਤੇਲ ਨਾਲ ਮੂੰਹ ਚੋਪੜ ਕੇ ਸਕੂਲੇ ਭੇਜ ਦਿੰਦੀ ਹੁੰਦੀ ਸੀ, ਟੀਚਰਾਂ ਨੇ ਟੀਚਰਾਂ ਕਰਨੀਆਂ, ਇਹਦੀ ਮਾਂ ਇਹਨੂੰ ਤਲ ਕੇ ਭੇਜਦੀ ਸਵੇਰੇ ਸਵੇਰੇ। ਯਾਰ, ਅਸੀਂ ਤੇ ਐਵੇਂ ਕੁੜੀਆਂ ਵੱਲ ਵੇਖ ਕੇ ਸਿੱਧੀਆਂ ਮਾਰਦੇ ਰਹਿੰਦੇ ਹਾਂ, ਉਹ ਸਾਰਾ ਜਲਵਾ ਤੇ ਨਾ ਕਰੀਮਾਂ ਦਾ ਹੁੰਦਾ ਜੀ। ਹੈ ਤੇ ਜਲਵਾ ਕਰੀਮਾਂ ਦਾ ਹੀ, ਪਰ ਕਰਨਾ ਕੀ ਇਹਨਾਂ ਦਾ, ਲਾਉਣੀਆਂ ਕਿੱਦਾਂ, ਮੈਨੂੰ ਤੇ ਕੱਖ ਨੀ ਪਤਾ, ਲੈ ਤੇ ਲਿਆ ਪੰਗਾ ਸੀ ਸਾਡਾ ਤੇ ਉਹ ਸਾਹ ਸੀ, ਕੰਜਰੀ ਨੂੰ ਪੀਣਾ ਪੈ ਗਿਆ। ਲੱਗਦਾ ਕੋਈ ਗਾਹਕ ਆਓ ਜੀ, ਅੰਦਰ ਆਓ, ਆਜੋ 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 ਆਓ ਜੀ, ਆਓ ਜੀ, ਆਓ ਜੀ, ਸਤਿ ਸ਼੍ਰੀ ਅਕਾਲ ਜੀ। ਹੋਰ ਸਭ ਠੀਕ ਹੈ ਜੀ? ਭਾਈ ਸਾਹਿਬ, ਆਪਣੇ ਬਿਊਟੀਸ਼ੀਅਨ ਨੂੰ ਬੁਲਾਓ ਜਰਾ। ਬਿਊਟੀਸ਼ੀਅਨ? ਬਿਊਟੀਸ਼ੀਅਨ, ਬਿਊਟੀਸ਼ੀਅਨ ਸਾਡੀ ਹੈਗੀ ਹੈ ਜੀ, ਪਰ ਉਹ ਕਿਸੇ ਦੂਸਰੇ ਪਾਰਲਰ ਗਈ ਹੈ ਤਿਆਰ ਹੋਣ ਵਾਸਤੇ। ਦੂਜੇ ਪਾਰਲਰ ਤੇ ਤਿਆਰ ਹੋਣ ਗਈ ਹੈ ਜੀ? ਉਹ ਵੀ
ਆਪਣਾ ਪਾਰਲਰ ਹੈਗਾ ਜੀ? ਸਾਡੇ ਦਰਅਸਲ ਕਈ ਪਾਰਲਰ ਹੈਗੇ ਨੇ, ਇੱਕ ਥੋੜਾ ਜਿਹਾ ਚੇਂਜ ਚੱਲਦੀ ਹੈ ਪੂਰੀ ਪਾਰਲਰਾਂ ਦੀ। ਤੁਸੀਂ ਤਿੰਨਾਂ ਨੇ ਤਿਆਰ ਹੋਣਾ ਜੀ? ਨਹੀਂ ਜੀ, ਬਸ ਇਹਨੇ ਹੀ ਤਿਆਰ ਕਰਨਾ, ਇਹਦਾ ਹੀ ਵਿਆਹ ਹੈ। ਵੈਸੇ ਜੇ ਤੁਸੀਂ ਤਿੰਨੇ ਤਿਆਰ ਹੋ ਜਾਂਦੀ ਹੈ ਨਾ, ਤੁਹਾਨੂੰ ਸਸਤਾ ਬਹੁਤ ਪੈਣਾ ਸੀ ਇਹ ਪੈਕੇਜ, ਤਿੰਨਾਂ ਨੂੰ ਬਹੁਤ ਸਸਤਾ ਪੈਣਾ ਸੀ। ਨਹੀਂ ਜੀ, ਸਾਡਾ ਹਜੇ ਵਿਆਹ ਨਹੀਂ ਰੱਖਿਆ। ਲੈ ਵਿਆਹ ਦਾ ਕੀ ਹੈ, ਇਹਦੀ ਬਰਾਤ ਆਉਣੀ ਹੈ, ਇਹਦੀ ਬਰਾਤ ਵਿੱਚ ਅੱਛੇ ਜਿਹੇ ਮੁੰਡੇ ਤੁਸੀਂ ਵੀ ਛਾਂਟ ਲਏ ਹੋ, ਉਹਨਾਂ ਦੇ ਵਿੱਚ ਹੀ ਤੁਹਾਡਾ ਵਿਆਹ ਹੋ ਜਾਣਾ, ਇੱਕੋ ਖਰਚੇ 'ਚ ਤਿੰਨ ਦਿਨ ਵਿਆਹ। ਭਾਜੀ ਆਪਣੀ ਬਿਊਟੀਸ਼ੀਅਨ ਨੂੰ ਬੁਲਾਓ, ਆ ਕੇ ਕੁੜੀ ਨੂੰ ਤਿਆਰ ਕਰੇ, ਅਸੀਂ ਅੱਗੇ ਬੜੇ ਲੇਟ ਆ। ਦੁਲਹਨ ਤੇ ਅਸੀਂ ਆਪ ਤਿਆਰ ਕਰਦੇ ਹਾਂ ਜੀ। ਨਿਕ ਤੁਸੀਂ ਤੁਸੀਂ ਘਬਰਾਉਣਾ ਜੀ, ਅਸੀਂ ਚੀਨ ਦੇ ਪਾਈ ਫੂ ਸ਼ੀ ਤੇ ਜਾਪਾਨ ਦੇ ਪਾਈ ਫੂ ਪੀ ਬਿਊਟੀ ਇੰਸਟੀਚਿਊਟ ਤੋਂ ਟ੍ਰੇਨਿੰਗ ਲਈ ਹੋਈ ਹੈ। ਅਸੀਂ ਤੇ ਵੱਡੀਆਂ ਵੱਡੀਆਂ ਹੀ ਉਹਨਾਂ ਨੂੰ ਤਿਆਰ ਕੀਤਾ ਜੀ। ਇਹ ਰਾਖੀ ਸਾਹਿਬ ਕਈ ਵਾਰੀ ਸਵੇਰੇ 7 ਵਜੇ ਆ ਕੇ ਗੇਟ ਤੇ ਬਹਿ ਜਾਂਦੀ ਹੈ। ਤੇ ਹੋਰ ਹਾਂ ਸ਼੍ਰੀ ਦੇਵ ਜੀ, ਕਈ ਵਾਰੀ ਅਨਿਲ ਕਪੂਰ ਕੋਲ ਫੋਨ ਕਰਾ ਦਿੰਦੀ ਹੈ, ਆਈ ਯਾਰ ਭਾਬੀ ਜੀ ਦਾ ਮੇਕਅਪ ਕਰਨਾ, ਬੰਬੇ ਪਹੁੰਚੋ ਟਾਈਮ ਸਿਰ। ਭਾਜੀ ਜੇ ਕੋਈ ਲੜਕੀ ਮੇਕਅਪ ਕਰ ਸਕਦੀ ਹੈ ਦੱਸੋ, ਨਹੀਂ ਤਾਂ ਆਪਾਂ ਕਿਤੇ ਹੋਰ ਚਲ ਜਾਂਦੇ ਆ। ਮੈਂ ਬਿਊਟੀਸ਼ੀਅਨ ਹੁਣੇ ਆ ਜਾਂਦੇ ਜੀ, ਹੈ ਕਿਉਂ ਨੀ ਬਿਊਟੀਸ਼ੀਅਨ? ਏਦਾਂ ਕਰ ਬਿੱਲੂ, ਤੂੰ ਆਪ ਉਧਰ ਚਲਾ ਜਾ ਤੇ ਬਿਊਟੀਸ਼ੀਅਨ ਨੂੰ ਇੱਧਰ ਭੇਜ ਦੇ। ਹਾਂਜੀ ਠੀਕ ਆ ਬਾਈ, ਮੈਂ ਹੁਣੇ ਭੇਜਦਾ, ਇੱਕ ਮਿੰਟ ਪਿੱਛੇ ਹੋ ਜਰਾ। ਆ ਗਈ ਜੀ ਬਿਊਟੀਸ਼ੀਅਨ, ਹੁਣੇ ਆ ਜਾਣੀ, ਤੁਸੀਂ ਬੈਠੋ ਨਹੀਂ ਤੇ ਆਰਾਮ ਕਰ ਲਓ, ਬਸ ਆਉਂਦੀ ਹੁਣ ਵੇਟ ਕਰ। Makes me feel so good. ਲਓ ਜੀ ਆ ਬਿਊਟੀਸ਼ੀਅਨ ਆ ਗਈ ਸਾਡੀ, ਆ ਜਾਓ ਆ ਜਾਓ ਮੈਡਮ, ਆ ਜਾਓ ਅੱਜ ਤੁਹਾਡੀ ਵੇਟ ਹੋ ਰਹੀ ਸੀ। ਤੁਸੀਂ ਫਿਕਰ ਨਾ ਕਰੋ ਜੀ, ਕੁੜੀ ਤਾਂ ਤੁਹਾਡੀ ਬਣਾ ਦਿਆਂਗੇ, ਮਾਧੁਰੀ ਦੀਕਸ਼ਿਤ। ਜਦ ਤੱਕ ਆਪ ਨੀ ਨਾ ਬੋਲੇਗੀ, ਤੁਹਾਡੇ ਕੋਲ ਪਛਾਣੀ ਨੀ ਜਾਣੀ ਵੀ ਤੁਹਾਡੀ ਕੁੜੀ ਹੈ। ਚਲੋ ਫਿਰ ਆਪਾਂ ਜਿਹੜਾ ਪੰਜਾਬ ਵਾਲਾ ਕੰਮ ਨਿਬੇੜ ਲਈਏ, ਥੋੜਾ ਜਲਦੀ ਕਰ ਦਿਓ। ਹਾਂਜੀ 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 ਠੀਕ ਹੈ ਜੀ, ਆ ਜਾਓ ਮੈਡਮ। ਪਲੀਜ਼ ਦੀਦੀ ਥੋੜਾ ਜਿਹਾ ਵਧੀਆ ਮੇਕਅਪ ਕਰਨਾ, ਰਾਣੀ ਮੁਖਰਜੀ ਲੱਗੀ। ਦੇਖੋ ਜੀ ਵਾਅਦਾ ਤਾਂ ਮਾਧੁਰੀ ਦੀਕਸ਼ਿਤ ਬਣਾਉਣ ਦਾ ਕੀਤਾ ਸੀ ਨਾ। ਇਹ ਕੀ ਕੁੱਛਮ ਚੋਲਾ ਜਿਹਾ ਮਾਰੀ ਜਾਂਦੇ ਹੋ ਮੇਰੇ ਮੂੰਹ ਤੇ? ਦੇਖੋ ਜੀ ਮਿਕਸ ਵੈਜੀਟੇਬਲ ਚ ਤਾਂ ਸਾਰੀਆਂ ਸਬਜ਼ੀਆਂ ਪੈਂਦੀਆਂ ਨੇ। ਭਾਜੀ ਆਹ ਕੀ ਕਰੀ ਜਾਂਦੇ ਹੋ? ਵੇਖੋ ਜੀ ਮਿਕਸ ਵੈਜੀਟੇਬਲ ਦੇ ਵਿੱਚ ਮਸਾਲੇ ਪੈਣਗੇ ਤੇ ਸਬਜ਼ੀ ਸਵਾਦ ਬਣੇਗੀ ਨਾ, MDH MDH। ਐ ਤੇ ਹੋਰ ਹੀ ਕੁਛ ਬਣ ਗਿਆ। ਆਪਣੀ ਨਜ਼ਰ ਲੱਗ ਜਾਂਦੀ ਹੁੰਦੀ ਹੈ, ਠੀਕ ਹੈ, ਸ਼ੀਸ਼ਾ ਬਿਲਕੁਲ ਨੀ ਵੇਖਣਾ, ਇੱਥੇ ਤੇ ਬਿਲਕੁਲ ਮਨਾ ਹੈ ਨਾ ਸ਼ੀਸ਼ਾ ਦੇਖਣਾ, ਬਿਲਕੁਲ ਠੀਕ, ਇੱਥੇ ਫੋਟੋ ਖਿਚਾਓ, ਇੱਥੇ ਸਰ ਨੂੰ ਮਿਲੋ, ਇੱਥੇ ਸ਼ਗਨ ਫੜੋ। ਭਾਜੀ ਪਲੀਜ਼ ਥੋੜਾ ਜਲਦੀ ਤਿਆਰ ਕਰ ਦਿਓ, ਅਸੀਂ ਤਾਂ ਫੇਰੇ ਤੇ ਲੇਟ ਹੋ ਗਏ ਆ। ਦੁਲਹਨ ਤੇ ਬਿਲਕੁਲ ਰੈਡੀ ਹੈ ਜੀ, ਸਾਡੇ ਨੂੰ ਤਾਂ ਇਨਸਟੈਂਟ ਫੇਰੇ ਕਰਾ ਦਿਓ ਹੁਣੇ ਭਾਵੇਂ। ਇੱਕ ਮਿੰਟ ਦੁਲਹਨ ਦਾ ਮੂੰਹ ਤਾਂ ਦਿਖਾ ਦਿਓ। ਲਓ ਦੇਖੋ ਜੀ ਆਪਣਿਆਂ ਦੀ ਨਜ਼ਰ ਸਭ ਤੋਂ ਪਹਿਲਾਂ ਲੱਗਦੀ ਹੁੰਦੀ ਹੈ, ਬਹੁਤੀ ਨਹੀਂ ਆਪਾਂ ਦੇਖਣ ਦੇਣੀ ਤੁਹਾਨੂੰ। ਨਿਮ ਸੱਦ ਕੇ ਜਾਵਾਂ ਇੱਕ ਵਾਰ ਘੁੰਡ ਤਾਂ ਚੱਕ ਦੇ ਬੰਨੋ ਰਾਣੀ। ਨਾ ਜੀ ਨਾ, ਘੁੰਡ ਤੇ ਦੁੱਲਾ ਹੀ ਚੁੱਕੇਗਾ ਹੁਣ, ਬਸ ਤੁਸੀਂ ਨਹੀਂ। ਪੈਸਾ ਤੁਸੀਂ ਆਪਣੇ ਪੈਸੇ ਦੱਸੋ ਤੇ ਅਸੀਂ ਹੁਣ ਜਾਈਏ। ਕੋਈ ਨੀ ਜੀ, ਤੁਸੀਂ ਵਿਆਹ ਤੋਂ ਫ੍ਰੀ ਹੋ ਜਾਓ, ਪੈਸੇ ਫੇਰ ਕਰ ਲਾਂਗੇ।
ਨਾ ਦੇਖਣਾ ਨਹੀਂ ਬਸ ਲੈ ਜੋ ਲੈ ਜੀ ਕੋਈ ਨਹੀਂ ਕਰੋ ਫੇਰੇ ਜਾ ਕੇ ਆਲ ਦਾ ਬੈਸਟ ਮੇਕਅਪ 'ਚ ਭਾਵੇਂ 19-21 ਦਾ ਫਰਕ ਰਹਿ ਗਿਆ ਹੋਵੇ ਪਰ ਮੇਕਅਪ ਹੋਇਆ ਬੜਾ ਪੱਕਾ ਹੈ ਚਲੋ ਜੀ ਦੋਨੇ ਵਾਲਾ ਕੰਮ ਹੈ ਮਹਾਰਾਜ ਮੇਰ ਕਰੇ ਬਸ ਸਤਿ ਸ਼੍ਰੀ ਅਕਾਲ ਜੀ ਉਹ ਸ਼ਾਦੀ ਵਾਲੀ ਲੜਕੀ ਇੱਥੇ ਹੀ ਤਿਆਰ ਹੋ ਕੇ ਗਈ ਜੀ ਹਾਂਜੀ ਹਾਂਜੀ ਇੱਥੇ ਤਿਆਰ ਹੋਈ ਹੈ ਜੀ ਤੁਹਾਨੂੰ ਉਹਨਾਂ ਨੇ ਵਿਆਹ 'ਚ ਬੁਲਾਇਆ ਜੀ ਉੱਥੇ ਜਰਾ ਉਹ ਕਿਉਂ ਜੀ 10-12 ਵਿਆਹਾਂ ਦੀ ਹੋਰ ਬੁਕਿੰਗ ਮਿਲਣੀ ਤੁਹਾਨੂੰ ਉਹ ਨਾਲੇ ਤਾਂ ਕਹਿ ਰਹੇ ਸੀ ਕਿ ਅੱਜ ਦੀ ਪੇਮੈਂਟ ਲੈ ਜਾਓ ਤੇ ਨਾਲੇ ਐਡਵਾਂਸ ਲੈ ਲਓ ਚਲੋ ਜੀ ਰੱਖੋ ਇਹਨੂੰ ਚਲੋ ਜੀ ਚਲੋ ਚਲੋ ਜੀ ਚਲੋ ਆਜੋ 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 ਚਲੋ ਜੀ ਚਲੋ ਆਓ ਜੀ ਆਓ ਸਾਰੇ ਉਦਾਸ ਬੈਠੇ ਆ ਦੋੜੀ ਤੋਰ ਕੇ ਹਟੇ ਲੱਗਦੇ ਆ ਆਓ ਜੀ ਆਓ ਹਾਂਜੀ ਇਹ ਨੇ ਜਿਹਨਾਂ ਨੇ ਲੜਕੀ ਦਾ ਮੇਕਅਪ ਕੀਤਾ ਹਾਂਜੀ ਇਹਨਾਂ ਨੇ ਕੀਤਾ ਜੀ ਇਹਨਾਂ ਨੇ ਕੀਤਾ ਜੀ ਮੇਕਅਪ ਇਹਨਾਂ ਨੇ ਕੀਤਾ ਜੀ ਮੇਕਅਪ ਲੜਕੀ ਦਾ ਕੋਲੇ ਇਹਨਾਂ ਨੇ ਕੀਤਾ ਸੀ ਲੜਕੀ ਦਾ ਮੇਕਅਪ ਸਹੀ ਪਛਾਣ ਇੱਕ ਤੇਰੀ ਭੈਣ ਵੀ ਸੀ ਮੇਕਅਪ ਕਰਦੀ ਉਹਨੂੰ ਨਹੀਂ ਲਿਆ ਨਾਲ ਸੱਚ ਦੱਸੀਏ ਜੀ ਭੈਣ ਭੂਣ ਸਵਾ ਜੀ ਇਹ ਤੇ ਆਪ ਹੀ ਕੁੜੀਆਂ ਵਾਲੇ ਕੱਪੜੇ ਪਾ ਕੇ ਆਇਆ ਸੀ ਆਪਣੀ ਨਕਲੀ ਭੈਣ ਬਣ ਕੇ ਜੇ ਮੈਂ ਆਪਣੀ ਭੈਣ ਨਾ ਬਣਦਾ ਫਿਰ ਤੁਸੀਂ ਆਪਣੀ ਭੈਣ ਦਾ ਮੇਕਅਪ ਨਹੀਂ ਸੀ ਕਰਾਉਣਾ ਸਾਡੇ ਕੋਲ ਤੁਹਾਡੀ ਤੇ ਕੁੜੀ ਬਾਈ ਗੋਡ ਭੁਲੇਖੇ ਜੀ ਰਹੀ ਜੇ ਇਹਦੇ ਹੱਥ ਫੜ ਫੜ ਕੇ ਕਹੀ ਜਾਂਦੀ ਸੀ ਹਾਏ ਦੀਦੀ ਤੁਹਾਡੇ ਹੱਥ ਕਿੰਨੇ ਸੌਫਟ ਨੇ ਬਾਈ ਗੋਡ ਛੋਲੇ ਫਿਲਮ ਵਾਲੇ ਕਾਲੀਆ ਬਣਾਈ ਜਾਂਦੇ ਉਲੂ ਦੇ ਪੱਠਿਓ ਇੰਨਾ ਗੰਦਾ ਮੇਕਅਪ ਕੀਤਾ ਕੁੜੀ ਦਾ ਫੋਟੋਗ੍ਰਾਫਰ ਨੇ ਘੁੰਡ ਚੁਕਾਇਆ ਫੋਟੋ ਖਿੱਚਣ ਵਾਸਤੇ ਕੁੜੀ ਦੀ ਤੇ ਚੀਕਾਂ ਮਾਰ ਕੇ ਭੱਜ ਗਿਆ ਤੇ ਬੱਚੇ ਤੇ ਟਿੱਕੀਆਂ ਚਾਟਾਂ ਛੱਡ ਕੇ ਪਤਾ ਕਿੱਥੇ ਭੱਜ ਗਏ ਦੋ ਬੱਚੇ ਤਾਂ ਅਜੇ ਨਹੀਂ ਲੱਭਣ ਡੇ ਪਤਾ ਨਹੀਂ ਕਿੱਥੋਂ ਲੁਕੇ ਬੈਠੇ ਡਰ ਕੇ ਸ਼ਗਨ ਪਾਨ ਵੀ ਕੋਈ ਨੇੜੇ ਨਹੀਂ ਸੀ ਜਾਂਦਾ ਕੁੜੀ ਦੇ ਵੇਟਰਾਂ ਹੱਥ ਭੇਜੇ ਲੋਕਾਂ ਨੇ ਸ਼ਗਨ ਮੁੰਡੇ ਵਾਲੇ ਤੇ ਪੁਲਿਸ ਬੁਲਾਉਣ ਨੂੰ ਫਿਰਦੇ ਸੀ ਕਹਿੰਦੇ ਕੁੜੀ ਦਿਖਾਈ ਕੋਈ ਹੋਰ ਹੈ ਤੇ ਵਿਆਹੀ ਕੋਈ ਹੋਰ ਜਾਂਦੇ ਤੁਸੀਂ ਕੁੜੀ ਦਾ ਮੂੰਹ ਧੋਆ ਕੇ ਮੇਕਅਪ ਲਵਾ ਦੇਣਾ ਸੀ ਕਮਾਲ ਕਰਦਾ ਕੁੜੀ ਨੇ 1.5 ਘੰਟਾ ਗਰਮ ਪਾਣੀ ਵਿੱਚ ਮੂੰਹ ਪਾ ਛੱਡਿਆ ਕੁੜੀ ਦਾ ਮੂੰਹ ਉੱਪਰ ਗਿਆ ਮੇਕਅਪ ਨਹੀਂ ਲਿਖਾ ਉਹ ਤੇ ਕੁੜੀ ਕਹਿੰਦੀ ਸੀ ਮੇਕਅਪ ਪੱਕਾ ਹੋਣਾ ਚਾਹੀਦਾ ਜਿਹੜਾ ਗਰਮੀ 'ਚ ਲੱਦੇ ਨਾ ਤੇ ਮੈਂ ਪੈਂਚਰ ਲਾਉਣ ਵਾਲਾ ਸਲੋਸ਼ਨ ਪਾਤਾ ਕਰੀਮ 'ਚ ਦੇਖੋ ਨਾ ਜੀ ਗਲਤੀ ਤੇ ਫਿਰ ਤੁਹਾਡੀ ਹੈ ਹੁਣ ਸਲੋਸ਼ਨ ਲੱਗਾ ਸੀ ਮੇਕਅਪ ਦੇ ਵਿੱਚ ਤੇ ਤੁਹਾਨੂੰ ਕੁੜੀ ਦਾ ਮੂੰਹ ਧਵਾਉਣਾ ਚਾਹੀਦਾ ਸੀ ਤਾਰਪੀਨ ਦੇ ਤੇਲ ਨਾਲ ਦੁੱਧ ਦਾ ਰੰਗ ਪੀਲਾ ਹੈ ਕੇਸਰ ਵਾਲਾ ਦੁੱਧ ਪੀ ਰਿਹਾ ਕਾਨੂੰ ਭਰਾਵਾ ਮੇਰੇ ਗੁੱਜੀਆਂ ਸੱਟਾਂ ਬਹੁਤੀਆਂ ਲੱਗੀਆਂ ਸੀ ਮੈਂ ਹਲਦੀ ਵਾਲਾ ਦੁੱਧ ਪੀਣ ਡਿਆ ਵੈਸੇ ਯਾਰ ਆਪਣਾ ਮੇਕਅਪ ਕੁੜੀ ਵਾਲਿਆਂ ਨੇ ਕੁੜੀ ਤੋਂ ਜ਼ਿਆਦਾ ਨਹੀਂ ਕਰਤਾ ਬਸ ਜੀ ਆਪੋ ਆਪਣਾ ਹੁਨਰ ਹੁੰਦਾ ਅਗਲਿਆਂ ਨੇ ਬਿਨਾਂ ਸਮਾਨ ਤੋਂ ਹੀ ਆਪਣਾ ਮੇਕਅਪ ਕਰ ਦਿੱਤਾ ਚਲੋ ਜੀ ਫਿਰ ਜਿਹੜੀ ਕਿਸਮਤ 'ਚ ਮਾਰ ਲਿਖੀ ਉਹ ਤੇ ਪੈਂਦੀ ਹੈ ਨਾ ਫਿਰ ਇਹ ਕਿਸਮਤ ਦੀ ਮਾਰ ਨਹੀਂ ਲੋਕਾਂ ਦੀ ਮਾਰ ਹੈ ਕਿਸਮਤ ਵੱਖੀ 'ਚ ਠੁੱਡ ਥੋੜਾ ਮਾਰਦੀ ਤੇ ਨਾ ਹੀ ਮੱਥੇ 'ਚ ਕੁਰਸੀ ਮਾਰਦੀ ਕਿਸਮਤ ਲੋਕਾਂ ਨੇ ਠੁੱਡ ਤੇ ਸਾਨੂੰ ਇੱਦਾਂ ਮਾਰੇ ਨਾ ਜਿੱਦਾਂ ਉਹ ਬੀਬੀ ਵਿਚਾਰੀ ਸਕੂਟਰ ਨੂੰ ਕਿੱਕਾਂ ਮਾਰੀ ਜਾਂਦੀ ਯਾਰ ਉਹ ਵਿਚਾਰੀ ਦੀ ਹੈਲਪ ਹੀ ਕਰਦੇ ਲਦਾ ਮੇਰੇ ਕੋਲੋਂ ਹਿੱਲ ਨਹੀਂ ਹੋਣ ਡਿਆ ਤੇ ਹੈਲਪ ਕਿੱਥੋਂ ਹੋ ਜਾਣੀ ਤੂੰ ਹੈਲਪ ਕਰਦੇ ਜਾ ਕੇ ਉਹਦੀ ਪਰ ਪਹਿਲਾਂ ਗੌਰ ਨਾਲ ਵੇਖ ਲਈ ਭਰਾਵਾ ਇਹ ਵੀ ਕਿਤੇ ਉਸੇ ਦਿਨ ਵਿਆਹ 'ਚ ਤਾਂ ਨਹੀਂ ਸੀ ਹੈਗੀ ਮੈਂ ਤੇ ਛਤਰੌਲ ਦਾ ਐਪੀਸੋਡ ਨੰਬਰ 2 ਸ਼ੁਰੂ ਹੋ ਜਾਵੇ ਮੈਡਮ ਪ੍ਰੋਬਲਮ ਹੈ ਜੀ ਕੀ ਦੱਸਾਂ ਭਾਜੀ ਕਿੰਨੀ ਦੇਰ ਹੋ ਗਈ ਮੈਨੂੰ ਸਟਾਰਟ ਕਰਦੇ ਨੂੰ ਸਟਾਰਟ ਹੀ ਨਹੀਂ ਹੋ ਰਿਹਾ ਮੈਂ ਟਰਾਈ ਕਰਾਂ ਪਲੀਜ਼ ਤੁਸੀਂ ਕਰ ਦਿਓ ਜਰਾ ਸ਼ੁਕਰੀਆ ਜੀ ਛੋਟੀ ਜੀ ਮੇਰੇ ਵੱਲੋਂ ਪੇਜ ਮੈਡਮ ਨਹੀਂ ਮੈਂ ਤਾਂ ਉਦਾਂ ਹੀ ਮੈਨੂੰ ਤੁਹਾਡੀ ਹੈਲਪ ਬਹੁਤ ਹੀ ਚੰਗੀ ਲੱਗੀ ਮੈਡਮ ਨਹੀਂ ਮੈਨੂੰ ਲੈ ਦੱਸ ਮੈਂ ਉਹਦੀ ਹੈਲਪ ਕੀਤੀ ਹੈ ਉਹ ਜ਼ਬਰਦਸਤੀ 20 ਰੁਪਏ ਫੜਾ ਗਈ ਮੈਨੂੰ
ਲੈ ਦੱਸ ਪਿਛਲੇ 3-4 ਮਹੀਨਿਆਂ 'ਚ ਭਰਾਵਾ 20 ਲੱਖ ਰੁਪਈਆ ਉਜਾੜਿਆ ਹੋਣਾ ਜੀ ਆਪਾਂ ਆ ਪਹਿਲੇ 20 ਰੁਪਈਏ ਕਮਾਏ ਆਪਾਂ ਉਹ ਵੀ ਸਕੂਟਰ ਨੂੰ ਸਿਰਫ ਹੱਥ ਲਾਉਣ ਦੇ ਸਕੂਟਰਾਂ ਦੇ ਕੰਮ 'ਚ ਹੁੰਦਾ ਕੱਖ ਵੀ ਨਹੀਂ ਹੱਥ ਲਾਉਣ ਦੇ ਪੈਸੇ ਲੈ ਲੈਂਦੇ ਵੈਸੇ ਯਾਰ ਬੰਦਾ ਤਰੱਕੀ ਕਰਨ ਵਾਲਾ ਹੋਵੇ ਨਾ ਤੇ ਸਕੂਟਰਾਂ ਦੀ ਵਰਕਸ਼ਾਪ 'ਚੋਂ ਜਹਾਜ਼ਾਂ ਦੀ ਵਰਕਸ਼ਾਪ ਖੋਲ ਸਕਦਾ ਆਹੋ ਯਾਰ ਨਾਲੇ ਬੰਦਾ ਜਹਾਜ਼ ਠੀਕ ਕਰੇ ਨਾਲੇ ਜਹਾਜ਼ ਦੀ ਗੇੜੀ ਕੱਢ ਆਵੇ ਵੈਰੀ ਗੁੱਡ ਯਾਰ ਲਈਏ ਫਿਰ ਰੱਬ ਦਾ ਨਾਂ ਮੈਨੂੰ ਲੱਗਦਾ ਸਾਨੂੰ ਨਜ਼ਰ ਲੱਗ ਗਈ ਕਿਸੇ ਦੀ ਦੁਕਾਨ ਦਾ ਮੂਰਤ ਵੀ ਕਰਾਇਆ ਪੂਜਾ ਪਾਠ ਵੀ ਕਰਾਇਆ ਗਾਹਕ ਫਿਰ ਨਹੀਂ ਕੋਈ ਵੜਦਾ ਸਮਝ ਨਹੀਂ ਲੱਗਦੀ ਚੱਕਰ ਕੀ ਹੈ ਮੈਨੂੰ ਸਮਝ ਲੱਗ ਗਈ ਚੱਕਰ ਕੀ ਹੈ ਉਹ ਬੇਵਕੂਫਾ ਆਪਣੇ ਦੋਵਾਂ 'ਚ ਮਕੈਨਿਕ ਤੇ ਕੋਈ ਲੱਗਦਾ ਨਹੀਂ ਤੇ ਗਾਹਕ ਕਿੱਥੇ ਕੀ ਲੈਣ ਆਵੇ ਦੋਵੇਂ ਤੇ ਲੱਗਦੇ ਜਿੱਦਾਂ ਕੋਰੀਅਰ ਦੇਣ ਆਏ ਹੁੰਦੇ ਆ ਦੋਵੇਂ ਮਸਲੇ ਹੱਲ ਹੋ ਗਏ ਇੱਕ ਤੇ ਕਾਲੇ ਟਿੱਕੇ ਲੱਗ ਗਏ ਤੇ ਨਜ਼ਰ ਨਹੀਂ ਲੱਗਣੀ ਆਪਾਂ ਨੂੰ ਔਰ ਦੂਸਰਾ ਮਕੈਨਿਕ ਵੀ ਲੱਗ ਰਹੇ ਆ ਪੂਰੇ ਹੁਣ ਭਾਈ ਸਾਹਿਬ ਲੈ ਆਈਡੀਆ ਕੰਮ ਕਰਕੇ ਗਾਹਕ ਵੀ ਆ ਗਏ ਭਾਈ ਸਾਹਿਬ ਪੇਚਕਸ ਹੈਗਾ ਤੁਹਾਡੇ ਕੋਲ ਉਹ ਮਹਾਰਾਜ ਜੇ ਕੋਈ ਸਬਜ਼ੀ ਦੀ ਦੁਕਾਨ ਥੋੜਾ ਮਕੈਨਿਕਾਂ ਕੋਲ ਪੇਚਕਸ ਨਹੀਂ ਹੋਏਗਾ ਤੇ ਹੋਰ ਟਿੰਡੇ ਹੋਣਗੇ ਜੀ ਭਾਈ ਇੱਕ ਮਿੰਟ ਜਰਾ ਪੇਚਕਸ ਦਿਓ ਜਰਾ ਨਹੀਂ ਬਈ ਭਾਈ ਸਾਹਿਬ ਪੇਚਕਸ ਵੀ ਹੈਗਾ ਸਾਡੇ ਕੋਲ ਤੇ ਅਸੀਂ ਵੀ ਹੈਗੇ ਆ ਇੱਥੇ ਦੋ ਮਕੈਨਿਕ ਤੁਸੀਂ ਤਾਂ ਮੈਨੂੰ ਦਿਸ ਪਏ ਸੀ ਪੇਚਕਸ ਨਹੀਂ ਮੈਨੂੰ ਦਿਸਿਆ ਸਾਡਾ ਕੰਮ ਹੋ ਗਿਆ ਜੀ ਅਸੀਂ ਚੱਲਦੇ ਹਾਂ ਪਰਸੋਂ ਦੀ ਦੁਕਾਨ ਖੋਲੀ ਹੈ ਫੂਕ ਭਰਨ ਦੇ 8 ਰੁਪਏ ਕਮਾਏ ਜਿਹੜੇ ਕਮਾਏ ਆ ਕੰਮ ਕਰਾਉਣ ਕੋਈ ਕੰਜਰ ਨਹੀਂ ਆਇਆ ਭਾਜੀ ਕੋਈ ਮਕੈਨਿਕ ਕੰਜਰ ਨਹੀਂ ਮਿਲਿਆ ਰਾਜ ਮੈਂ ਉੱਥੋਂ ਘਸੀੜਦਾ ਲੈ ਕੇ ਆਇਆ ਤੁਸੀਂ ਅੰਦਰ 2 ਮਿੰਟ ਪੱਖੇ ਥੱਲੇ ਬਹਿ ਕੇ ਆਰਾਮ ਕਰੋ ਜੀ ਹੁਣ ਵੇਖੋ ਨਾ ਜੀ ਨੁਕਸ ਚੈੱਕ ਕਰਨ ਨੂੰ ਥੋੜਾ ਟਾਈਮ ਤਾਂ ਲੱਗੇਗਾ ਨਾ ਜੀ ਟਾਈਮ ਲੱਗੇਗਾ ਨਾ ਤੁਸੀਂ ਤਾਂ ਸੀਟੀ ਸਕੈਨ ਕਰਾਉਣਾ ਜਾਂ ਬਲੱਡ ਰਿਪੋਰਟਾਂ ਬੋਡੀ 'ਚ ਪੈਂਦੀਆਂ ਉਹ ਮਕੈਨਿਕ ਤਾਂ ਇੱਕ ਵਾਰੀ ਵੇਖ ਕੇ ਦੱਸ ਦਿੰਦਾ ਜੀ ਨੁਕਸ ਕਿੱਥੇ ਹੈ ਤੇ ਅਸੀਂ ਵੀ ਦੂਰੋਂ ਵੇਖ ਕੇ ਦੱਸ ਦੀ ਦੇਣਾ ਜੀ ਇਹਨਾਂ ਨੇ ਚੈੱਕ ਕਰਨਾ ਮੈਂ ਦੂਰੋਂ ਵੇਖਣਾ ਮੈਂ ਦੱਸ ਦੇਣਾ ਨੁਕਸ ਕੀ ਹੈ ਵੇਖੋ ਜੀ ਦੂਰੋਂ ਚੈੱਕ ਕਰੋ ਕੋਈ ਚਾਬੀ ਕੋਈ ਪਾਨਾ ਪਲਾਸ ਪੇਚਕਸ ਦੱਸੋ ਅੰਦਰੋਂ ਲਿਆਉਣਾ ਤੇ ਕਰੰਟ ਤੇ ਹੈਗਾ ਮੈਨੂੰ ਵੀ ਲੱਗਦਾ ਹੈਗਾ ਮੈਨੂੰ ਲੱਗਦਾ ਕਾਫੀ ਕਰੰਟ ਹੈਗਾ ਪਾਣੀ ਪਿਲਾਵਾਂ ਜੀ ਪਾਣੀ ਰਸਤੇ ਬਹੁਤ ਸ਼ਬੀਲਾ ਲੱਗੀ ਪੀਂਦਾ ਆ ਇਹਨੂੰ ਚੈੱਕ ਕਰੋ ਤੁਸੀਂ ਕੋਈ ਵੱਡਾ ਹੀ ਪੈ ਗਿਆ ਜੀ ਪਰ ਸਕੂਟਰ ਬਚ ਤੇ ਜਾ ਗਿਆ ਨਾ ਦੇਖੋ ਭਾਈ ਸਾਹਿਬ ਪਰਮਾਤਮਾ ਤੇ ਭਰੋਸਾ ਰੱਖੋ ਜੀ ਉਹਦੇ ਘਰ ਦੇਰ ਆ ਹਨੇਰ ਨਹੀਂ ਅਗਰ ਪਰਮਾਤਮਾ ਨੇ ਚਾਹਿਆ ਤੁਹਾਡਾ ਸਕੂਟਰ ਜ਼ਰੂਰ ਬਚ ਜਾਏਗਾ ਪਰਮਾਤਮਾ ਦੀ ਉਮਰ ਲੰਮੀ ਕਰੇ ਅਸੀਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰਾਂਗੇ ਕਦੋਂ ਤੱਕ ਠੀਕ ਹੋ ਜਾਏਗਾ ਸ਼ਾਮ ਪੈ ਜਾਣੀ ਆ ਜੀ ਸ਼ਾਮ ਪੈ ਜਾਣੀ ਆ ਲੈ ਇੱਕੋ ਤੇ ਸਕੂਟਰ ਆਇਆ ਜੀ ਸਾਡੇ ਕੋਲ ਇਹਦੇ ਤੇ ਸਾਰੀਆਂ ਰੀਝਾਂ ਲਾਉਣੀਆਂ ਆਪਾਂ ਮਤਲਬ ਸ਼ਾਮੀ 5 ਵਜੇ ਤੱਕ ਕਰ ਦਿੰਨੇ ਆ ਜੀ ਚਲੋ ਕਰੋ ਠੀਕ ਨੂੰ ਸ਼ਾਮੀ 5 ਵਜੇ ਆਉਂਗਾ ਮੈਂ ਹਾਂਜੀ ਹਾਂਜੀ 5 ਵਜੇ ਆ ਜਾਓ 5 ਵਜੇ ਆ ਜਾਓ ਤੁਹਾਡਾ ਮਾਲ ਮਲਾਈ ਕੀਤਾ ਪਿਆ ਹੋਏਗਾ ਸੀ ਨਹੀਂ ਚੱਲਦਾ ਉੱਥੇ ਫੜ ਕੇ ਘੋਜਰ ਘੋਜਰ ਕਰਨ ਦੇ ਕਿਹੜੇ ਪਾਸੇ ਕਰਾਂ ਉਧਰੋਂ ਵੇਖ ਮਾਮਾ ਇੰਜਣ ਇੱਧਰ ਥੱਲੇ ਕਿੱਧਰ ਵੇਖਣ ਡਿਆ ਮੈਨੂੰ ਕੀ ਪਤਾ ਕਿੱਧਰ ਕਿੱਧਰ ਕੀ ਲੱਗਾ ਹੁੰਦਾ ਮੈਂ ਬਣਾਉਂਦਾ ਰਿਹਾ ਸਕੂਟਰ ਕੀ ਕਰੀਏ ਭਰਾਵਾ ਇਹਦਾ ਫਿਰ
ਖੋਲੋ ਇਹਨੂੰ ਕੁਛ ਕਰੋ ਇਹਦੇ ਥੱਲੇ ਵੀ ਦੇਖੋ ਇਹਦੇ ਥੱਲੇ ਦੇਖੋ ਕੀ ਹੈਗਾ ਇਹਦੇ ਕੱਢ ਪੇਚ ਪੂਜ ਜੇ ਕਿਥੇ ਸਮਾਨ ਲੈ ਕੇ ਆਉਣਾ ਪੈਣਾ ਅੰਦਰੋਂ ਆਓ ਅੰਦਰੋਂ ਸਭ ਕੁਛ ਖਟਿਆਲੇ ਲੱਡੂ ਬਹੁਤ ਮਸ਼ਹੂਰ ਆ ਮੰਗਾਈਏ ਜੀ ਲੱਡੂ ਤਾਂ ਮੈਂ ਵੰਡਾਂਗਾ ਜੀ ਜਦੋਂ ਮੇਰਾ ਦਾਜ ਵਾਲਾ ਸਕੂਟਰ ਠੀਕ ਹੋ ਕੇ ਮੇਰੇ ਸਾਹਮਣੇ ਆ ਗਿਆ ਦੇਖੋ ਜੀ ਦਾਜ ਲੈਣਾ ਵੀ ਬਹੁਤ ਵੱਡਾ ਪਾਪ ਹੈ ਦਾਜ ਦੇਣਾ ਵੀ ਬਹੁਤ ਵੱਡਾ ਪਾਪ ਹੈ ਦਾਜ ਆਪਣੇ ਆਪ 'ਚ ਇੱਕ ਬਹੁਤ ਵੱਡੀ ਲਾਹਨਤ ਹੈ ਜੋ ਚੀਜ਼ਾਂ ਦਾਜ ਨੂੰ ਬੜਾਵਾ ਦਿੰਦੀਆਂ ਹਨ ਉਹਨਾਂ ਦਾ ਖਤਮ ਹੋ ਜਾਣਾ ਹੀ ਬਿਹਤਰ ਹੁੰਦਾ ਹੈ ਇਸ ਦਾਜ ਦੇ ਖਿਲਾਫ਼ ਸਾਨੂੰ ਸਭ ਨੂੰ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ ਦਾਜ ਮੁਰਦਾਬਾਦ ਦਾਜ ਦਾ ਸਕੂਟਰ ਮੁਰਦਾਬਾਦ ਦਾਜ ਦਾ ਸਕੂਟਰ ਮੁਰਦਾਬਾਦ ਸਪੀਚਾਂ ਨਾ ਦਿਓ ਸਕੂਟਰ ਦਿਓ ਕੋਈ ਸਕੂਟਰ ਦੀ ਟਰਾਈ ਲੈਣੀ ਹੈ ਟਰਾਈ ਲੈਣ ਨਹੀਂ ਜੀ ਗਿਆ ਬਸ ਅਸੀਂ ਆਪ ਹੀ ਟਰਾਈ ਮਾਰ ਕੇ ਵੇਖੀ ਹੈ ਜੀ ਵੈਰੀ ਗੁੱਡ ਵੈਰੀ ਗੁੱਡ ਇਹਦਾ ਮਤਲਬ ਮੇਰਾ ਹੁਣ ਸਕੂਟਰ ਉੱਡਦਾ ਹੀ ਜਾਏਗਾ ਨਹੀਂ ਜੀ ਮਤਲਬ ਉੱਡਦਾ ਤੇ ਮੁਸ਼ਕਿਲ ਹੀ ਹੈ ਜੀ ਮੈਨੂੰ ਲੱਗਦਾ ਰਿਕਸ਼ਾ ਤੇ ਜਾਏਗਾ ਜੀ ਕੀ ਮਤਲਬ ਤੁਹਾਡਾ ਮੈਂ ਸਮਝਿਆ ਨਹੀਂ ਮਤਲਬ ਸਮਝਾ ਦਿੰਦੇ ਜਾਓ ਸਕੂਟਰ ਲਿਆ ਲਿਆਓ ਲੋਕ ਸ਼ੋਕ ਸਭ ਅੰਦਰ ਲੱਗੇ ਪਏ ਨੇ ਉਹਨੇ ਆ ਜਾਣਾ ਸਾਹਮਣੇ ਬਸ ਪੈਕ ਸ਼ੈਕ ਕਰ ਹਾਂਜੀ ਹਾਂਜੀ ਮਤਲਬ ਪੀ ਬੀ 08T7434 ਤੁਹਾਡਾ ਹੀ ਹੈ ਨਾ ਜੀ ਨੰਬਰ ਤਾਂ ਇਹੀ ਹੈ ਪਰ ਹੈ ਕੀ ਸਕੂਟਰ 'ਚ ਨੁਸਖ ਜੀ ਜ਼ਿਆਦਾ ਹੀ ਹੋ ਗਿਆ ਸੀ ਅਤੇ ਸਾਰਾ ਖੋਲਣਾ ਪੈ ਗਿਆ ਪਰ ਗੱਲ ਨਹੀਂ ਬਣੀ ਨਹੀਂ ਦਰਅਸਲ ਚੱਕਰ ਇਹ ਹੈਗਾ ਜੀ ਸਾਨੂੰ ਨਾ ਸਕੂਟਰ ਖੋਲਣਾ ਆਉਂਦਾ ਜੀ ਖੋਲ ਅਸੀਂ ਸਾਰਾ ਹੀ ਲਿਆ ਅਤੇ ਜੋੜਨ ਦੀ ਪ੍ਰੈਕਟਿਸ ਥੋੜ੍ਹੀ ਘੱਟ ਹੈਗੀ ਜੀ ਉਹ ਕੁਝ ਜ਼ਿਆਦਾ ਸਮਝ ਨਹੀਂ ਆਈ ਅਤੇ ਤੁਸੀਂ ਫਿਕਰ ਨਾ ਕਰੋ ਅਸੀਂ ਇਕੱਲਾ ਇਕੱਲਾ ਪੇਚ ਪੂਰੇ ਧਿਆਨ ਨਾਲ ਬੋਰੀ ਦੇ ਵਿੱਚ ਪੈਕ ਕਰ ਦਿੱਤਾ ਸਭ ਕੁਛ ਇਕੱਲਾ ਇਕੱਲਾ ਪੇਚ ਬੇਟੀ ਉਹ ਬੈਟਰੀ ਤੋਂ ਬੰਦਾ ਲੈ ਗਿਆ ਸਕੂਟਰੀ ਦੇ ਫੁੱਲ ਸਾਰ ਜਾਣੇ ਹਰਦੁਆਰ ਜਿੰਨਾ ਕੁੱਟਣਾ ਸੀ ਕੁੱਟ ਲਿਆ ਖੋਲ ਤੇ ਜਾਓ ਪਤੰਦਰ ਜ਼ਿੰਦਗੀ ਚ ਲੰਗਰ ਲਵਾਏ ਬੜੇ ਭਰਾਵਾ ਅੱਜ ਪਹਿਲੀ ਵਾਰੀ ਲਾਈਨ ਚ ਲੱਗ ਕੇ ਲੰਗਰ ਲਿਆ ਅਸੀਂ ਤੇ ਭਰਾਵਾ ਚ ਮੰਦੂ ਗਰੀਬ ਆ ਜਦ ਤੱਕ ਲੈਣ ਚ ਲੱਕ ਲੰਗਰ ਨਾ ਲਈਏ
ਲੰਗਰ ਸਵਾਦ ਹੀ ਨਹੀਂ ਲੱਗਦਾ। ਵੈਸੇ ਆਪਾਂ ਨਾ 2 ਰੁਪਏ ਦੀ ਜੰਤਰੀ ਲੈ ਕੇ ਤੇ ਚੈੱਕ ਕਰੀ, ਹੁਣ ਆਉਣ ਵਾਲੇ ਦਿਨਾਂ 'ਚ ਕਿੱਥੇ ਕਿੱਥੇ ਤੇ ਕਦੋਂ ਕਦੋਂ ਮੇਲੇ ਲੱਗਣੇ ਨੇ, ਮੇਲਿਆਂ 'ਚ ਲੰਗਰ ਲੱਗਣਗੇ ਤਾਂ ਹੀ ਗੁਜ਼ਾਰਾ ਹੋਣਾ ਹੀ ਆਪਣਾ। ਪੈਸੇ ਵੱਲੋਂ ਤਾਂ ਪੀ ਬੋਲੀ ਪਈ, 10 ਰੁਪਈਏ ਖਰਚਣ ਦੀ ਹਿੰਮਤ ਨਹੀਂ ਰਹਿ ਗਈ ਹੁਣ। ਭਾਜੀ ਟਕੇ ਦੀ ਤਾਂ ਕਮਾਈ ਨਹੀਂ ਹੈਗੀ ਕਿਤੋਂ, ਮੈਂ ਤਾਂ ਵਾਪਸ ਕਿਤਾਬਾਂ ਵਾਲੀ ਦੁਕਾਨ 'ਤੇ ਲੱਗ ਜਾਣਾ। ਮੇਰੀ ਮਨ ਤੂੰ ਵੀ ਕਿਤੇ ਨੌਕਰੀ 'ਤੇ ਲੱਗ ਜਾ। ਵੈਸੇ ਇੱਕ ਆਈਡੀਆ ਆਇਆ ਮੇਰੇ ਦਿਮਾਗ 'ਚ। ਉਹ ਆਈਡੀਆ ਰਹਿਣ ਹੀ ਰਹੀ ਆ, ਹੁਣ ਆਪਾਂ ਆਪਣੇ ਆਈਡੀਆਜ਼ ਦੀ ਕਰਤੂਤਾਂ 'ਤੇ ਅਸੀਂ ਵੇਖ ਹੀ ਚੁੱਕੇ ਹਾਂ। ਸਰੀਰ ਦੀ ਕੋਈ ਥਾਂ ਐਸੀ ਨਹੀਂ ਬੱਚੀ ਜਿੱਥੇ ਨੀਲ ਨਾ ਪਏ ਹੋਣ। ਗੱਲ ਦਾ ਭਰਾਵਾ ਉਦੋਂ ਤੇਰੀ ਠੀਕ ਹੈ, ਵੈਸੇ ਜੇ ਇਸ ਹਾਲਤ 'ਚ ਮੈਨੂੰ ਮੇਰੀ ਮਾਂ ਵੇਖ ਲਏ ਨਾ, ਅੱਗੇ ਕਹਿੰਦੀ ਹੁੰਦੀ ਆ ਮੇਰਾ ਲਾਲ, ਹੁਣ ਉਹਨੇ ਮੈਨੂੰ ਵੇਖ ਕੇ ਕਹਿਣਾ ਆ ਮੇਰਾ ਨੀਲਾ। ਵੈਸੇ ਆਪਾਂ ਦੋਵਾਂ ਦੀ ਹਾਲਤ ਇੱਦਾਂ ਜਿੱਦਾਂ ਕਿਸੇ ਨੇ ਚੰਗੀ ਤਰ੍ਹਾਂ ਧੋ ਕੇ ਅਤੇ ਨੀਲ ਦਿੱਤਾ ਹੁੰਦਾ। ਵੈਸੇ ਇਹ ਆਈਡੀਆ ਮੇਰਾ ਬੜਾ ਫਿਲਮੀ ਟਾਈਪ ਆਈਡੀਆ, ਜਿੱਦਾਂ ਹਿੰਦੀ ਫਿਲਮਾਂ 'ਚ ਨਹੀਂ ਹੁੰਦਾ, ਗਰੀਬ ਹੀਰੋ ਕਿਸੇ ਅਮੀਰ ਬੰਦੇ ਦਾ ਭਲਾ ਕਰ ਦਿੰਦਾ, ਜੋ ਅਮੀਰ ਬੰਦਾ ਜਾਣ ਲੱਗਾ ਉਹਨੂੰ ਆਪਣਾ ਵਿਜ਼ਿਟਿੰਗ ਕਾਰਡ ਦੇ ਜਾਂਦਾ, ਕਭੀ ਜ਼ਿੰਦਗੀ ਮੇਂ ਮੇਰੀ ਜ਼ਰੂਰਤ ਹੋ ਤੋ ਮੇਰੇ ਪਾਸ ਚਲੇ ਆਉਣਾ। ਬਸ ਫਿਰ ਹੀਰੋ ਵੀ 8ਵੇਂ ਸੀਨ 'ਚ ਉਹਦੇ ਕੋਲੋਂ ਹੈਲਪ ਲੈਣ ਪਹੁੰਚ ਜਾਂਦਾ, ਆਪਾਂ ਵੀ ਕਿਸੇ ਅਮੀਰ ਦਾ ਭਲਾ ਕਰੀਏ, ਉਹ ਵੀ ਸਾਨੂੰ ਆਪਣਾ ਵਿਜ਼ਿਟਿੰਗ ਕਾਰਡ ਦੇ ਕੇ ਜਾਏਗਾ, ਜ਼ਿੰਦਗੀ ਮੇਂ ਕਭੀ ਮੇਰੀ ਜ਼ਰੂਰਤ ਹੋ ਤੋ ਮੇਰੇ ਪਾਸ ਚਲੇ ਆਉਣਾ। ਅਸੀਂ ਉਸੇ ਸੀਨ 'ਚ ਹੈਲਪ ਮੰਗ ਲੈਣੀ ਹੈ, 8ਵਾਂ ਸੀਨ ਪੈਣ ਹੀ ਨਹੀਂ ਦੇਣਾ। ਗੱਲ ਤਾਂ ਵੈਸੇ ਤੇਰੀ ਠੀਕ ਹੈ, ਪਰ ਆਪਾਂ ਭਲਾ ਕਿਹੜੇ ਅਮੀਰ ਦਾ ਕਰੀਏ। ਕਹਿੰਦੇ ਆ ਨਾ ਲੋੜ ਕਾਰਡ ਦੀ ਮਾਂ ਹੈ। ਉਹ ਕਿੱਲ ਪਿਆ ਨਾ, ਕਿੱਲ ਚੁੱਕ। ਗੱਡੀ ਦੱਸਦੀ ਆ, ਸਮਝ ਗਿਆ ਸਮਝ ਗਿਆ। ਹੈਲਪ ਕਰੀਏ ਜੀ? ਨਹੀਂ ਯਾਰ, ਪੈਂਚਰ ਹੋ ਗਈ ਲੱਗਦੀ। ਲੱਗਦਾ ਨਹੀਂ ਜੀ, ਪੈਂਚਰ ਹੋਈ ਹੈ, 12 ਨੰਬਰ ਦਾ 4 ਇੰਚੀ ਕਿੱਲ ਵੜਿਆ ਟਾਇਰ 'ਚ। ਨਹੀਂ ਦਰਅਸਲ ਅਸੀਂ ਅੰਦਾਜ਼ਾ ਹੀ ਲਾਇਆ ਜੀ, ਵੇਖੋ ਮਤਲਬ ਦੇਖਣ ਨੂੰ ਲੱਗਦਾ ਐਡੀ ਵੱਡੀ ਗੱਡੀ ਹੈ, ਛੋਟੇ ਮੋਟੇ ਕਿੱਲ ਨਾਲ ਪੈਂਚਰ ਹੋ ਹੀ ਨਹੀਂ ਸਕਦੀ। ਜੇ ਕਹੋ ਤੇ ਸਟੱਪਣੀ ਬਦਲ ਦਈਏ ਜੀ? ਕੋਈ ਫਾਇਦਾ ਨਹੀਂ ਯਾਰ, ਸਟੱਪਣੀ ਤੇ ਪਹਿਲਾਂ ਹੀ ਪੈਂਚਰ ਹੈ। ਫਿਰ ਉਹ ਕਾਰਡ ਵਾਲਾ ਸੀਨ ਤੇ ਰਹਿ ਗਿਆ ਜੀ ਇਹਦਾ ਮਤਲਬ। ਓਏ ਕਿਹੜਾ ਕਾਰਡ ਵਾਲਾ ਸੀਨ ਬਈ? ਅਸੀਂ ਤੇ ਸੋਚਿਆ ਸੀ ਤੁਸੀਂ ਅਮੀਰ ਆਦਮੀ ਹੋ, ਤੁਹਾਡੀ ਮਦਦ ਕਰਾਂਗੇ ਤੇ ਤੁਸੀਂ ਆਪਣਾ ਵਿਜ਼ਿਟਿੰਗ ਕਾਰਡ ਸਾਨੂੰ ਦੋਗੇ ਤੇ ਕਹੋਗੇ ਕਭੀ ਜ਼ਿੰਦਗੀ ਮੇਂ ਹਮਾਰੀ ਜ਼ਰੂਰਤ ਪੜੇ ਤੋ ਜ਼ਰੂਰ ਬਤਾਨਾ। ਓਹੋ ਵਿਹਲੇ ਹੋ ਤੇ ਕੰਮ ਦੀ ਤਲਾਸ਼ ਹੋ? ਓਏ ਹੱਟੇ ਕੱਟੇ ਨੌਜਵਾਨ, ਮੈਂ ਤਾਂ ਤੁਹਾਡੇ ਵਰਗੇ ਬੰਦੇ ਲੱਭਦਾ ਫਿਰਦਾ। ਮਤਲਬ ਮਿਲਟਰੀ 'ਚ ਭਰਤੀ ਕਰਦੇ ਹੋਈ? ਪਰ ਮੈਂ ਹੱਟਾ ਕੱਟਾ। ਓ ਚੱਲ ਕਾਕਾ, ਤੇਰੇ ਨਾਲ ਉਹ ਹੱਟਾ ਕੱਟਾ ਕੱਟ ਵੀ ਦਈਏ, ਨੌਜਵਾਨ ਤੇ ਤੂੰ ਹੈਗਾ ਹੀ ਹੈ, ਅੱਜ ਤੋਂ ਤੁਹਾਨੂੰ ਦੋਨਾਂ ਨੂੰ ਮੈਂ ਆਪਣੇ ਕੋਲ ਕੰਮ ਤੇ ਰੱਖ ਲਿਆ। ਅੱਛਾ ਜੀ, ਪਰ ਅਸੀਂ ਮਤਲਬ ਕੰਮ ਕੀ ਕਰਨਾ ਦੱਸਿਆ ਨਹੀਂ ਤੁਸੀਂ। ਉਹ ਲੈ ਕਰਨਾ ਕੀ ਹੈ, ਆਪਣੇ ਵਰਗੇ 20-25 ਗੱਭਰੂ ਨੂੰ ਨਾਲ ਲੈ ਕੇ ਕਿਸੇ ਦੇ ਪਲਾਟ ਤੇ ਕਿਸੇ ਦੇ ਮਕਾਨ ਤੇ 2-4 ਘੰਟੇ ਬਹਿ ਕੇ ਦਾਰੂ ਸ਼ਰੂ ਪੀ ਕੇ ਮੁਰਗੇ ਛੁਰਗੇ ਖਾ ਕੇ ਆ ਗਏ ਤੇ ਆ ਕੇ ਆਪਣੇ ਪੈਸੇ ਲੈ ਗਏ ਬਸ। ਲੈ ਇਹਦੇ 'ਚ ਸਾਡਾ ਕੀ ਕੰਮ ਹੋਇਆ ਜੀ ਫਿਰ, ਪੈਸੇ ਕਾਹਦੇ ਮਿਲਣੇ ਸਾਨੂੰ? ਓਏ ਮੇਰੇ ਸ਼ੇਰੋ, ਕਿਸੇ ਲੋੜਵੰਦ ਗਰੀਬ ਨੂੰ ਕਬਜ਼ਾ ਦਵਾਤਾ, ਸਿੰਪਲ। ਜਿੱਦਾਂ ਕੁੰਡਾ ਚਿਟਕਣੀਆਂ ਹੈਂਡਲ ਕਬਜ਼ਾ ਉੱਦਾਂ ਹੀ ਹੋਣਾ ਜੀ? ਹਾਂਜੀ ਹਾਂਜੀ ਹਾਂਜੀ, ਆਲਮੋਸਟ ਇੱਦਾਂ ਹੀ ਹੈ। ਇੱਧਰ ਤੁਸੀਂ ਕਬਜ਼ਾ ਲੈ ਕੇ ਆਉਣਾ ਤੇ ਉੱਧਰ ਸ਼ਾਮ ਨੂੰ ਆਪਣਾ 10-10 ਹਜ਼ਾਰ ਰੁਪਇਆ ਲੈ ਕੇ ਜਾਣਾ। ਏਦਾਂ ਕਿੱਦਾਂ ਹੋ ਸਕਦਾ? ਓਏ ਆ ਲਓ ਫੜੋ 5,000 ਰੁਪਇਆ ਐਡਵਾਂਸ ਤੇ ਅੱਜ ਹੀ ਆਪਾਂ ਇੱਕ ਕਬਜ਼ਾ ਲੈਣ ਜਾਣਾ। ਸੋਰੀ ਜੀ, ਵੈਰੀ ਸੋਰੀ, ਸਾਨੂੰ ਜੇ ਪਤਾ ਹੁੰਦਾ
ਤੁਸੀਂ ਇੰਨੇ ਨੇਕ ਦਿਲ ਤੇ ਦਿਆਲੂ ਇਨਸਾਨ ਹੋ, ਅਸੀਂ ਆਪਣੇ ਆਪ ਕਿੱਲ ਮਾਰ ਕੇ ਤੁਹਾਡੀ ਗੱਡੀ ਕਦੀ ਨਾ ਪੈਂਚਰ ਕਰਦੇ। ਅੱਛਾ ਚਲੋ ਕਰੋ ਤਿਆਰੀ ਫਿਰ, ਅੱਜ ਹੀ ਆਪਾਂ ਕਬਜ਼ਾ ਲੈਣ ਚੱਲੀਏ। ਚਲੋ ਕਬਜ਼ਾ, ਚਲੋ ਚਲੋ ਇਸ਼ਰਾ ਹੋ ਗਏ ਇੱਧਰ ਜੀ, ਉੱਧਰ ਉੱਧਰ ਉੱਪਰ ਚਲੋ ਭਾਜੀ। ਪਰ ਗੱਲ ਸੁਣੋ, ਸਾਰਿਆਂ ਨੇ ਹੱਥਾਂ ਚ ਹਥਿਆਰ ਫੜੇ ਨੇ, ਏਦਾਂ ਕਿਸੇ ਦੇ ਘਰ ਜਾਂਦੇ ਚੰਗੇ ਲੱਗਣੇ ਆ ਭਲਾ? ਓਏ ਕਬਜ਼ਾ ਲੈਣ ਚੱਲੇ ਆ, ਕੋਈ ਵਧਾਈ ਲੈਣ ਨੀ ਚੱਲੇ ਯਾਰ? ਇੱਕ ਦੋ ਬੰਦੇ ਜਾਓ, ਕਬਜ਼ਾ ਲਿਆਓ, ਕਿੱਡੀ ਕੁ ਵੱਡੀ ਗੱਲ ਹੈ। ਨਾਲੇ ਯਾਰ ਆਪਾਂ ਨੰਗੇ ਸ਼ਸਤਰ ਫੜੇ ਨੇ ਓਪਨ ਜੀਪ ਦੇ ਵਿੱਚ, ਚੰਗਾ ਨੀ ਲੱਗਦਾ ਯਾਰ। ਮੈਂ ਕਹਿੰਦਾ ਜੀਪ ਤੇ ਆਪਾਂ ਤਰਪਾਲ ਪਾ ਲਈਏ। ਓਏ ਗੱਡੀ ਸਟਾਰਟ ਕਰ। ਆਹ ਉਹ ਜਗ੍ਹਾ ਜਿੱਥੇ ਅਸੀਂ ਕਬਜ਼ਾ ਲੈਣਾ। ਤੁਸੀਂ ਦੋਵੇਂ ਜਣੇ ਮੈਨੂੰ ਸਿਆਣੇ ਲੱਗਦੇ ਆ, ਤੁਸੀਂ ਅੰਦਰ ਜਾ ਕੇ ਦੇਖੋ ਤੇ ਮੈਨੂੰ ਦੱਸੋ ਕਿ ਮਾਹੌਲ ਠੀਕ ਹੈ। ਮਾਹੌਲ ਅਸੀਂ ਦੇਖ ਲੈਂਦੇ ਹਾਂ ਜੀ, ਦੇਖੀ ਜਰਾ ਮਾਹੌਲ ਮੂਲ ਦੇਖਣ ਨੂੰ ਅਸੀਂ ਠੀਕ ਹਾਂ ਜੀ ਦੋਵੇਂ। ਬਾਕੀ ਔਖਾ ਆ ਜਾ ਬਈ, ਆ ਜਾ ਮਾਹੌਲ ਵੇਖੀ, ਇਹ ਫੜਾ ਦੇ ਭਰਾਵਾ ਇੱਧਰ ਕਿਸੇ ਨੂੰ, ਅਸੀਂ ਮਾਹੌਲ ਵੇਖ ਕੇ ਆਏ ਜੀ। ਆ ਜਾ ਆ ਜਾ। ਕਬਜ਼ਾ ਲੈਣ ਆਏ ਸੀ ਜੀ। ਬਸ ਦੋਵੇਂ ਲੈਣ ਆਏ ਹੋ ਕਬਜ਼ਾ? ਨਹੀਂ ਜੀ, ਬੰਦੇ ਤਾਂ ਹੋਰ ਵੀ ਹੈਗੇ ਜੀ ਬਾਹਰ, ਉਹ ਜੀਪ ਚ ਬੈਠੇ ਜੀ, ਸਾਨੂੰ ਕਹਿੰਦੇ ਵੀ ਤੁਸੀਂ ਦੋਵੇਂ ਜਾ ਕੇ ਲਾਓ ਕਬਜ਼ਾ। ਆਓ ਬਈ ਭਲਵਾਨੋ, ਯਾਰਾ ਦਈਏ ਇਹਨਾਂ ਨੂੰ ਕਬਜ਼ਾ ਦੇਣ ਲੱਗੇ ਜੀ। ਮਤਲਬ ਇਹਨਾਂ ਨੇ ਕਿੱਦਾਂ ਕਬਜ਼ਾ ਦੇਣਾ, ਇਹ ਕੀ ਸਾਰਾ ਸਿਸਟਮ ਕੀ ਹੁੰਦਾ? ਕਬਜ਼ਾ ਮਤਲਬ ਇਹ ਕੀ ਕਰਨ ਲੱਗਿਆ ਭਾਜੀ? ਸ਼ੁਕਰ ਹੀ ਭਰਾਵਾ ਮੋਟੇ ਭਲਵਾਨ ਦਾ ਦਿਮਾਗ ਵੀ ਮੋਟਾ ਸੀ, ਨਹੀਂ ਤੇ ਆਪਾਂ ਗਏ ਸੀ। ਬੰਦਾ ਪੁੱਛੇ ਵੀ ਤੁਸੀਂ ਜੋ ਇੰਨੇ ਜਾਣੇ ਸਾਡੇ ਪਿੱਛੇ ਭੱਜਣ ਡਏ ਹੋ, ਤੁਹਾਡੇ ਹੱਥ 'ਚ ਬੰਦੂਕ ਬੜੀ ਦੂਰੋਂ ਗੋਲੀ ਮਾਰੋ। ਇਹ ਗੱਲ ਤੇਰੀ ਬਿਲਕੁਲ ਸਹੀ ਆ, ਜੇ ਕਿਤੇ ਭਲਵਾਨ ਦੇ ਦਿਮਾਗ 'ਚ ਆ ਗੱਲ ਆ ਜਾਂਦੀ ਨਾ, ਤੇ ਇੱਕ ਗੋਲੀ ਨਾਲ ਫਿਰ ਦੋ ਬੰਦੇ ਮਰਨੇ ਸੀ। ਉਹ ਕਿੱਦਾਂ? ਤੂੰ ਗੋਲੀ ਨਾਲ ਮਰਨਾ ਸੀ ਤੇ ਮੈਂ ਧਮਕਣਾ। ਇਹ ਤਾਂ ਭਰਾਵਾ ਸ਼ੁਕਰ ਹੀ ਰੱਬ ਦਾ ਤੇ ਉਹ ਮੋਟੇ ਜੇ ਭਲਵਾਨ ਨੂੰ ਠੇਡਾ ਲੱਗਾ ਤੇ ਉਹ ਜਾ ਪਿਆ, ਤੇ ਬਾਕੀ ਭਲਵਾਨ ਉਹਨੂੰ ਚੁੱਕਣ ਲੱਗ ਪਏ। ਅਸੀਂ ਬਚ, ਮੈਂ ਤਾਂ ਹੱਥ ਆ ਹੀ ਚੱਲਿਆ ਸੀ ਭਲਵਾਨਾਂ ਦੇ, ਮੈਨੂੰ ਤਾਂ ਛੇਤੀ ਜਾਣਾ ਸੀ ਉਹਨਾਂ ਨੇ। ਰਾਵਾ ਜੀ ਅਸੀਂ ਉਹ ਭਲਵਾਨਾਂ ਦੇ ਹੱਥ ਆ ਜਾਂਦੇ ਨਾ ਤੇ ਹਸਪਤਾਲ ਵਾਲਿਆਂ ਨੇ ਸਾਡੇ ਪੁਰਜੇ ਇਕੱਠੇ ਕਰਨੇ ਸੀ, ਤੇ ਬਾਅਦ 'ਚ ਰਿਪੋਰਟ ਇਹ ਆਉਣੀ ਸੀ ਡਾਕਟਰਾਂ ਦੀ ਵੀ 3 ਲੱਤਾਂ ਮਿਸਿੰਗ ਨੇ, 27 ਦੰਦ ਨਹੀਂ ਲੱਭ ਰਹੇ, 2 ਡੇਲਿਆਂ ਦਾ ਨਹੀਂ ਪਤਾ ਲੱਗ ਰਿਹਾ। ਸਾਡੇ ਦੋਵਾਂ ਦੇ ਪੁਰਜੇ ਜੋੜ ਜੋੜ ਕੇ ਇੱਕੋ ਬੰਦਾ ਬਣਾਉਣਾ ਸੀ ਉਹਨਾਂ ਨੇ, ਤੇ ਨਾ ਉਹ ਘੁੱਗੀ ਬੰਨਾ ਸੀ ਨਾ ਬਿੱਲੂ, ਉਹਦਾ ਨਾਂ ਰੱਖਣਾ ਸੀ ਘੁੱਲੂ। ਮੈਂ ਤੇ ਭਰਾਵਾ ਹੁਣ ਦਾੜੀ ਵਧਾ ਲੈਣੀ ਆ, ਭਲਵਾਨ ਫੇਰ ਨਾ ਕਿਤੇ ਮੈਨੂੰ ਪਛਾਣ ਲੈਣ ਰਾਹ ਜਾਂਦਿਆਂ ਨੂੰ। ਵੈਸੇ ਇੱਕ ਗੱਲ ਦੀ ਨਸੀਹਤ ਆ ਗਈ ਭਰਾਵਾ, ਜੋ ਸਵਾਦ ਨੇਕ ਕਮਾਈ ਔਰ ਹੱਕ ਹਲਾਲ ਦੀ ਕਮਾਈ ਜਾਣਾ, ਉਹ ਇਹਨਾਂ ਗੰਦੇ ਕੰਮਾਂ 'ਚ ਕਿੱਥੇ? ਇਹ ਕੁੱਤੇ ਕੰਮ ਕਦੀ ਵੀ ਸਕੂਨ ਨਹੀਂ ਦੇ ਸਕਦੇ ਬੰਦੇ ਨੂੰ। ਸਦਕੇ ਜਾਈਏ ਗੁਰਦਾਸ ਮਾਨ ਸਾਹਿਬ ਦੇ, ਕਿੱਡੀ ਵੱਡੀ ਗੱਲ ਆਖੀ ਉਹਨਾਂ ਨੇ।
ਫਿਰ ਰੋਟੀ ਹੱਕ ਦੀ ਖਾਈਏ ਜੀ ਭਾਵੇਂ ਬੂਟ ਪਾਲਸ਼ਾਂ ਕਰੀਏ। ਚੰਗਾ ਭਾਈ ਫਿਰ ਮੈਂ ਚੱਲਦਾ। ਕਿਉਂ ਕੀ ਹੋ ਗਿਆ? ਬਸ ਇਹ ਬੂਟ ਪਾਲਸ਼ਾਂ ਦਾ ਕੰਮ ਰਹਿ ਗਿਆ, ਲੱਗਦਾ ਇਹ ਵੀ ਕਰਾਏਗਾ ਹੁਣ ਮੇਰੇ ਕੋਲ। ਲੈ ਮੈਨੂੰ ਤੇ ਅਕਲ ਹੀ ਹੋਣ ਆਈ ਹੈ ਕਿ ਬੰਦੇ ਦੀ ਸੋਚ ਛੋਟੀ ਵੱਡੀ ਹੁੰਦੀ ਹੈ, ਕੰਮ ਕੋਈ ਛੋਟਾ ਵੱਡਾ ਨਹੀਂ ਹੁੰਦਾ। ਕੰਮ ਤੇ ਕਿਤਾਬਾਂ ਵਾਲੀ ਦੁਕਾਨ ਤੇ ਵੀ ਛੋਟਾ ਨਹੀਂ ਹੈਗਾ ਭਰਾਵਾ, ਜਾ ਕੇ ਪਤਾ ਕਰਦਾ ਜੇ ਪਾਓ ਕਿਤੇ ਰੱਖ ਲੈ ਦੁਬਾਰਾ ਤੇ। ਬਿੱਲੋ ਅਰੇ ਰੁਕ ਰੁਕ ਰੁਕ, ਚਾਹ ਦਾ ਕੱਪ ਬਣਾਈ ਯਾਰ, ਇੱਕ ਹੋਰ ਪਹਿਲੀ ਤੇ ਠੰਡੀ ਹੋ ਗਈ। ਅਰੇ ਓ ਮੱਖਣਾ, ਅਰੇ ਪਿਲਾ ਜ਼ਰਾ ਦੂਧ ਆ, ਬੜੀਆਂ ਸਭ ਪੱਤੀ ਡਾਲ ਕੇ। ਬੱਲੇ ਹੋ ਤੇਰੇ, ਅਸੀਂ ਚਾਹ ਆਰਡਰ ਕਰੀਏ ਤੇ ਤੂੰ ਰਕਸ਼ੇ ਚਲਾ ਕੇ ਦੁੱਧ ਚ ਪੱਤੀਆਂ। ਸਰਦਾਰ ਜੀ, ਰਿਕਸ਼ਾ ਤੋਂ ਮੈਂ ਚਲਾਤੀ ਸੀ 1998 ਮੈਂ, ਹੁਣ ਤਾਂ ਰੱਬ ਕੀ ਦਇਆ ਨਾਲ ਅਸੀਂ ਆਪਣਾ ਖੁਦ ਕਾ 20-25 ਰਿਕਸ਼ਾ ਪਾਈ। ਬੰਦਾ ਰਿਕਸ਼ਾ ਚਲਾਤੀ ਹੈ, ਸਾਨੂੰ ਪੈਸੇ ਆਤੀ ਹੈ। ਔਰ ਭਾਜੀ, ਔਰ ਆਜ ਜੋ ਹੈ ਸਾਡਾ ਗੱਡੀ ਕਾ ਡਰਾਈਵਰ ਪਹੁੰਚ ਗਈ, ਤਾਂ ਇਸ ਲਈ ਅਸੀਂ ਸੋਚਿਆ ਕਿ ਸਾਰਾ ਦਿਨ ਗੱਡੀ ਵੇਲਾ ਖੜੀ ਰਹਿਣਾ ਹੈ, ਕੀ ਫਾਇਦਾ ਹੈ, ਚਲੋ ਖੁਦਾ ਹੀ ਗੱਡੀ ਚਲਾਤੇ ਹੈ। ਔਰ ਭਾਜੀ, ਗੱਡੀ ਚਲਾਉਣ ਕੇ ਦੋ ਫਾਇਦੇ ਹੈ, ਇੱਕ ਤਾਂ ਸਰੀਰ ਕਾ ਕਸਰਤ ਹੋ ਜਾਂਦੀ ਹੈ, ਔਰ ਦੂਸਰਾ ਜੇਬ ਮੈਂ ਪੈਸਾ ਤੇਲਾ ਆਤੇ ਹੈ। ਤੂੰ ਤਾਂ ਮੇਰੀਆਂ ਅੱਖਾਂ ਖੋਲ ਦਿੱਤੀਆਂ ਯਾਰ, ਜੇ ਬੰਦਾ ਤਰੱਕੀ ਕਰਨ ਵਾਲਾ ਹੋਵੇ ਤਾਂ ਮਤਲਬ ਰਿਕਸ਼ਾ ਚਲਾ ਕੇ ਵੀ ਤਰੱਕੀ ਕੀਤੀ ਜਾ ਸਕਦੀ ਹੈ। ਭਾਈ ਸਾਹਿਬ, ਵੈਸੇ ਤੁਹਾਡੇ ਕੋਲੋਂ ਜੇ ਰਿਕਸ਼ਾ ਲੈਣਾ ਹੋਵੇ ਕਿਸੇ ਨੇ ਤਾਂ ਮਤਲਬ ਕੀ ਕਰਨਾ ਪੈਂਦਾ ਉਹਨੂੰ? ਉਹ ਸਰਦਾਰ ਜੀ, ਇਸਮੇ ਕਿਹੜਾ ਪ੍ਰਧਾਨ ਮੰਤਰੀ ਕੀ ਗਵਾਹੀ ਕਾ ਲੋੜ ਪੈਣਾ, ਸਿਰਫ 4000 ਰੁਪਇਆ ਸਿਕਿਉਰਿਟੀ ਦੇਣਾ ਔਰ ਰਿਕਸ਼ਾ ਲੈ ਜਾਣਾ। 4000? ਇੰਨੇ ਕੁ ਤਾਂ ਵੈਸੇ ਬਚੇ ਹੋਣੇ ਆ ਜੀ ਮੇਰੇ ਕੋਲ। ਕਿੱਥੇ ਮਰ ਗਿਆ ਰਿਕਸ਼ੇ ਵਾਲਾ? ਚੱਲ ਬਹਿ, ਤੂੰ ਆਪੇ ਸਵਾਰੀ ਦੇਖ ਕੇ ਆ ਗਈ। ਓਏ, ਤੇਰੇ ਰਿਕਸ਼ੇ ਤੇ ਸਵਾਰੀਆਂ ਬੈਠੀਆਂ। ਜਨਾਨਾ ਸਵਾਰੀਆਂ ਵਿਚਾਰੀਆਂ ਗਰਮੀ ਚ ਖੜੀਆਂ, ਉਹ ਜਾ ਲੈ ਜਾ, ਜਾ ਲੈ ਜਾ। ਪਟੇਲ ਚੌਂਕ, ਜੋੜੀ ਨੰਬਰ 1, ਮੈਰਿਜ ਬਿਊਰੋ। ਮੰਮੀ, ਜੇ ਮੈਰਿਜ ਬਿਊਰੋ ਜਾਣ ਤੋਂ ਪਹਿਲਾਂ ਇੱਕ ਵਾਰ ਮੇਰੀ ਘੁੱਗੀ ਨਾਲ ਗੱਲ ਹੋ ਜੇ ਤਾਂ? ਨਾਣ ਵਾਲਾ ਸੱਚਮ ਗਿੱਦੜ ਜੇ ਦਾ ਮੇਰੇ ਅੱਗੇ, ਉੱਲੂ ਵਰਗਾ ਉਹਦਾ ਮੂੰਹ ਹੈ, ਰਿੱਛ ਵਰਗੀਆਂ ਉਹਦੀਆਂ ਨਾਸਾਂ ਹੈ, ਝੋਟੇ ਵਰਗੇ ਉਹਦੇ ਦੰਦ ਹੈ, ਨਾ ਬੰਦਾ ਨਾ ਬੰਦੇ ਦੀ ਜਾਤ। ਮਾਂ ਜੀ, ਕਿਸੇ ਬਾਰੇ ਏਦਾਂ ਨੀ ਕਹੀਦਾ ਹੁੰਦਾ, ਸ਼ਕਲਾਂ ਸਭ ਰੱਬ ਨੇ ਬਣਾਈਆਂ ਹੁੰਦੀਆਂ, ਨਾਲੇ ਕੀ ਪਤਾ ਅਗਲਾ ਸੋਹਣਾ ਹੀ ਹੋਵੇ, ਤੁਹਾਨੂੰ ਹੀ ਕਿਤੇ ਐਨਕ ਲੱਗਣ ਵਾਲੀ ਹੋਈ ਹੋਵੇ। ਬੇਟਾ, ਤੈਨੂੰ ਨੀ ਪਤਾ, ਬੜਾ ਹੱਡ ਹਰਾਮੀ ਹੈ, ਘਟੀਆ ਤੇ ਆਲਸੀ ਇਨਸਾਨ ਹੈ। ਮੇਰੀ ਬੇਟੀ ਦਾ ਰਿਸ਼ਤਾ ਮੰਗਦਾ ਸੀ, ਅਸੀਂ ਵੀ ਕਹਿਤਾ 6 ਮਹੀਨੇ ਦਾ ਟਾਈਮ ਦਿੱਤਾ, ਆਪਣੇ ਪੈਰਾਂ ਤੇ ਖੜੋ ਕੇ ਵਿਖਾ। ਪਰ ਮੰਮਾ, 6 ਮਹੀਨੇ ਖਤਮ ਹੋਣ ਥੱਲੇ ਟਾਈਮ ਪਿਆ ਹੈ ਨਾ, ਟਾਈਮ ਨੂੰ ਹੋਰ ਗੋਡੇ ਰਹਿ ਗਏ, 4 ਦਿਨਾਂ ਦੀ ਹੋਰ ਗੱਲ ਹੈ, ਟਾਈਮ ਮੁੱਕਦਿਆਂ ਤੇਰੇ ਪਿਓ ਨੇ ਵਿਆਹੁਣ ਵਾਲੀ ਗੱਲ ਕਰਨੀ ਹੈ, ਕੋਈ ਪਤਾ ਨੀ ਗੁੱਸਾ ਚਾਹਿਆ ਕਿਸੇ ਰਿਕਸ਼ੇ ਵਾਲੇ ਨਾਲ ਹੀ ਵਿਆਹ ਦੇ। ਕਿਉਂ, ਰਿਕਸ਼ੇ ਵਾਲੇ ਬੰਦੇ ਨੀ ਹੁੰਦੇ? ਆਏ ਹਾਏ, ਮੇਰੀ ਕੁੜੀ ਇੰਨੀ ਸੋਹਣੀ ਤੇ ਪੜ੍ਹੀ ਲਿਖੀ, ਉਹਦੇ ਵਾਸਤੇ ਰਿਕਸ਼ੇ ਵਾਲਾ ਹੀ ਰਹਿ ਗਿਆ। ਮੰਮੀ, ਮੈਂ ਇੱਕ ਆਖਰੀ ਵਾਰ ਉਹਨੂੰ ਫੋਨ ਕਰਕੇ ਪੁੱਛ ਲਵਾਂ, ਫਿਰ ਮੈਂ ਆਪਣੀ ਫੋਟੋ ਮੈਰਿਜ ਬਿਊਰੋ ਦੇ ਦੇਵਾਂਗੀ। ਹੈਂ, ਫੋਨ ਕੱਟਤਾ? ਵੇਖਿਆ, ਖਬਰਦਾਰ ਜੀ ਉਹਨੂੰ ਫੋਨ ਕੀਤਾ। ਮੰਮਾ, ਮੈਂ ਇੱਕ ਲਾਸਟ ਵਾਰ ਘੁੱਗੀ ਨੂੰ ਫੋਨ ਕਰ ਲਾਂ, ਜੇ ਘੁੱਗੀ ਨੇ ਹੁਣ ਵੀ ਮੇਰਾ ਫੋਨ ਨਾ ਚੱਕਿਆ ਨਾ, ਤਾਂ ਉਸ ਤੋਂ ਬਾਅਦ ਮੈਂ ਉਹਦੇ ਲਈ ਮਰ ਗਈ ਤੇ ਉਹ ਕਮੀਨਾ ਮੇਰੇ ਲਈ ਮਰ ਗਿਆ। ਵੇ ਕੀ ਹੋਇਆ? ਕੁਛ ਨੀ ਜੀ, ਬਸ ਉਹ ਰਿਕਸ਼ੇ ਦੀ ਚੈਨ ਉਤਰ ਗਈ। ਹੈਲੋ, ਕੀ ਗੱਲ? ਪਹਿਲਾਂ ਮੇਰਾ ਫੋਨ ਕੱਟਤਾ ਸੀ? ਨਹੀਂ ਨਹੀਂ, ਉਹ ਮੈਂ ਜ਼ਰਾ ਡਰਾਈਵਿੰਗ ਕਰ ਰਿਹਾ ਸੀ, ਡਰਾਈਵਿੰਗ।
ਸਾਟ ਅੱਦਾ ਚੜਿਆ ਜਿੱਦਾਂ ਰਿਕਸ਼ਾ ਚਲਾ ਰਿਹਾ ਹੋਵੇ। ਜੇ ਤੂੰ ਰਿਕਸ਼ੇ ਤੇ ਬੈਠੀ ਆ ਤਾਂ ਮੈਂ ਸਾਰੇ ਰਿਕਸ਼ੇ ਵਾਲੇ ਹੋਗੇ। ਤੈਨੂੰ ਕਿੱਦਾਂ ਪਤਾ ਮੈਂ ਰਿਕਸ਼ੇ ਤੇ ਬੈਠੀ ਆ? ਤੁੱਕਾ 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 ਲਾਇਆ ਸੀ, ਤੀਰ ਬਣ ਕੇ ਵੱਜ ਗਿਆ। ਕਈ ਵਾਰ ਤੀਰ ਤੁੱਕਾ ਹੋ ਜਾਂਦਾ, ਤੁੱਕਾ ਤੀਰ ਹੋ ਜਾਂਦਾ। ਵੈਸੇ ਵੀ ਜਨਾਬ ਤੁਹਾਨੂੰ ਇਸ਼ਕ ਕਰਦੇ ਆ, ਤੁਹਾਡੀ ਸਾਰੀ ਖਬਰਸਾਰ ਰੱਖੀ ਦੀ ਆਪਾਂ। ਕਹਿੰਦੇ ਨਾ ਤੂੰ ਜਹਾਂ ਚਲੇਗਾ ਮੇਰਾ ਰਿਕਸ਼ਾ, ਮੇਰਾ ਸਾਇਆ ਸਾਥ ਹੋ ਗਏ। ਤੈਨੂੰ ਪਤਾ ਆ ਰਿਕਸ਼ੇ ਵਾਲੇ ਵੀਰ ਜੀ ਵੀ ਤੇਰੀ ਬੜੀ ਫੇਵਰ ਕਰ ਰਹੇ ਸੀ। ਬਕਵਾਸ ਨਾ ਕਰ, ਇੱਦਾਂ ਸਿੱਧਾ ਹੀ ਕਿਸੇ ਨੂੰ ਇੱਕਦਮ ਵੀਰ ਜੀ ਨਹੀਂ ਕਹਿ ਦਿੰਦਾ ਹੁੰਦਾ। ਜੇ ਭਰਾਵਾ ਚੜੀ ਨਹੀਂ ਚੈਨ ਅਜੇ। ਚੜ ਗਈ ਕੀ ਚੜ ਗਈ? ਨਹੀਂ ਨਹੀਂ, ਉਹ ਤਾਂ ਅਸਲ ਮੱਝ ਟੈਂਪੂ ਤੇ ਚੜਾ ਰਹੇ ਆ, ਚੜ ਨਹੀਂ ਰਹੀ। ਮੈਨੂੰ ਇੱਕ ਮਿੰਟ ਹੈਲਪ ਕਰ ਲੈਂਦੇ ਯਾਰ, ਮੈਂ ਤੇਰੇ ਨਾਲ ਬਾਅਦ ਚ ਗੱਲ ਕਰਦਾ। ਓਕੇ ਬਾਏ। ਹੈਲੋ 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 ਕੀ ਕਹਿੰਦਾ ਸੀ? ਕੁਛ ਨਹੀਂ ਮੰਮਾ, ਉਹ ਕਹਿੰਦੇ ਸੀ ਮੈਂ ਮੱਝ ਟੈਂਪੂ 'ਚ ਚੜਾ ਕੇ ਫੋਨ ਕਰਦਾ। ਮੱਝ ਟੈਂਪੂ 'ਚ ਚੜਾ ਕੇ ਫੋਨ ਕਰਦਾ? ਕੀ ਪਤਾ ਮੰਮਾ ਉਹਨਾਂ ਨੇ ਮੱਝਾਂ ਦਾ ਵਪਾਰ ਕਰ ਲਿਆ ਹੋਵੇ ਜਾਂ ਫਿਰ ਡੇਰੀ ਖੋਲ੍ਹੀ ਹੋਵੇ। ਵੈਰੀ ਗੁੱਡ। ਉਹ ਦੁੱਧ ਚੋਇਆ ਕਰੇਗਾ ਤੇ ਤੂੰ ਗੋਇਆ ਪੱਥਿਆ ਕਰੀ ਤੇ ਸਾਨੂੰ ਪਾਠੀਆਂ ਮੁਫ਼ਤ 'ਚ ਭੇਜਿਆ ਕਰੀ। ਮੰਮਾ ਜੋ ਸਾਡੀ ਮੱਝ ਸੋਏਗੀ ਨਾ, ਮੈਂ ਤੁਹਾਨੂੰ ਇੱਕ ਕਿਊਟ ਜਿਹੀ ਕੱਟੀ ਗਿਫਟ ਕਰਾਂਗੀ, ਤੁਸੀਂ ਉਹਨੂੰ ਨਾ ਡਰਾਇੰਗ ਰੂਮ 'ਚ ਬੰਨ ਕੇ ਰੱਖਿਆ ਕਰਿਓ। ਵਾਹ ਜੀ ਵਾਹ, ਘਰ 'ਚ ਕੈਸੀ ਰੌਣਕ ਹੋ ਜਾਏਗੀ, ਲੱਗਦੇ ਵੜਦੇ ਕੱਟੀ ਕਰਿਆ ਕਰੇਗੀ। ਰੁਕ ਕਾਕਾ, ਰੁਕ ਰੁਕ ਰੁਕ, ਸ਼ੁਭ ਕੰਮ ਚੱਲੇ ਆ, ਪ੍ਰਸ਼ਾਦ ਲੈ ਲਈਏ। ਕਾਕਾ ਤੂੰ ਨੀ ਖਾਂਦਾ? ਮੈਂ ਜੀ ਬਾਅਦ ਚ ਖਾ ਲਾਂਗਾ। ਸਾਫਾ ਸਾਫਾ ਲਾ ਕੇ ਖਾ ਲੈ। ਨਹੀਂ ਨਹੀਂ, ਦਰਅਸਲ ਮੈਂ ਬਗਾਨੀਆਂ ਜਨਾਨੀਆਂ ਸਾਹਮਣੇ ਹੁਣ ਹੀ ਨੰਗਾ ਕਰਦਾ ਜੀ। ਬੜੇ ਭਲੇ ਖਾਨਦਾਨ ਦਾ ਲੱਗਦਾ। ਖਾਨਦਾਨ ਦੀ ਗੱਲ ਨੀ, ਦਰਅਸਲ ਮੈਨੂੰ ਨਜ਼ਰ ਲੱਗ ਜਾਂਦੀ ਮੈਂ ਸੋਹਣਾ ਬੜਾ ਜੀ। ਦੇਖ ਕਾਕਾ, ਮੈਂ ਚੱਲੀ ਆਪਣੀ ਕੁੜੀ ਦੇ ਰਿਸ਼ਤੇ ਲਈ, ਐਵੇਂ ਬਦ ਛਗਣੀਆਂ ਨਾ ਕਰ, ਖਾ ਲੈ ਇਹਨੂੰ। ਲੱਗਦਾ ਮੱਝ ਅਜੇ ਟੈਂਪੂ ਤੇ ਚੜੀ ਨਹੀਂ। ਮੱਝ ਦਾ ਤੇ ਪਤਾ ਨਹੀਂ ਜੀ, ਉਹ ਸਾਹਮਣੇ ਝੋਟੇ ਖੜੇ ਜੇ ਪੁਲਿਸ ਵਾਲੇ। ਖੜ ਜਾ ਖੜ ਜਾ ਖੜ ਜਾ, ਕੱਢਦਾ ਮੈਂ ਤੇਰੇ ਇੱਥੇ ਚੰਗਿਆੜੇ। ਜਨਾਬ ਖਾਲੀ ਰਿਕਸ਼ਾ ਪਿੱਛੇ ਆਉਣ ਡਿਆ, ਤੁਸੀਂ ਹੋਰ ਰਿਕਸ਼ਾ ਕਰ ਲਓ, ਮੈਂ ਤਾਂ ਸਵਾਰੀਆਂ ਲੱਦੀਆਂ। ਮੈਂ ਟਰੈਵਲਿੰਗ ਲਈ ਨਹੀਂ, ਚੈਕਿੰਗ ਲਈ ਰੋਕਿਆ ਰਿਕਸ਼ਾ। ਤੇ ਜਨਾਬ ਚੈਕਿੰਗ ਨੂੰ ਮੈਂ ਕਿਹੜਾ ਰਿਕਸ਼ੇ ਤੇ ਫੀਮ ਲੱਦੀ, ਚੰਗੀਆਂ ਭਲੀਆਂ ਜੀਂਦੀਆਂ ਜਾਗਦੀਆਂ ਸਾਹ ਲੈਂਦੀਆਂ ਦੋ ਲੇਡੀਜ਼ ਬੈਠੀਆਂ। ਆਹ ਵੇਖੋ, ਤੂੰ ਉਤਰਦਾ ਰਿਕਸ਼ੇ ਤੋਂ ਕਿ ਤੈਨੂੰ ਆਦਰ ਮਾਨ ਨਾਲ ਲਾਈਏ। ਨਾ ਦੱਸ ਜਨਾਬੇ ਵਾਲੀ, ਨਾ ਹੈਲਮਟ ਪਾਉਣਾ ਤੇ ਨਾ ਸਾਡਾ ਬੈਲਟ ਦਾ ਚਲਾਨ, ਨਾ ਪੋਲਿਊਸ਼ਨ ਦਾ ਚਲਾਨ ਸਾਡਾ, ਨਾ ਹੈਡਲਾਈਟ ਦਾ ਚਲਾਨ, ਨਾ ਮਹਾਰਾਜ ਆਰਸੀ ਚਾਹੀਦੀ, ਨਾ ਲਾਇਸੈਂਸ ਦਾ ਚਲਾਨ, ਸਾਨੂੰ ਘਰੋਂ ਕੱਢੇ। ਜੇ ਅਸੀਂ ਚਲਾਨ ਕੱਟਣ ਤੇ ਆਈਏ ਨਾ, ਤੇ ਆਪਾਂ ਪੈਦਲ ਚੱਲਦੇ ਦਾ ਚਲਾਨ ਕੱਟੀਦਾ। ਪੈਦਲ ਦਾ ਚਲਾਨ? ਬੰਦਾ ਪੁੱਛੇ ਵੀ ਤੁਸੀਂ ਪੈਦਲ ਦੀਆਂ ਚੱਪਲਾਂ ਚੈੱਕ ਕਰਦੇ? ਉਹਦੀਆਂ ਚੱਪਲਾਂ ਉਹਦੇ ਸਿਰ ਤੇ ਚੈੱਕ ਕਰੀਦੀਆਂ, ਅਸੀਂ ਤੇ ਕੱਢਦੇ ਚੰਗਲਿਆੜੇ। ਨਾ ਬਸ ਸੁਣ, ਆ ਕੁਲਚੇ ਵਾਲੇ ਦੇ ਪਤੀਲੇ ਵਾਂਗੂ ਆ ਮੂੰਹ ਕਿਹੜੇ ਹਿਸਾਬ ਨਾਲ ਟਕਿਆ? ਏਡਾ ਚੰਬਲ ਦੀਆਂ ਘਾਟੀਆਂ ਚ ਰਿਕਸ਼ਾ ਚਲਾਉਣ ਡਿਆ, ਲਾ ਕਪੜਾ ਥੱਲੇ। ਵੇਖੋ ਜਨਾਬ, ਹੋਰ ਜੋ ਕਹੋਗੇ ਮੈਂ ਮੰਨ ਜਾਂਦਾ, ਪਰ ਮੈਂ ਮੂੰਹ ਤੋਂ ਕਪੜਾ ਨਹੀਂ ਜੇ ਲਾਉਣਾ ਤੁਹਾਨੂੰ ਦੱਸਾਂ। ਇੱਧਰ ਆਓ। ਹਾਂਜੀ, ਇੱਥੇ ਤਾਂ ਇੰਨਾ ਕਪੜਾ ਲਾ ਕੇ ਗੁਜ਼ਾਰਾ ਹੋ ਜਾਣਾ, ਜੇ ਮੈਂ ਲੈ ਗਿਆ ਠਾਣੇ ਤਾਂ ਪੂਰੇ ਕਪੜੇ ਲੈਣੇ ਆ, ਫੇਰ ਨਾ ਕਹੀਂ ਚੰਗਿਆੜੇ ਕੱਢਦੇ ਚੰਗਿਆੜੇ। ਨਹੀਂ ਦੇਖੋ ਜੀ, ਮੈਂ ਤੁਹਾਨੂੰ ਬੇਨਤੀ ਕੀਤੀ ਵੀ ਮੈਂ ਕਪੜਾ ਨਹੀਂ ਲਾ ਸਕਦਾ। ਏਡੀ ਲਾ ਪਾ ਕਰਾਉਣ ਡਿਆ, ਕਪੜਾ ਹੀ ਮੂੰਹ ਤੋਂ ਲਾ ਲੈ। ਜਨਾਬ ਦਰਅਸਲ ਮੂੰਹ ਮੈਂ ਵਿਆਹ ਕਰਵਾਉਣ ਵਾਸਤੇ ਬੰਨਿਆ ਜੀ। ਵਿਆਹ ਲਈ ਸਿਹਰਾ ਬੰਨੀਦਾ, ਮੂੰਹ ਨਹੀਂ ਬੰਨੀਦਾ। ਜਨਾਬ ਦਰਅਸਲ ਮੇਰਾ ਨਾ ਚਿਹਰਾ ਬੜਾ ਸੈਂਸਿਟਿਵ ਹੈਗਾ ਜੀ, ਮੈਂ ਤਾਂ ਨਹੀਂ ਮੂੰਹ ਤੋਂ ਕਪੜਾ ਲਾਉਂਦਾ, ਮੇਰੇ ਮੂੰਹ ਤੇ ਕਿਤੇ ਮਾਸਾ ਡਸਟ ਪੈ ਗਈ ਨਾ ਤੇ ਮੈਂ ਤੁਹਾਨੂੰ ਦੱਸਾਂ ਜੀ ਕਿ ਮੇਰਾ ਮੂੰਹ ਖਰਾਬ ਹੋ ਜਾਣਾ ਤੇ ਮੇਰਾ ਵਿਆਹ ਨਹੀਂ ਜੇ ਹੋਣਾ ਮੁੜ ਕੇ। ਤੂੰ ਮੂੰਹ ਤੋਂ ਕਪੜਾ ਲਾ, ਰਿਸ਼ਤਾ ਤੇ ਰਾਸੀ ਕਰਾਵਾਂਗੇ, ਕੱਲ ਹੀ 20 ਜੇਬ ਕਤਰੀਆਂ ਫੜੀਆਂ। ਆ ਵੇਖ ਲਓ ਤੁਹਾਡੇ ਸਾਹਮਣੇ ਮੈਨੂੰ ਕੀ ਕਹਿਣ ਡਏ ਜੇ। ਉਹ ਭਾਈ ਸਾਨੂੰ ਨਾ ਆਪਣੇ ਮਾਮਲੇ 'ਚ ਘੜੀਸ। ਦੇਖੋ ਸਾਹਿਬ ਆਦਰ, ਮੇਰਾ ਮੂੰਹ ਟਕਿਆ ਰਹਿਣ ਦੋ ਤੁਸੀਂ। ਦਰਅਸਲ ਪਤਾ ਗੱਲ ਕੀ ਜੇ, ਵਿੱਚੋਂ ਮੇਰਾ ਮੂੰਹ ਹੈਗਾ ਜੇ ਬੜਾ ਮਨੂਸ, ਜਿਹੜਾ ਮੇਰੀ ਸ਼ਕਲ ਵੇਖ ਲੈਂਦਾ ਨਾ ਉਹਦਾ ਬੇੜਾ ਗਰਕ ਹੋ ਜਾਂਦਾ, ਬੇੜਾ ਗਰਕ। ਜਨਾਬ ਜਿਹੜੇ ਅਸੀਂ ਰਿਕਸ਼ੇ ਵਾਲੇ ਬਦਮਾਸ਼ ਨੂੰ ਲੱਭ ਰਹੇ ਹਾਂ,
ਉਹਦੇ ਬਾਰੇ ਵੀ ਇਹੀ ਸੁਣਿਆ ਕਿ ਉਹਦੀ ਸ਼ਕਲ ਬੜੀ ਮਨਹੂਸ ਆ। ਹੋਵੇ ਨਾ ਹੋਵੇ, ਜਿਹੜੇ ਬਦਮਾਸ਼ ਨੂੰ ਅਸੀਂ ਲੱਭਣ ਡੇ ਉਹੀ ਆ। ਮੈਂ ਤੇਰੇ ਉਹ ਕੱਢਾਂਗਾ ਚੰਗਿਆੜੇ, ਚੇਤੇ ਕਰੇਗਾ। ਚਲੋ ਵੇਖੋ ਜੀ, ਜੇ ਮੈਂ ਮਤਲਬ ਮੰਨ ਜਾਵਾਂ ਵੀ ਮੈਂ ਉਹ ਬਦਮਾਸ਼ ਹਾਂ ਤੇ ਮੇਰੇ ਮੂੰਹ ਤੋਂ ਕੱਪੜਾ ਤਾਂ ਨਹੀਂ ਨਾ ਲਓਗੇ? ਕੱਪੜਾ ਕਿਉਂ, ਫਿਰ ਤੇਰਾ ਲਾਵਾਂਗੇ ਚੰਮ ਤੇ ਵਿੱਚੋਂ ਕੱਢਾਂਗੇ ਚੰਗਿਆੜੇ। ਚਲੋ ਵੇਖੋ ਸਾਹਿਬ ਬਹਾਦਰ, ਜਦੋਂ ਤੁਸੀਂ ਕੋਈ ਮੁਜਰਮ ਫੜ ਕੇ ਅਦਾਲਤ ਲੈ ਕੇ ਜਾਂਦੇ ਹੋ ਤਾਂ ਮੂੰਹ ਢੱਕ ਕੇ ਲੈ ਕੇ ਜਾਂਦੇ ਹੋ ਨਾ, ਤੇ ਤੁਹਾਨੂੰ ਢਕੇ ਢਕਾ ਮੁਜਰਮ ਮਿਲ ਗਿਆ, ਤੁਹਾਡੀ ਟੈਨਸ਼ਨ ਖਤਮ। ਚਲੋ ਮੰਨ ਲਓ ਜੀ ਮੈਂ ਉਹੀ ਬਦਮਾਸ਼ ਹਾਂ, ਮੈਂ ਉਹੀ ਬਦਮਾਸ਼ ਹਾਂ ਜੀ। ਵਾਹਿਗੁਰੂ ਵਾਹਿਗੁਰੂ। ਦੇਖ ਨੀ ਡੋਲੀ, ਤੂੰ ਇਹਨੂੰ ਕੀ ਸਮਝਦੀ ਸੀ, ਇਹ ਤਾਂ ਬਦਮਾਸ਼ ਨਿਕਲਿਆ। ਸ਼ੁਕਰ ਹੈ ਰੱਬ ਦਾ, ਮੇਰੀ ਧੀ ਡੁੱਬਣ ਤੋਂ ਬਚਾ ਲਈ। ਸੁਖ ਜੀ, ਇਹਨੂੰ ਏਦਾਂ ਛਿੱਲੋ ਜਿੱਦਾਂ ਨਾਰੀਅਲ ਛਿੱਲੀਦਾ, ਇਹਦੀ ਗਿੱਦੜ ਕੁੱਟ ਕਰੋ। ਨਹੀਂ ਦੇਖੋ ਜੀ, ਮੈਂ ਦਰਅਸਲ ਉਹ ਬਦਮਾਸ਼ ਨਹੀਂ ਹੈਗਾ। ਜਵਾ ਹੁਣੇ ਤੇ ਤੂੰ ਬਕਿਆ ਸੀ ਕਿ ਤੂੰ ਬਦਮਾਸ਼ ਹੈ, ਤੇਰੇ ਕੱਢੇ ਚੰਗਿਆੜੇ। ਨਹੀਂ ਜੀ, ਉਹ ਤਾਂ ਦਰਅਸਲ ਮੈਂ ਇਹਨਾਂ ਵਾਸਤੇ। ਅੱਛਾ, ਸਾਡੇ ਵਾਸਤੇ ਬਦਮਾਸ਼ ਹੈ ਤੇ ਹੋਰਾਂ ਵਾਸਤੇ ਸ਼ਰੀਫ ਹੈ? ਮੈਨੂੰ ਤਾਂ ਇੰਜ ਲੱਗਦਾ ਸਾਨੂੰ ਅਗਵਾ ਕਰਕੇ ਲੈ ਚੱਲਿਆ ਸੀ। ਨਹੀਂ ਨਹੀਂ, ਓਏ ਸੁੱਟੋ ਇਹਨੂੰ ਜਪਸੀ ਚ ਤੇ ਲੈ ਚੱਲ ਥਾਣੇ। ਉੱਥੇ ਮੈਂ ਤੇ ਪੁੱਤਰਾ ਤੇਰੇ ਕੱਢੂ ਚੰਗਿਆੜੇ, ਦੋਵਾਂ ਮਹੀਨਿਆਂ ਦਾ ਤੂੰ ਸਾਡਾ ਲੂ ਪੀਤਾ ਚੱਕਰੂ। ਓਏ ਤੂੰ ਆਪ ਟੁਰਦਾ ਕਿ ਮੈਂ ਤੇਰੇ ਚੰਗਿਆੜੇ ਕੱਢ ਕੱਢ ਤੋਰਾਂ? ਮੇਰੀ ਗੱਲ ਤਾਂ ਸੁਣੋ ਜੀ, ਤੁਸੀਂ ਸਮਝਾਓ ਇਹਨਾਂ ਨੂੰ ਕੋਈ ਜੀ। ਮੇਰ ਸਿੰਘ ਜੀ, ਤੁਸੀਂ ਲੋਕ ਕਹਿੰਦੇ ਨਾ ਪੁਲਿਸ ਕਰਦੀ ਕੱਖ ਨੀ, ਆਹ ਵੇਖੋ ਫੜਿਆ ਜੇ ਸੂਰ ਦਾ ਪੁੱਤਰ। ਸੂਰ ਦਾ ਨਹੀਂ, ਇਹ ਮੇਰਾ ਪੁੱਤਰ ਹੈ। ਪਰ ਘੁੱਗੀ ਬੇਟਾ, ਤੂੰ ਤੂੰ ਇਸ ਹਾਲਤ ਚ? ਡੈਡੀ, ਮੈਂ ਤੁਹਾਨੂੰ ਪ੍ਰੋਮਿਸ ਕੀਤਾ ਸੀਗਾ ਮੈਂ ਤੁਹਾਨੂੰ ਕੁਛ ਬਣ ਕੇ ਦਿਖਾਵਾਂਗਾ। ਜਿਹੜੇ ਪੈਸੇ ਤੁਸੀਂ ਮੈਨੂੰ ਦਿੱਤੇ ਸੀ ਨਾ ਜੀ, ਉਹਦੇ ਨਾਲ ਮੈਂ ਕਈ ਬਿਜ਼ਨਸ ਕਰਨ ਦੀ ਕੋਸ਼ਿਸ਼ ਕੀਤੀ, ਕਈ ਕੰਮ ਕੀਤੇ, ਪਰ ਮੈਂ ਕਾਮਯਾਬ ਨਹੀਂ ਹੋ ਸਕਿਆ। ਤੇ ਮੈਂ ਤਾਂ ਹੁਣ ਅਲਟੀਮੇਟਲੀ ਇਹ ਵੀ ਸੋਚ ਲਿਆ ਸੀ ਕਿ ਮੈਂ ਚਾਹੇ ਰਕਸ਼ਾ ਚਲਾ ਕੇ ਤੁਹਾਨੂੰ ਕਾਮਯਾਬ ਹੋ ਕੇ ਦਿਖਾਵਾਂ, ਕਾਮਯਾਬ ਹੋ ਕੇ ਦਿਖਾਵਾਂਗਾ। ਸੱਚੀ ਡੈਡੀ, ਯਕੀਨ ਮੰਨਿਓ, ਮੈਂ ਤੇ ਪਿਛਲੇ ਕਈ ਦਿਨਾਂ ਤੋਂ ਰੱਜ ਕੇ ਰੋਟੀ ਵੀ ਨਹੀਂ ਖਾਧੀ। ਬਸ ਜੇ ਖਾਧੇ ਆ ਤੇ ਘਾਟੇ ਹੀ ਖਾਧੇ ਆ, ਤੇ ਜਾਂ ਫਿਰ ਥਾਂ ਥਾਂ ਤੋਂ ਛਿੱਤਰ ਖਾਧੇ। ਸਰਦਾਰ ਜੀ, ਸੱਚੀ ਇਹ ਤੁਹਾਡਾ ਹੀ ਮੁੰਡਾ ਹੈ? ਹੋਰ ਮੈਂ ਸੜਕਾਂ ਤੇ ਨਿਆਣੇ ਗੋਦ ਲੈਂਦਾ ਫਿਰਦਾ। ਪੁੱਤਰ, ਪੈਸੇ ਦੇ ਨੁਕਸਾਨ ਦਾ ਮੈਨੂੰ ਕੋਈ ਦੁੱਖ ਨਹੀਂ। ਮੇਰੀਆਂ ਨਜ਼ਰਾਂ 'ਚ ਹੁਣ ਤੂੰ ਸੱਚਮੁੱਚ ਕਾਮਯਾਬ ਹੋ ਗਿਆ। ਹੈਲੋ ਜ਼ਹਿਨ ਸਾਹਿਬ, ਡਿਪਟੀ ਸਾਹਿਬ, ਕੱਢ ਤੇ ਚੰਗਿਆੜੇ! ਵਧਾਈਆਂ ਜਨਾਬ, ਵਧਾਈਆਂ! ਲਓ ਜੀ, ਉਹ ਜਿਹੜੇ ਰਕਸ਼ਾ ਵਾਲੇ ਬਦਮਾਸ਼ ਨੂੰ ਅਸੀਂ ਦੋਵਾਂ ਮਹੀਨਿਆਂ ਤੋਂ ਲੱਭਦੇ ਫਿਰਦੇ ਸਾਂ, ਉਹ ਦੂਸਰੇ ਨਾਕੇ ਤੇ ਫੜਿਆ ਗਿਆ ਜੇ। ਐਸ ਐਚ ਓ ਸਾਹਿਬ, ਆ ਇੱਕ ਬਦਮਾਸ਼ ਹੋਰ ਫੜ ਲਓ, ਕੱਢੋ ਮੇਰਾ 5 ਲੱਖ ਕਿੱਥੇ ਆ? ਉਹ ਕੱਢੋ ਮੇਰਾ 5 ਲੱਖ ਰੁਪਈਆ। ਉਹ ਤਾਂ ਮੈਂ ਸ਼ੇਰਾਂ ਤੇ ਲਾਤੇ ਸੀ। ਆਏ ਹਾਏ, ਸ਼ੇਰਾਂ 'ਚ 5 ਲੱਖ ਰੁਪਈਆ? ਕਿਹੜੀ ਆਪਣੀ ਆਂਟੀ ਦੇ ਕੋਠੇ ਤੇ ਜਾ ਕੇ ਸ਼ੇਰੋ ਸ਼ਾਇਰੀ ਤੇ ਪੈਸੇ ਲੁਟਾਉਂਦਾ ਰਿਹਾ ਹੋਵੇ? ਯਾਰ, ਸ਼ੇਅਰ ਮਾਰਕੀਟ 'ਚ ਲਾਏ ਸੀ ਪੈਸੇ ਤੇਰੇ ਮੈਂ। ਜੇ ਤੇਰੇ ਨਾਲ ਮੈਂ ਫਰੋਡ ਕਰਨਾ ਹੁੰਦਾ ਤਾਂ ਮੈਂ ਗੱਡੀ ਬੈਕ ਕਰਕੇ ਤੇਰੇ ਕੋਲ ਕਿਉਂ ਆਉਂਦਾ? ਕਿਉਂ ਰੁਕਦਾ ਤੇਰੇ ਕੋਲ? ਆ ਵੇਖ, ਤੇਰੇ 5 ਲੱਖ ਦੇ ਮੈਂ ਸ਼ੇਅਰ ਖਰੀਦੇ ਸੀ, ਅੱਜ 50 ਲੱਖ ਦੇ ਹੋ ਗਏ ਨੇ। 50 ਲੱਖ ਦੇ? ਯੈਸ, 50 ਲੱਖ ਦੇ ਮੇਰੇ ਸ਼ੇਅਰ, 50 ਲੱਖ ਦੇ 5 ਲੱਖ, 50 ਲੱਖ ਬਣ ਗਿਆ। ਬਿਲਕੁਲ। ਤੂੰ ਦੱਸਿਆ ਨੀ ਯਾਰ ਮੈਨੂੰ। ਮੈਂ ਕਿੱਥੇ ਦੱਸਦਾ ਤੈਨੂੰ, 3 ਦਿਨ ਤੋਂ ਤੈਨੂੰ ਲੱਭ ਰਿਹਾ, ਪ੍ਰੈਸ ਤੇਰੀ ਬੰਦ ਆ, ਫੋਨ ਤੇਰਾ ਨਹੀਂ ਮਿਲਦਾ। ਯੈਸ, ਇਹ ਬਿਲਕੁਲ ਸਹੀ ਕਹਿ ਰਹੇ ਨੇ, ਮੈਂ ਵੀ 1 ਹਫ਼ਤੇ ਤੋਂ ਤੇਰਾ ਫੋਨ ਟ੍ਰਾਈ ਕਰਦੀ ਸੀ ਕੁੱਗੀ, ਲੱਗਦਾ ਹੀ ਨਹੀਂ ਸੀ। ਗੱਲ ਦਰਅਸਲ ਤੁਹਾਡੀ ਦੋਵਾਂ ਦੀ ਠੀਕ ਹੈ ਜੀ, ਮੇਰੇ ਕੋਲ ਪੈਸੇ ਹੀ ਮੁੱਕੇ ਸੀ। ਇਹ ਤਾਂ ਸਵੇਰੇ 12 ਰੁਪਏ ਦੀ ਇੱਕ ਸਵਾਰੀ ਛੱਡੀ ਹੈ ਤੇ ਉਹ 10 ਰੁਪਏ ਵਾਲਾ ਛੋਟਾ ਰੀਚਾਰਜ ਪਵਾਇਆ ਮੈਂ ਮੋਬਾਈਲ 'ਚ। ਹੁਣ ਆਪਣੀ ਅਮਾਨਤ ਸਾਂਭ ਤੇ ਜਦੋਂ ਕੈਸ਼ ਕਰਾਉਣੇ ਹੋਣਗੇ ਤਾਂ ਮੈਂ ਦੱਸ ਦੂੰ। ਥੈਂਕ ਯੂ ਸਰਦਾਰ ਜੀ,
ਮੈਂ ਤੇ ਸ਼ਕਲੋਂ ਹੀ ਲੱਗਦਾ ਸੀ ਵੀ ਇਹ ਬੱਚਾ ਕਿਸੇ ਇੱਜ਼ਤਦਾਰ ਘਰਾਣੇ ਦਾ, ਇਹੋ ਜਿਹੇ ਬੱਚੇ ਤੇ ਕੱਢ ਦਿੰਦੇ ਚਿੰਗਿਆੜੇ। ਗੱਲੀ ਮੈਂ ਤੈਨੂੰ ਕਹਿੰਦੀ ਨਹੀਂ ਸੀ, ਪਰ ਮੈਨੂੰ ਅੰਦਰੋਂ ਹੀ ਅੰਦਰੀ ਲੱਗਦਾ ਸੀ ਆਪਣਾ ਦੁਬਈ ਹੁੰਦਾ। ਗੱਲ ਤੋਰੀਏ ਫਿਰ ਰਿਸ਼ਤੇ ਦੀ, ਆਪਣਾ ਅਹੁਦਾ ਵੇਖ ਤੇ ਆਪਣੀ ਆਫਰ ਵੇਖ। ਉਹ ਮੇਰੀ ਭਤੀਜੀ ਬੀਏ ਫਾਈਨਲ ਕਰ ਗਈ ਹੈ, ਮੈਂ ਕੁਛ ਕਿਹਾ ਤੱਕ ਨਹੀਂ, ਤੂੰ ਸੈਕੰਡ ਈਅਰ ਚ ਕਾਲਾ ਪੈ ਗਿਆ। ਕੀ ਕਰ ਰਹੇ ਹੋ ਬੀਬਾ, ਸਵਾਰੀਆਂ ਦਾ ਫਰਜ਼ ਨਹੀਂ ਬਣਦਾ ਪੈਰੀ ਹੱਥ ਲਾਉਣ ਦਾ, ਨਾਲੇ ਗਲਤੀ ਤੇ ਮੇਰੇ ਮੁੰਡੇ ਦੀ ਆ, ਤੁਸੀਂ ਇਹਦੇ ਕਰਕੇ ਹੀ ਲੇਟ ਹੋਏ ਹੋ ਨਾ। ਘਬਰਾਓ ਨਾ, ਮੈਂ ਤੁਹਾਨੂੰ ਕੋਈ ਹੋਰ ਰਿਕਸ਼ਾ ਕਰਾ ਦੇਣਾ ਆ, ਤੁਹਾਨੂੰ ਫਾਸਟੋ ਫਾਸਟ ਲੈ ਜਾਏਗਾ। ਨਹੀਂ ਭਰਾ ਜੀ, ਅਸੀਂ ਸਵਾਰੀਆਂ ਨਹੀਂ ਹੈਗੀਆਂ। ਨਾ ਫਿਰ ਰਿਕਸ਼ੇ ਤੇ ਬਹਿ ਕੇ ਮੈਚ ਦੇਖ ਰਹੇ ਹੋ? ਡੈਡੀ ਇਹ ਉਹ ਹੈਗੇ ਨੇ, ਉਹ ਕੌਣ ਜਿਹੜੇ ਤੁਸੀਂ ਮੈਨੂੰ ਕਹਿੰਦੇ ਹੁੰਦੇ ਸੀ ਨਾ ਕਿ ਤੈਨੂੰ ਕੁੜੀ ਕਿਹੜੇ ਬੇਵਕੂਫਾਂ ਨੇ ਦੇਣੀ ਹੈ। ਮੇਰਾ ਮਤਲਬ ਸੀ ਵਧਾਈਆਂ ਜੀ। ਵਧਾਈਆਂ ਬੇਟਾ ਜੀ, ਥਾਣੇਦਾਰ ਸਾਹਿਬ ਤੁਹਾਨੂੰ ਵੀ ਵਧਾਈਆਂ। ਲਓ ਬਈ, ਨਾਕੇ ਦੇ ਛਿੱਤਰ ਲੱਗਦੇ ਤਾਂ ਬੜੀ ਯਾਰੀ ਵੇਖੇ, ਨਾਕੇ ਦੇ ਠਾਕੇ ਲੱਗਦੇ ਪਹਿਲੀ ਵਾਰੀ ਵੇਖੇ ਆ। ਇਹਦੇ ਕਰਦੇ ਚੰਗਿਆੜੇ ਬਿੱਲੂ। ਹੈਲੋ, ਉਹ ਬਿੱਲੂ ਬੋਲਦਾ? ਹਾਂ ਕਮੀਨਿਆ, ਤੂੰ ਤੇ ਰਾਜ ਹੀ ਮੈਨੂੰ ਛੱਡ ਕੇ ਚਲਾ ਗਿਆ ਸੀ ਨਾ, ਆ ਕੇ ਵੇਖ ਮੇਰੇ ਕੋਲ ਆਪਣਾ ਕਮਾਇਆ ਹੋਇਆ 50 ਲੱਖ ਰੁਪਈਆ, ਤੇ ਹੁਣੇ ਡੋਲੀ ਨਾਲ ਮੇਰੀ GT ਰੋਡ ਦੇ ਉੱਤੇ ਮੰਗਣੀ ਹੋਈ ਹੈ। ਅੱਜ ਮੇਰਾ ਪਰਿਵਾਰ ਤੇ ਮੇਰੇ ਸਹੁਰੇ ਮੇਰੇ ਤੇ ਮਾਣ ਕਰ ਰਹੇ ਆ। ਘੁੱਗੀ ਯਾਰ ਗੱਪਣਾ ਮਾਰ ਬਰਖੁਰਦਾਰ, ਵਿਆਹ ਦੀ ਤਰੀਕ ਫਿਕਸ ਹੋਣ ਲੱਗੀ ਹੈ, ਬਸ ਸਰਬਾਲਾ ਬਣਨ ਲਈ ਹੋ ਜਾ ਤਿਆਰ। ਥੈਂਕ ਯੂ ਜੀ, ਮੁਬਾਰਕਾਂ।